ਪੰਜਾਬ ਦੇ ਵਿੱਚ ਸਿਆਸੀ ਅਖਾੜਾ ਗਰਮਾਇਆ ਹੋਇਆ ਚਾਰੇ ਪਾਸੇ ਸਿਆਸਤ ਦਾ ਜੋ ਰੰਗ ਹੈ ਉਹ ਅਸਮਾਨੀ ਚੜ੍ਹਿਆ ਹੋਇਆ ਇਸ ਨੂੰ ਲੈ ਕੇ ਅਕਾਲ ਚੈਨਲ ਦੀ ਟੀਮ ਪ੍ਰੋਗਰਾਮ ਦੇ ਤਹਿਤ ਜਿਸਦਾ ਨਾਮ ਹੈ 13 ਸੀਟਾਂ ਦਾ ਸੂਰਤ ਹਾਲ ਲੈ ਕੇ ਅੱਜ ਅਸੀਂ ਸੰਗਰੂਰ ਦੀ ਸੀਟ 'ਤੇ ਪਹੁੰਚੇ ਹਾਂ ਜਿਸ ਸੀਟ 'ਤੇ ਅਸੀਂ ਜਾਣਾਂਗੇ ਕਿ ਇੱਥੋਂ ਦਾ ਸੂਰਤ ਹਾਲ ਕੀ ਹੈ ਕੀ ਵਿਕਾਸ ਹੋਇਆ ਅਤੇ ਮੈਂ ਅਮਨਪ੍ਰੀਤ ਕੌਰ ਅਕਾਲ ਚੈਨਲ ਵੇਖਣ ਵਾਲੇ ਦਰਸ਼ਕਾਂ ਦਾ ਅਸੀਂ ਸਵਾਗਤ ਕਰਦੇ ਹਾਂ ਅੱਜ ਅਸੀਂ ਜਾਣਾਂਗੇ ਸੰਗਰੂਰ ਸੀਟ ਦਾ ਸੂਰਤ ਹਾਲ ਜ਼ਮੀਨੀ ਪੱਧਰ 'ਤੇ ਕਿੰਨਾ ਕੁ ਵਿਕਾਸ ਹੋਇਆ ਜਿਹੜੇ ਉਮੀਦਵਾਰ ਨੇ ਉਹਨਾਂ ਬਾਰੇ ਜਾਣਾਂਗੇ ਲੋਕ ਕੀ ਚਾਹੁੰਦੇ ਨੇ ਉਹਨਾਂ ਦੇ ਕੀ ਮੁੱਦੇ ਨੇ ਕਿੰਨਾ ਕੁ ਵਿਕਾਸ ਹੋਇਆ ਨੌਜਵਾਨਾਂ ਦੇ ਕਿਹੜੇ ਮੁੱਦੇ ਨੇ ਕਿਸਾਨਾਂ ਦੇ ਕਿਹੜੇ ਮੁੱਦੇ ਨੇ ਇਸ ਸਭ ਜਾਣਦੇ ਸੰਗਰੂਰ ਸੀਟ 'ਤੇ ਪਹੁੰਚੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਉਮੀਦਵਾਰਾਂ ਦੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਜੋ ਕਿ ਪਹਿਲਾਂ ਵੀ ਇੱਥੋਂ ਐਮਪੀ ਨੇ ਉਸ ਤੋਂ ਬਾਅਦ ਕਾਂਗਰਸ ਦੇ ਵੱਲੋਂ ਕੇਵਲ ਸਿੰਘ ਢਿੱਲੋਂ ਚੋਣ ਮੈਦਾਨ ਦੇ ਵਿੱਚ ਨੇ ਅਕਾਲੀ ਦਲ ਵੱਲੋਂ ਪਰਵਿੰਦਰ ਸਿੰਘ ਢੀਂਡਸਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਸਿਮਰਜੀਤ ਸਿੰਘ ਮਾਨ ਅਤੇ ਪੀਡੀਏ ਦੇ ਵੱਲੋਂ ਜਿਸਸੀ ਜਸਰਾਜ ਨੂੰ ਮੌਕਾ ਦਿੱਤਾ ਗਿਆ ਚੋਣਾਂ ਦੇ ਵਿੱਚ ਆਪਣੀ ਕਿਸਮਤ ਅਜ਼ਮਾਉਣਗੇ ਭਾਵੇਂ ਕਿ ਪਹਿਲਾਂ ਆਮ ਆਦਮੀ ਪਾਰਟੀ ਦਾ ਹਿੱਸਾ ਸਨ ਪਰ ਵੱਖ ਹੋ ਗਏ ਇਸ ਵੱਖਵਾਦ ਤੋਂ ਬਾਅਦ ਕਿਸ ਹੱਦ ਤੱਕ ਉਮੀਦਵਾਰਾਂ ਨੂੰ ਹੰਗਾਰਾ ਮਿਲੂਗਾ ਸੰਗਰੂਰ ਸੀਟ ਦੇ ਲੋਕ ਕੀ ਕਹਿਣਗੇ ਉਹਨਾਂ ਦੇ ਕਿਹੜੇ ਮੁੱਦੇ ਨੇ ਕੀ ਵਿਚਾਰ ਨੇ ਸਭ ਜਾਣਨ ਲਈ ਸੰਗਰੂਰ ਪਹੁੰਚੇ ਹਾਂ ਇਸ ਵੇਲੇ ਅਸੀਂ ਖੜ੍ਹੇ ਹਾਂ ਸੰਗਰੂਰ ਦੀ ਸਿਟੀ ਪਾਰਕ ਦੇ ਵਿੱਚ ਅਤੇ ਜਾਣਾਂਗੇ ਕਿ ਨੌਜਵਾਨ ਕੀ ਚਾਹੁੰਦੇ ਨੇ ਇੱਥੋਂ ਦਾ ਵੋਟਰ ਕੀ ਚਾਹੁੰਦਾ ਕਿਹੜੇ ਮੁੱਦੇ ਰੱਖ ਕੇ ਉਹ ਵੋਟਾਂ ਪਾਉਣਗੇ ਰੋਜ਼ਗਾਰ ਕਿੰਨਾ ਕੁ ਮਿਲਿਆ ਨੌਜਵਾਨਾਂ ਨੂੰ ਸਰਕਾਰ ਨੇ ਵਾਅਦੇ ਕੀਤੇ ਕੈਪਟਨ ਸਰਕਾਰ ਨੇ ਮੋਦੀ ਸਰਕਾਰ ਨੇ ਕਿੰਨੇ ਕੁ ਪੂਰੇ ਕੀਤੇ ਸੰਗਰੂਰ ਦੇ ਲੋਕਾਂ ਦੀ ਕਸੌਟੀ ਅਤੇ ਭਗਵੰਤ ਮਾਨ ਕਿੰਨੇ ਕੁ ਖਰੇ ਉਤਰੇ ਇਹ ਸਭ ਜਾਣਨ ਲਈ ਅਸੀਂ ਇੱਥੇ ਸੰਗਰੂਰ ਪਹੁੰਚੇ ਅਤੇ ਜਨਤਾ ਤੋਂ ਜਾਣਗੇ ਕਿ ਆਖਰ ਉਹ ਕੀ ਚਾਹੁੰਦੇ ਨੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਵਿੱਚ ਇੱਕ ਹੌਟ ਸੀਟ ਮੰਨੀ ਜਾਂਦੀ ਹੈ ਸੰਗਰੂਰ ਦੀ ਸੀਟ ਜਿੱਥੇ ਕਿ ਕਾਫੀ ਦਿੱਗਜ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ ਅਤੇ ਅਸੀਂ ਸੰਗਰੂਰ ਦਾ ਸੂਰਤ ਹਾਲ ਜਾਣਨ ਲਈ ਪਹੁੰਚੇ ਹਾਂ ਸੰਗਰੂਰ ਦੀ ਨਵੀਂ ਅਨਾਜ ਮੰਡੀ ਦੇ ਵਿੱਚ ਜਿੱਥੇ ਕਿ ਅਸੀਂ ਕਿਸਾਨਾਂ ਤੋਂ ਜਾਣਾਂਗੇ ਕਿ ਇੱਥੋਂ ਦੀ ਕਿਸ ਉਮੀਦਵਾਰ ਦੇ ਹੱਕ ਦੇ ਵਿੱਚ ਉਹ ਵੋਟਾਂ ਪਾਉਣਗੇ ਕਿਹੜੇ ਇਹਨਾਂ ਦੇ ਮੁੱਦੇ ਨੇ ਕਿੰਨਾ ਕੁ ਇੱਥੇ ਵਿਕਾਸ ਹੋ ਚੁੱਕਿਆ ਆਓ ਫਿਰ ਇਹਨਾਂ ਤੋਂ ਹੀ ਜਾਣਦੇ ਹਾਂ ਹਾਂਜੀ ਆਓ ਜੀ ਇਹ ਜਿਹੜੀ ਕਾਂਗਰਸ ਹੈ ਨਾ ਇਹ ਸ਼ੁਰੂ ਤੋਂ ਬੇਈਮਾਨ ਆ ਰਹੀ ਹੈ ਸਾਨੂੰ ਇੰਦਰਾ ਗਾਂਧੀ ਨੇ ਪਲਾਟ ਦਿੱਤੇ ਜਿਹੜੇ ਸਾਨੂੰ ਕਮਰੇ ਪਾ ਕੇ ਦੇਣੇ ਸੀ ਸਾਡਾ ਉਹ ਪੈਸਾ ਗਮ ਨਹੀਂ ਕਰਕੇ ਸਾਰਾ ਖਾਈ ਗਏ ਹਾਂਜੀ ਇਸ ਕਰਕੇ ਇਹਨੂੰ ਅਸੀਂ ਘੱਟ ਚਾਹੁੰਦੇ ਹਾਂ ਹੁਣ ਬਸ ਤੇ ਮੋਦੀ ਸਰਕਾਰ ਬਾਰੇ ਫਿਰ ਕੀ ਮੋਦੀ ਸਰਕਾਰ ਨੇ ਜੋ ਗੈਸ ਵੰਡਿਆ ਉਹਦੀ ਲੋਕ ਉਤਮਾ ਕਰ ਰਹੇ ਨੇ ਹਾਂਜੀ ਅੱਜ ਜੇ ਵੋਟ ਕੋਈ ਪਾਵੇ ਜਾਂ ਨਾ ਪਾਵੇ ਉਸ ਦੀ ਉਤਮਾ ਕਰ ਰਹੇ ਨੇ ਇਸ ਚੀਜ਼ ਨੂੰ ਵੀ ਸਾਡੀ ਗਰੀਬੀ ਦੂਰ ਕਰ ਰਿਹਾ ਹਾਂਜੀ ਤੇ ਤੁਹਾਡੇ ਇੱਥੇ ਕਿਸ ਪਾ ਉਮੀਦਵਾਰ ਤੁਸੀਂ ਆਪਣੇ ਹੱਕ ਦੇ ਵਿੱਚ ਖੜਾ ਦੇਖਦੇ ਹੋ ਕਿਹਨੂੰ ਵੋਟ ਪਾਉਂਗੇ ਅਜੇ ਕੁਝ ਨਹੀਂ ਪਤਾ ਲੱਗਦਾ ਟਾਈਮ ਤੇ ਹੀ ਹਾਂਜੀ ਬਿਲਕੁਲ ਐਵੇਂ ਝੂਠ ਮਾਰਨ ਦਾ ਕੀ ਫਾਇਦਾ ਠੀਕ ਹੈ ਜੀ ਹਾਂਜੀ ਹਾਂ ਹਾਂਜੀ ਸਰ ਪਰਮਿੰਦਰ ਸਿੰਘ ਢੀਂਡਸਾ ਬਹੁਤ ਅੱਗੇ ਚੱਲ ਰਿਹਾ ਜੀ ਅਸੀਂ ਉਹਨੂੰ ਵੋਟਾਂ ਪਾਵਾਂਗੇ ਜੀ ਤੇ ਉਹੀ ਜਿੱਤੂਗਾ ਜੀ ਜਿਵੇਂ ਸੁਖਦੇਵ ਸਿੰਘ ਉਹਨਾਂ ਐਲਾਨ ਕਰਤਾ ਸੀਗਾ ਮੈਂ ਇਲੈਕਸ਼ਨ ਚ ਨਹੀਂ ਖੜਦਾ ਹਨਾ ਤੇ ਪਰਮਿੰਦਰ ਢੀਂਡਸਾ ਨੂੰ ਵੀ ਉਹਨਾਂ ਨੇ ਕਿਹਾ ਸੀਗਾ ਤੇ ਫਿਰ ਆਪਣੇ ਪਿਤਾ ਦੇ ਬਰਖਿਲਾਫ ਜਾ ਕੇ ਉਹ ਖੜੇ ਤਾਂ ਫਿਰ ਕਿੰਨਾ ਸਪੋਰਟ ਨਹੀਂ ਉਹਨਾਂ ਦੀ ਬਰਖਿਲਾਫੀ ਨਹੀਂ ਆਪਾਂ ਕਹਿ ਸਕਦੇ ਜੀ ਉਹਨਾਂ ਦੀ ਮਤਲਬ ਲਾ ਲਓ ਵੀ ਸਿਹਤ ਦੇ ਕਾਰਨ ਉਮਰ ਦੇ ਕਾਰਨ ਉਹ ਨਹੀਂ ਖੜ ਸਕੇ ਜੀ ਤੇ ਭਗਵੰਤ ਮਾਨ ਨੇ ਕਿੰਨਾ ਕਿ ਇੱਥੇ ਕੰਮ ਕੀਤਾ ਕੋਈ ਕੰਮ ਨਹੀਂ ਕਰਿਆ ਜੀ ਆ ਕੇ ਨਹੀਂ ਬੜਿਆ ਹੈਗਾ ਜੀ ਇਹ ਹੁਣ ਆ ਕੇ ਜੀ ਮਤਲਬ ਕਹਿੰਦਾ ਮੈਂ ਕੰਮ ਕਰਿਆ ਜੀ ਉਹ ਕਰਿਆ ਜੀ ਉਦੋਂ ਤੋਂ ਜੀ ਵੋਟਾਂ ਟਾਈਮ ਤੁਸੀਂ ਦੇਖਿਆ ਉਹਨਾਂ ਨੇ ਵੋਟਾਂ ਟਾਈਮ ਦੇਖਿਆ ਜੀ ਅਸੀਂ ਕੀ ਵਿਕਾਸ ਦੀ ਉਮੀਦ ਕਰ ਸਕਦੇ ਹਾਂ ਜੀ ਜੇ ਉਹ ਕਹਿੰਦਾ ਮੈਂ 5 ਕਰੋੜ ਲਾਤਾ ਜੀ ਤਾਂ ਇਹਦੇ ਵਿੱਚ ਜੇ ਪਰਮਿੰਦਰ ਢੀਂਡਸਾ ਜਿੱਤ ਕੇ ਜਾਂਦਾ ਜੀ ਨਹੀਂ ਕੋਈ ਨਹੀਂ ਦਿਸਦਾ ਜੇ ਮਤਲਬ ਪਰਮਿੰਦਰ ਢੀਂਡਸਾ ਜਿੱਤਦਾ ਜੀ ਤਾਂ ਇਹ ਤੋਂ ਅਸੀਂ ਉਮੀਦ ਕਰ ਸਕਦੇ ਹਾਂ ਵੀ ਮੋਦੀ ਸਰਕਾਰ ਤੋਂ ਕੋਈ ਨਾ ਕੋਈ ਸਾਡੇ ਸ਼ਹਿਰ ਵਾਸਤੇ ਬਹੁਤ ਹੀ ਵਧੀਆ ਪ੍ਰੋਜੈਕਟ ਲਿਆ ਸਕਦਾ ਜੀ ਭਗਵੰਤ ਮਾਨ ਨੇ ਤਾਂ ਕਿਹਾ ਸੀਗਾ ਮੇਰੇ ਕੋਲ ਜੋ ਪਿਛਲਾ ਫੰਡ ਬਚਿਆ ਉਹ ਵੀ ਪਿਆ ਤੇ ਜੋ ਉਹਨਾਂ ਨੂੰ 25 ਕਰੋੜ ਮਿਲਿਆ 5 ਸਾਲਾਂ ਦੇ ਵਿੱਚ ਹਨਾ ਉਹ ਫੰਡ ਤੇ ਕਹਿੰਦਾ ਮੈਂ ਸਾਰਾ ਹੀ ਖਰਚ ਕੇ ਸਿਰਫ ਉਹਨਾਂ ਕੋਲ 4.5 ਕੁਝ ਕਰੋੜ ਰੁਪਏ ਬਾਕੀ ਹੈ ਕਹਿੰਦਾ ਬਾਕੀ ਮੈਂ ਸਾਰਾ ਵਿਕਾਸ ਕੀਤਾ ਸੰਗਰੂਰ ਦੇ ਵਿੱਚ ਫਿਰ ਤੁਸੀਂ ਕਹਿੰਦੇ ਵੀ ਇੱਥੇ ਕੁਝ ਲੱਗਿਆ ਹੀ ਨਹੀਂ ਨਹੀਂ ਸਾਨੂੰ ਤਾਂ ਕੋਈ ਤੇ ਚਮਕ ਨਹੀਂ ਰਿਹਾ ਵੀ ਕਿਤੇ ਵੀ ਸੰਗਰੂਰ ਦੇ ਵਿੱਚ ਵੀ ਇੰਨਾ ਪੈਸਾ ਲੱਗ ਗਿਆ ਹੋਊਗਾ ਜੀ ਜੇ ਕਿਤੇ ਮਤਲਬ ਟੇਬਲ ਲਵਾਤਾ ਜੀ ਉਹਨਾਂ ਨੂੰ ਅਸੀਂ ਉਹ ਨਹੀਂ ਕਹਿੰਦੇ ਵਿਕਾਸ ਨੂੰ ਕਹਿੰਦੇ ਹੈਗੇ ਜੀ ਕੋਈ ਪ੍ਰੋਜੈਕਟ ਲੈ ਕੇ ਆਓ ਜੀ ਮਤਲਬ ਅਸੀਂ ਉਸੇ ਨੂੰ ਮੰਨਾਂਗੇ ਜੀ ਉਹ ਤਾਂ ਹਰ ਇੱਕ ਸੰਸਦ ਲਾਉਂਦਾ ਜੀ ਮਤਲਬ ਜੀ ਹੋਰ ਕਿਹੜੇ ਮੁੱਦੇ ਹੋਣਗੇ ਬਸ ਮੁੱਦੇ ਤਾਂ ਇਹੀ ਹੈ ਜੀ ਵੀ ਬਹੁਤ ਵਧੀਆ ਕੰਮ ਹੋ ਰਿਹਾ ਜੀ ਮੋਦੀ ਸਰਕਾਰ ਦੇ ਵਿੱਚ ਜੀ ਜੋ ਮੋਦੀ ਸਾਹਿਬ ਕਰ ਰਹੇ ਨੇ ਜੀ ਕੋਈ ਮੈਨੂੰ ਤਾਂ ਇਹਦੇ ਲੱਗਦਾ ਨਹੀਂ ਹੈਗਾ ਵੀ ਕੋਈ ਇਹੋ ਜਿਹਾ ਨੇਤਾ ਹੋਊਗਾ ਜੀ ਇਮਾਨਦਾਰ ਸ਼ਖਸੀਅਤ ਜੀ ਬੇਦਾਗ ਸ਼ਖਸੀਅਤ ਇਹੀ ਪਰਮਿੰਦਰ ਹੈ ਜੀ ਬਿਲਕੁਲ ਬੇਦਾਗ ਸ਼ਖਸੀਅਤ ਹੈ ਜੀ ਜੋ ਮਰਜ਼ੀ ਉਹਦੇ ਹਰ ਟਾਈਮ ਵਗ ਜਾਓ ਹਰ ਇੱਕ ਤਤਪਰ ਰਹਿੰਦੇ ਨੇ ਕੰਮ ਕਾਰ ਕਰਨ ਨੂੰ ਹੈਗੇ ਜੀ ਤੁਸੀਂ ਅਕਾਲੀ ਦਲ ਨੂੰ ਵੋਟ ਪਾਉਣ ਦੀ ਸੋਚ ਰਹੇ ਹੋ ਮਤਲਬ
ਸ਼ੁਰੂ ਤੋਂ ਹੀ ਅਕਾਲੀ ਦਲ ਦੇ ਨਾਲ ਖੜੇ ਹੋ ਜਾਂ ਕੈਂਡੀਡੇਟ ਦੀ ਯੋਗਤਾ ਦੇਖ ਕੇ ਵੋਟਾਂ ਪਾ? ਅਸੀਂ ਪਰਮਿੰਦਰ ਸਿੰਘ ਢੀਂਡਸਾ ਦੇ ਨਾਲ ਖੜੇ ਹਾਂ ਜੀ, ਸ਼ੁਰੂ ਤੋਂ ਖੜੇ ਹਾਂ ਜੀ, ਔਰ ਉੱਤੇ ਮੋਦੀ ਸਾਹਿਬ ਦੀ ਯੋਗਤਾ ਦੇਖਦੇ ਹੋਏ, ਕੰਮ ਨੂੰ ਦੇਖਦੇ ਹੋਏ ਵੀ 5 ਸਾਲਾਂ ਦੇ ਵਿੱਚ ਦੇਸ਼ ਨੂੰ ਕਿੰਨੀ ਤਰੱਕੀ 'ਤੇ ਲੈ ਗਏ ਜੀ, ਫੋਰਨ ਦੇ ਵਿੱਚ ਸਾਡੇ ਦੇਸ਼ ਦਾ ਕਿੰਨਾ ਨਾਂ ਉੱਚਾ ਕੀਤਾ ਹੈ ਜੀ, ਇਹਨੂੰ ਦੇਖਦੇ ਹੋਏ ਜੀ ਅਸੀਂ ਮਤਲਬ ਵੋਟ ਕਰ ਰਹੇ ਹਾਂ ਜੀ। ਜਿਹੜੇ ਸਿਮਰਜੀਤ ਸਿੰਘ ਮਾਨ ਇੱਥੋਂ ਖੜੇ ਹੈ, ਉਹਨਾਂ ਦਾ ਕਿੰਨਾ ਕੁ ਸਟੈਂਡ ਹੈ ਇੱਥੇ? ਉਹਨਾਂ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ। ਤੁਸੀਂ ਕਿਸ ਉਮੀਦਵਾਰ ਦੇ ਹੱਕ ਦੇ ਵਿੱਚ ਵੋਟਾਂ ਪਾਉਂਦੇ? ਭਗਵੰਤ ਮਾਨ ਜੀ। ਕਿੰਨਾ ਕੁ ਕੰਮ ਕੀਤਾ ਜੀ ਲੋਕਾਂ ਦੇ ਵਿੱਚ, ਕਿੰਨਾ ਕੁ ਵਿਚਰੇ ਆ ਕੇ ਉਹ? ਪੂਰੇ ਵਿਚਰੇ ਆ ਜੀ, ਉਹਨਾਂ ਨੇ ਸਿੱਖਿਆ ਦੇ ਕੇਂਦਰ 'ਚ ਪੂਰਾ ਉਹਨਾਂ ਨੂੰ ਯੋਗਦਾਨ ਦਿੱਤਾ। ਜਾ ਕੇ ਸਕੂਲਾਂ 'ਚ ਦੇਖੋ, ਪਿੰਡ ਵਾਲਿਆਂ ਨੂੰ ਪੁੱਛੋ ਕਿ ਉਹਨਾਂ ਨੇ ਕੀ ਕਮਰੇ ਬਣਵਾਏ, ਟੋਇਲੈਟਾਂ ਬਣਾਈਆਂ, ਬਹੁਤ ਕੁਝ ਕੀਤਾ ਜੀ। ਮਤਲਬ ਤੁਸੀਂ ਚੰਨ ਭਗਵੰਤ ਮਾਨ ਆਪਣੀ ਵਿਦਤ ਖਰੇ ਉਤਰੇ ਜੋ ਬਿਲਕੁਲ ਜੀ, ਆਜ ਤੱਕ ਤਾਂ ਪੂਰੇ ਉਤਰੇ ਆ ਜੀ। ਦੇਖੋ ਗੱਲ ਕਰੀਏ ਸੁਖਦੇਵ ਸਿੰਘ ਢੀਂਡਸਾ ਜੀ ਦੀ, ਉਹ ਵੀ ਮੈਂਬਰ ਆਫ ਰਾਜ ਸਭਾ ਜੀ, ਉਹਨਾਂ ਦੇ ਕੰਮ ਦੀ ਉਪਲਬਧੀਆਂ ਗਿਣਾ ਦੇਣ, ਅਸੀਂ ਕਹਿੰਦੇ ਅਸੀਂ ਇਹਦੇ ਭਗਵੰਤ ਮਾਨ ਜੀ ਦੇ ਗਿਣਾ ਸਕਦੇ ਹਾਂ ਜੀ। 46 ਸਾਲ ਦੀ ਮੇਰੀ ਏਜ ਹੈ, ਅੱਜ ਤੱਕ ਮੈਂ ਕਿਸੇ MP ਕੋਲ ਜਾ ਕੇ ਨਹੀਂ ਦੇਖਿਆ ਜ਼ਿੰਦਗੀ 'ਚ। MP ਦਾ ਨਾਮ ਸੁਣਿਆ ਕਰਦੇ, ਲੇਕਿਨ ਅੱਜ ਪਤਾ ਚੱਲਿਆ ਭਗਵੰਤ ਮਾਨ ਤੋਂ ਬਾਅਦ ਕਿ MP ਕੀ ਚੀਜ਼ ਹੈ, MP ਨਾਲ ਕੀ ਕਰ ਸਕਦਾ, ਕੀ ਫੰਡ ਦੇ ਸਕਦਾ, ਭਗਵੰਤ ਮਾਨ ਤੋਂ ਬਾਅਦ ਸੰਦਾ ਪਤਾ ਚੱਲਿਆ ਜੀ। ਸੰਤੁਸ਼ਟ ਹੈ ਭਗਵੰਤ ਮਾਨ ਦੇ ਕਾਰਜ? ਪੂਰੇ ਸੈਟਿਸਫਾਈ ਆ ਜੀ। ਮੈਂ ਤੁਹਾਨੂੰ ਹੋਰ ਦੱਸਦਾ ਜੀ, ਜੇ ਸਹੀ ਹੁੰਦੇ ਚਾਹੇ ਕਾਂਗਰਸ ਵਾਲਿਆਂ ਜਾਂ ਅਕਾਲੀ ਦਲ ਜਾਂ BJP ਵਾਲੇ ਚੰਗੇ ਹੁੰਦੇ, ਤਾਂ ਭਗਵੰਤ ਮਾਨ ਪਿਛਲੀ ਵਾਰ 2 ਲੱਖ ਵੋਟਾਂ ਦੇ ਨਾਲ ਜਿੱਤਦਾ ਜੀ। ਇਹ ਇਨਕਲਾਬ ਉੱਠਿਆ, ਇਹਨਾਂ 'ਚ ਉੱਠਿਆ, ਅਸੀਂ ਵੀ ਅਕਾਲੀ ਦਲ ਨੂੰ ਵੋਟ ਪਾਈ ਹੈ, BJP ਨੂੰ ਪਾਈ ਹੈ, ਕਾਂਗਰਸ ਨੂੰ ਪਾਈ ਹੈ। ਤੁਸੀਂ ਕਿ ਬਦਲ ਚਾਹਿਆ, ਤੁਹਾਨੂੰ ਬਦਲ ਮਿਲਿਆ? ਬਦਲ ਮਿਲਿਆ ਜੀ, ਇਹਨਾਂ ਨੇ ਕਾਂਗਰਸੀਆਂ ਨੇ, BJP ਵਾਲਿਆਂ ਨੇ, ਅਕਾਲੀ ਦਲ ਨੇ ਸਾਨੂੰ ਤਾਂ ਗਲੀ ਦੇ ਨਾਲੀਆਂ ਫਲਸ਼ਾਂ ਟੂਟੀਆਂ ਦੇ ਪਾਣੀ ਤੋਂ ਉੱਤੇ ਨਹੀਂ ਉੱਠਣ ਦਿੱਤਾ ਜੀ। ਕਦੀ ਸਾਡੀ ਨਾਲੀਆਂ ਖਰਾਬ ਹੋ ਗਈਆਂ, ਕਦੀ ਗਲੀਆਂ ਖਰਾਬ ਹੋ ਗਈਆਂ, ਕਦੀ ਸਾਡਾ ਪਾਣੀ ਨਹੀਂ ਆ ਰਿਹਾ ਜੀ। ਇੱਥੇ ਤੱਕ ਸਾਡੇ ਦਾ ਦਾਇਰਾ ਸੀਮਤ ਰੱਖਿਆ, ਸਾਨੂੰ ਤਾਂ ਇਹਨਾਂ ਨੇ ਭਗਵੰਤ ਮਾਨ ਜੀ ਨੇ ਹੱਕਾਂ ਨਾਲ ਲੜਾਈ ਕਰਨੀ ਸਿਖਾਈ ਹੈ, ਕਿਵੇਂ ਆਪਣੇ ਹੱਕ ਮੰਗਣੇ ਆ ਤੁਹਾਨੂੰ ਜੀ। ਜੀ ਹਾਂਜੀ ਸਰ, ਸਾਡੀ ਤਾਂ ਬੇਨਤੀ ਇਹੀ ਜਿਹੜੇ ਭਗਵੰਤ ਮਾਨ ਜੀ ਨੇਗੇ, ਸਾਡੇ ਲਈ ਬਹੁਤ ਹੀ ਕਾਬਲ ਬੰਦੇ ਨੇ ਜੀ। ਮਤਲਬ ਗਰੀਬਾਂ ਦੇ ਸਾਰ ਲਈ ਤੁਸੀਂ ਕਹਿ ਸਕਦੇ ਹੋ? ਬਿਲਕੁਲ ਸਾਰ ਲੈਂਦੇ ਨੇ ਜੀ। ਜੇ ਅੱਜ ਇਹ ਬਾਊ ਜੀ ਕਹਿ ਕੇ ਗਏ ਨੇ ਜਿਵੇਂ ਅਕਾਲੀ ਦਲ ਹੈ, ਅਕਾਲੀ ਦਲ ਨੇ ਦੱਸੋ ਜੀ ਇੱਕ ਆਟਾ ਦਾਲ ਦੇ ਮਗਰ ਲਾ ਕੇ ਸਾਨੂੰ ਗਰੀਬ ਲੋਕਾਂ ਨੂੰ ਤੇ ਸਾਨੂੰ ਇਹ ਗੁੰਮਰਾਹ ਕਰ ਰੱਖਿਆ ਹੈਗਾ। ਅੱਜ ਦੇ ਟਾਈਮ 'ਚ ਹਰ ਪਾਸੇ ਵਿਰੋਧ ਹੋ ਰਿਹਾ, ਭਗਵੰਤ ਮਾਨ ਦਾ ਬਹੁਤ ਵਿਰੋਧ ਹੋ ਰਿਹਾ ਹਰ ਇੱਕ ਉਮੀਦਵਾਰ ਦਾ, ਕਿਉਂਕਿ ਲੋਕ ਕਹਿੰਦੇ ਅਸੀਂ ਸੰਤੁਸ਼ਟ ਨਹੀਂ। ਸੱਚੇ ਬੰਦੇ ਨੂੰ ਤਾਂ ਹਰ ਇੱਕ ਕੋਈ ਮਾਰਨਾ ਪੈਂਦਾ ਜੀ, ਪੈਂਦਾ ਨਹੀਂ ਜੀ? ਇਹ ਭਗਵੰਤ ਮਾਨ ਜੀ ਸੱਚੇ ਬੰਦੇ ਨੇ, ਹਰੇਕ ਇਕੱਲੇ ਇਕੱਲੇ ਪਿੰਡ ਦੇ ਵਿੱਚ ਜਾ ਕੇ ਦੇਖ ਲਓ ਵੀ ਜਿਹੜਾ ਜਿਹੜਾ ਫੰਡ ਨਹੀਂ ਲੱਗਿਆ ਉਹ ਇਕੱਲੀ ਇਕੱਲੀ ਲਿਸਟ ਦਿਖਵਾ ਦਿੰਦੇ ਹੈਗੇ। ਅਸੀਂ ਤਾਂ ਇੱਕ ਦਿਹਾੜੀਦਾਰ ਬੰਦੇ ਹਾਂ, ਉਹਨਾਂ ਦੀਆਂ ਲਿਸਟਾਂ ਅਸੀਂ ਦਿਖਾ ਦਿੰਦੇ ਹਾਂ ਜੀ। ਤੁਸੀਂ ਮਤਲਬ ਤੁਹਾਡਾ ਕਹਿਣ ਦਾ ਵੀ ਤੁਸੀਂ ਭਗਵੰਤ ਮਾਨ ਨੂੰ ਸਪੋਰਟ ਕਰੋਗੇ ਕਿਉਂਕਿ ਉਹਨਾਂ ਤੁਹਾਡੀ ਸਾਰ ਲਈ? ਬਿਲਕੁਲ ਕਰਾਂਗੇ, ਦੋਨੇ ਹੱਥ ਖੜੇ ਕਰਕੇ ਕਰਾਂਗੇ ਜੀ ਸਪੋਰਟ। ਬੇਰੋਜ਼ਗਾਰੀ ਨੌਜਵਾਨਾਂ ਲਈ ਬਹੁਤ ਵੱਡਾ ਮੁੱਦਾ ਹੈ ਨਾ, ਜਾਂ ਨਸ਼ੇ ਦਾ ਮੁੱਦਾ? ਕੈਪਟਨ ਸਾਹਿਬ ਨੇ ਕਿਹਾ ਸੀ ਕਿ ਨਸ਼ਾ ਖਤਮ ਕਰਤਾ, ਨੌਕਰੀ ਦੇਵਾਂਗੇ, ਉਹ ਤੁਹਾਨੂੰ ਕਿੰਨੇ ਕੁ ਲੱਗਦੇ ਨੌਜਵਾਨਾਂ ਨੂੰ ਕਿੰਨਾ ਕੁ ਰੋਜ਼ਗਾਰ ਮਿਲਿਆ? ਮੁੱਦਾ ਸਾਡਾ ਫਸਲਾਂ ਦੀ, ਯਾਨੀ ਸਾਡੇ ਫਸਲਾਂ ਦੇਖ ਲਓ ਤਾਂ ਦਿੱਲੀ ਕੀ ਰੇਟ ਵਿਕਿਆ, ਪੂਰੇ ਕੀ ਰੇਟ ਵਿਕ ਰਿਹਾ ਸਾਨੂੰ, ਸਿੱਧਾ 1800 ਦਾ 800 ਰੁਪਏ ਦਾ ਫਰਕ ਪੈ ਰਿਹਾ ਹੈਗਾ। ਭਗਵੰਤ ਮਾਨ ਦੇ ਆਉਣ ਨਾਲ ਸਾਨੂੰ ਕਹਿੰਦਾ ਤੁਹਾਨੂੰ ਕਣਕ ਦਾ ਰੇਟ ਅਤੇ ਜੀਰੀ ਦਾ ਰੇਟ ਮਿਲੂਗਾ। ਮਤਲਬ ਤੁਹਾਡੀ ਇਹ ਵੀ ਭਗਵੰਤ ਮਾਨ ਨੇ ਮਜ਼ਦੂਰਾਂ ਦੀ ਅਤੇ ਕਿਸਾਨਾਂ ਦੀ ਸਾਰ ਲਈ, ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ? ਬਿਲਕੁਲ ਜੀ, ਬਿਲਕੁਲ ਹੱਕ 'ਚ ਕੀਤੀ ਵੀ ਹੈ ਜੀ ਸਾਡੇ ਵਾਸਤੇ, ਜੇ ਨਹੀਂ ਵੀ ਕੁਛ ਕਰਦਾ ਉੱਥੇ ਵਿਧਾਨ ਸਭਾ ਤਾਂ ਸਾਡੀ ਆਵਾਜ਼ ਤਾਂ ਜਾਂਦੀ ਆ, ਉੱਥੇ ਜਿੱਦ ਤਾਂ ਕਰਦਾ ਹਰੇਕ ਬੰਦੇ ਨੂੰ ਜਾ ਕੇ ਪੁੱਛਦਾ, ਬਸ ਤਾਂ ਭਗਵੰਤ ਮਾਨ ਨੂੰ ਵੋਟ ਪਾਉਂਦਾ। ਸਾਡਾ ਤਾਂ ਟੈਂਡਰ ਦਾ ਫੂਸ ਦਾ ਮਾਫ ਕਰਾਉਣਾ ਚਾਹੀਦਾ ਸਾਨੂੰ, ਤਾਂ ਜਿਹੜੇ ਮੰਤਰੀ ਆ ਗਏ ਬਹੁਤ, ਸਾਡੇ ਖੁਦ ਮੰਤਰੀ ਆਏ ਨੇ ਜੀ, ਤੇ ਉਹ ਕਿਸੇ ਨੇ ਵੀ ਸਾਡਾ ਫੂਸ ਦਾ ਹੱਲ ਨਹੀਂ ਕਰਿਆ, ਸਾਡਾ ਤਾਂ ਫੂਸ ਦਾ ਹੱਲ ਹੋਣਾ ਚਾਹੀਦਾ। ਤੇ ਤੁਸੀਂ ਕਿਸ ਉਮੀਦਵਾਰ ਨੂੰ ਵੋਟ ਪਾਉਂਗੇ ਜੀ? ਵੋਟ ਜਿਹੜਾ ਸਾਡਾ ਉਮੀਦਵਾਰ ਆ, ਸਾਡੇ ਇਹ ਹੱਕ ਸਾਡੇ ਖੜੂਗਾ, ਅਸੀਂ ਉਹਦੇ ਨਾਲ ਖੜੇ ਹਾਂ। ਜਿਵੇਂ ਕਹਿੰਦੇ ਭਗਵੰਤ ਮਾਨ ਨੇ ਵਿਕਾਸ ਕੀਤਾ, ਤੇ 10 ਸਾਲ 'ਚ ਪਹਿਲਾਂ ਅਕਾਲੀ ਨੇ ਕੁਛ ਨਹੀਂ ਕੀਤਾ ਤੇ ਕਾਂਗਰਸ ਨੇ ਕੁਛ ਨਹੀਂ ਕੀਤਾ, ਭਗਵੰਤ ਮਾਨ ਇੱਕ ਨਵਾਂ ਬਦਲ ਲੈ ਕੇ ਆਏ, ਤੇ ਤੁਹਾਨੂੰ ਕੀ ਲੱਗਦਾ ਇਸ ਵਾਰ ਉਹਨਾਂ ਦੀ ਭਗਵੰਤ ਮਾਨ ਜਿੱਤੂਗਾ? ਕੈਪਟਨ ਸਾਹਿਬ ਨੇ ਤਾਂ ਗੁੜਕਾ ਸਾਹਿਬ ਦੀ ਸਹੁੰ ਖਾ ਕੇ ਵੀ ਇਹਨਾਂ ਨੇ ਕੋਈ ਵਾਅਦਾ ਨਹੀਂ ਨਿਭਾਇਆ, ਘਰ ਘਰ ਨੌਕਰੀ ਦੇਵਾਂਗੇ, ਬੱਚਿਆਂ ਨੂੰ ਅਸੀਂ 2500 ਰੁਪਇਆ ਬੇਰੁਜ਼ਗਾਰਾਂ ਨੂੰ ਦੇਵਾਂਗੇ, ਦੱਸੋ ਉਹ ਕਿੱਥੇ ਗਿਆ 2500 ਰੁਪਇਆ, ਕਿੱਥੇ ਗਈਆਂ ਨੌਕਰੀਆਂ? ਨਸ਼ੇ ਦਾ ਬਹੁਤ ਵੱਡਾ ਮੁੱਦਾ ਸੀ ਇਕੱਲੇ ਅੱਜ ਦੇ ਟਾਈਮ ਦੇ ਵਿੱਚ, ਇਕੱਲੇ ਇਕੱਲੇ ਘਰ ਦੇ ਵਿੱਚ ਚਿੱਟਾ ਵੇਚਿਆ ਜਾ ਰਿਹਾ ਹੈਗਾ, ਔਰ ਜਿਹੜੇ ਵੇਚਦੇ ਨੇ ਉਹਨਾਂ ਨੂੰ ਕੋਈ ਫੜਦਾ ਨਹੀਂ, ਜਿਹੜਾ ਮੇਰਿਆ ਜਾਂਦਾ ਮੇਰੇ ਘਰ ਤੁਰਿਆ ਰਹਿੰਦਾ ਇੱਕ ਚਮਚਾ ਭੁੱਕੀ ਦਾ ਹੁੰਦਾ ਜੇਲ੍ਹ ਦੇ ਵਿੱਚ, ਉਹਨੂੰ ਫੜ ਕੇ ਕੇਸ ਪਾ ਦਿੰਦੇ ਨੇ ਜੀ, ਉਹਦੇ ਗੋਲੀਆਂ ਪਾ ਤੀ, ਉਹਦੇ ਕੁਛ ਪਾ ਤੀ। ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਣਾ, ਸ਼ਗਨ ਸਕੀਮ ਕੈਪਟਨ ਸਾਹਿਬ ਨੇ 51,000 ਕੀਤੀ ਸੀ, ਮੈਂ ਤੁਹਾਨੂੰ ਇਹੋ ਜਿਹੇ ਘਰਾਂ 'ਚ ਲੈ ਕੇ ਜਾ ਸਕਦਾ ਜਿੱਥੇ ਮਤਲਬ ਲੜਕੀਆਂ ਦੇ ਵਿਆਹ ਵੀ ਹੋ ਗਏ, ਉਹਨਾਂ ਦੇ ਬੱਚੇ ਵੀ ਸਕਣ, ਅਜੇ 1 ਰੁਪਇਆ ਵੀ ਨਹੀਂ ਮਿਲਿਆ ਜੀ, ਇਹਨਾਂ ਦਾ ਇਹ ਬੁਰਾ ਹਾਲ ਹੈ। ਮਤਲਬ ਵਾਅਦਾ ਖਿਲਾਫੀ ਕੀਤੀ ਹੈ ਕਹਿ ਸਕਦੇ ਹਾਂ? ਬਿਲਕੁਲ ਝੂਠ, ਬਿਲਕੁਲ। ਸੰਗਰੂਰ ਦੇ ਲੋਕ ਅਕਾਲੀ ਦਲ ਤੇ ਕਾਂਗਰਸ ਸਰਕਾਰ ਤੋਂ ਬੇਹੱਦ ਦੁਖੀ ਜਾਪ ਦਿੰਦੇ, ਇਹ ਇੱਕ ਬਦਲ ਚੰਨ ਜੋ ਕਿ ਭਗਵੰਤ ਮਾਨ ਦੇ ਰੂਪ 'ਚ ਇਹਨਾਂ ਨੂੰ ਮਿਲਿਆ, ਤੇ ਉਮੀਦ ਹੈ ਕਿ ਹੁਣ ਵੀ ਭਗਵੰਤ ਮਾਨ ਦੀ ਇੱਥੋਂ ਵੱਡੀ ਲੀਡ ਦੇ ਵਿੱਚ
ਕਿੰਨਾ ਕੁ ਵਿਕਾਸ ਹੋਇਆ ਜੀ, ਕਿਹੜੇ ਮੁੱਦੇ ਆ ਤੁਹਾਡੇ? ਮੁੱਦੇ ਤਾਂ ਸਾਡੇ ਸਰਕਾਰ ਇਹਨਾਂ ਦੀ ਆ, ਕਾਂਗਰਸ ਦੀ ਆ, ਜਿਹੜਾ ਹੁਣ ਜਿਵੇਂ ਝਾੜੂ ਵਾਲਾ ਆ ਗਿਆ, ਇੱਥੇ ਕੋਈ ਮਾਹੌਲ ਬਣਨਾ ਨਹੀਂ। ਅਸੀਂ ਤਾਂ ਇਹੀ ਮਤਲਬ ਕਹਿੰਦੇ ਵੀ ਸਭ ਕੁਝ ਕਿਸੇ ਦਾ ਵਿਕਾਸ, ਪੰਚਾਇਤਾਂ ਨੂੰ ਵੀ ਗ੍ਰਾਂਟ ਦੇਣੀ ਆ। ਭਗਵੰਤ ਮਾਨ ਨੇ ਕੁਛ ਨਹੀਂ ਕਰਿਆ, ਉਹ ਕਹਿੰਦੇ ਮੈਂ ਤਾਂ ਪੂਰਾ ਵਿਕਾਸ ਕੀਤਾ, ਇੰਨਾ ਜਿਹੜਾ ਫੰਡ ਮੈਨੂੰ ਮਿਲਿਆ ਮੈਂ ਫੰਡ ਵੀ ਲਾਇਆ। ਫੰਡ ਤਾਂ ਚਲੋ ਲਾਉਣਾ ਹੀ ਆ, ਹੋਰ ਵੀ ਬਹੁਤ ਕੁਛ ਕਰਨਾ ਪੈਂਦਾ। ਪੰਚਾਇਤਾਂ ਨੂੰ ਗ੍ਰਾਂਟਾਂ ਦੇਣੀਆਂ ਪੈਂਦੀਆਂ ਨੇ, ਪੰਚਾਇਤ ਨੂੰ ਗ੍ਰਾਂਟ ਥੋੜ੍ਹਾ ਚਿਰ ਹੋ ਗਿਆ ਮਿਲ ਗਈ, ਹੁਣ ਗਾਹਾਂ ਜੇ ਢਿੱਲੋਂ ਹਰਦਾ ਤਾਂ ਫਿਰ ਬੰਦ ਹੋ ਜਾਣਾ, 3 ਸਾਲ ਫਿਰ ਕੋਈ ਕੰਮ ਨਹੀਂ ਹੋਣਾ। ਜਾਣੀ ਸਾਡੀ ਤਾਂ ਇਹੀ ਮੰਗ ਆ ਵੀ ਢਿੱਲੋਂ ਹੀ ਜੇ ਫਿਰ ਆਵੇ ਤਾਂ ਸਾਡੀ ਪੰਚਾਇਤ ਦਾ ਕੁਛ ਬਣ ਸਕਦਾ। ਪੰਚਾਇਤ ਜਿਹੜੇ ਕੈਪਟਨ ਸਰਕਾਰ ਨੇ ਵਾਅਦੇ ਕੀਤੇ ਸੀਗੇ ਕਿਸਾਨਾਂ ਦਾ ਕਰਜ਼ਾ ਮਾਫੀ ਦਾ, ਉਹ ਕਿੰਨੇ ਕੁ ਪੂਰੇ ਕਰੇ ਆ? ਉਹ ਬਹੁਤ ਜਾਣੀ 2-2 ਲੱਖ ਮਾਫ ਹੋਇਆ ਬਹੁਤ ਘਰਾਂ ਦਾ, ਪਿੰਡਾਂ 'ਚ ਜਿਵੇਂ ਇੱਥੇ ਸੰਗਰੂਰ 'ਚ ਕਿੰਨਾ ਕੁ ਹੋਇਆ ਤੁਸੀਂ ਜਾਣਦੇ ਹੋ? ਕਿੰਨੇ ਕੁ ਕਿਸਾਨਾਂ ਦਾ ਹੋਇਆ ਇੱਥੇ? ਜਾਣੀ ਮੈਨੂੰ ਸਾਡੇ ਪਿੰਡ ਦਾ ਪਤਾ, ਹਾਂਜੀ ਕਿੰਨਾ, ਜਾਣੀ ਦਾ, ਹਾਂ ਜਾਣੀ 20 ਘਰਾਂ ਦਾ 2-2 ਲੱਖ ਮਾਫ ਹੋਇਆ। ਹਾਂਜੀ, ਤਾਂ ਤੁਸੀਂ ਕੀ ਕਹਿਣਾ ਚਾਹੋਗੇ? ਅਸੀਂ ਇਹ ਕਹਿਣਾ ਚਾਹਾਂਗੇ ਜੀ ਵੀ ਕੇਵਲ ਸਿੰਘ ਢਿੱਲੋਂ ਨੂੰ ਜਿਤਾ ਕੇ ਸੰਗਰੂਰ ਤੋਂ ਇਹਨਾਂ ਨੂੰ MP ਬਣਾਇਆ ਜਾਵੇ, ਤਾਂ ਕਿ ਜੋ ਸ਼ਹਿਰ ਦਾ ਵਿਕਾਸ ਹੈ ਜਾਂ ਪਿੰਡਾਂ ਦਾ ਵਿਕਾਸ ਹੈ ਉਹ ਕਰ ਸਕਣ। ਜਦੋਂ ਇਹ MLA ਵੀ ਨਹੀਂ ਸੀ ਉਸ ਟਾਈਮ ਇਹਨਾਂ ਨੇ ਜ਼ਿਲ੍ਹਾ ਬਣਵਾਇਆ, ਬਰਨਾਲਾ ਜ਼ਿਲ੍ਹਾ, ਬਰਨਾਲੇ ਦਾ ਵਿਕਾਸ ਕਰਾਇਆ, ਓਵਰ ਬ੍ਰਿਜ ਬਣਾਏ ਨੇ, ਅੰਡਰ ਬ੍ਰਿਜ ਬਣਾਏ ਨੇ, ਇਹਨਾਂ ਨੇ ਬਹੁਤ ਤਰੱਕੀ 'ਤੇ ਲਿਆਂਦਾ ਬਰਨਾਲਾ ਜ਼ਿਲ੍ਹੇ। ਜਾਣੀ ਹੋਰ ਕੋਈ ਕਰ ਨਹੀਂ ਸਕਦਾ ਇੰਨਾ ਕੰਮ ਜਿੰਨਾ ਇਹ, ਤਾਂ ਸਾਨੂੰ ਵਿਸ਼ਵਾਸ ਹੈ। ਮਤਲਬ ਤੁਸੀਂ ਕੈਪਟਨ ਸਰਕਾਰ ਦੇ ਪੂਰੀ ਤਰ੍ਹਾਂ ਹੱਕ ਦੇ ਵਿੱਚ ਹੋ? ਪੂਰਾ ਹੱਕ ਦੇ ਵਿੱਚ। ਤੇ ਸੈਂਟਰ ਦੇ ਵਿੱਚ ਕਿਹਦੀ ਸਰਕਾਰ ਆਊਗੀ? ਸੈਂਟਰ 'ਚ ਹੁਣ ਅਸੀਂ ਤਾਂ ਇਹਨਾਂ ਦੀ ਕਹਿੰਦੇ ਹਾਂ ਵੀ ਇਹੀ ਆਊਗੀ, ਸਾਨੂੰ ਤਾਂ ਇਹੀ ਲੱਗਦਾ। ਮੋਦੀ ਸਰਕਾਰ ਨੇ ਵੱਡੇ ਵੱਡੇ ਵਾਅਦੇ ਕੀਤੇ ਸੀਗੇ, ਉਹ ਕਿੱਥੇ ਕੁ ਤੱਕ ਪੂਰੇ ਕਰ ਸਕੇ? ਉਹ ਜਾਣੀ ਆਪਣੇ ਪੰਜਾਬ ਦਾ ਨਹੀਂ, ਮੋਦੀ ਨੂੰ ਪੰਜਾਬ ਦਾ ਨਹੀਂ, ਉਹਨੇ ਲੈਣਾ ਜੀ ਲਾਇਆ ਸੀ। ਹਾਂਜੀ, ਨੋਟਬੰਦੀ ਦਾ ਕਿੰਨਾ ਕੁ ਅਸਰ ਹੋਇਆ ਸੀਗਾ ਨੌਜਵਾਨਾਂ ਨੂੰ? ਰੋਜ਼ਗਾਰ ਕਿੰਨਾ ਕੁ ਮਿਲਿਆ, ਨੌਕਰੀਆਂ ਕਿੰਨੀਆਂ ਕੁ? ਕੁਛ ਨਹੀਂ ਮਿਲਦਾ ਇੱਥੇ ਆ, ਆਹ ਵੀ ਆਜੂ ਸਰਕਾਰ ਕੁਛ ਨਹੀਂ ਮਿਲਦਾ ਹੈਗਾ, ਸਭ ਇੱਥੇ ਆ, ਸਾਰੇ ਬੇਰੁਜ਼ਗਾਰ ਨੇ, ਇਹੀ ਹਾਲ ਰਹਿਣਾ ਸਾਰਿਆਂ ਦਾ। ਹੋਰ ਦੱਸੋ, ਤੇ ਨੋਟਬੰਦੀ ਕਰਕੇ ਕਿੰਨਾ ਕੁ ਅਸਰ ਪਿਆ ਸੀ? ਬਥੇਰਾ ਅਸਰ ਪਿਆ, ਲਾਈਨਾਂ 'ਚ ਹੀ ਲੱਗਣਾ ਪਿਆ ਸਾਨੂੰ। ਕਿਸ ਦਾ ਵਿਆਹ ਸੀਗਾ, ਕਿੰਨੀਆਂ ਡੈਥ ਹੋ ਗਈਆਂ, ਤੁਹਾਨੂੰ ਲੱਗਦਾ ਨਹੀਂ ਪਹਿਲਾਂ ਜੋ ਫੈਸਲਾ ਲਿਆ ਸੀਗਾ ਸੋਚ ਵਿਚਾਰ ਕਰਨਾ ਚਾਹੀਦਾ ਸੀਗਾ, ਮੋਦੀ ਸਾਹਿਬ ਨੇ ਇੱਕਦਮ ਹੀ ਐਲਾਨ ਕਰ ਦਿੱਤਾ? ਬਸ ਇੱਕਦਮ ਐਲਾਨ ਕਰ ਦਿੱਤਾ, ਅਸੀਂ ਵਿਆਹ ਰੁੱਕ ਗਏ। ਆਹੋ, ਕਈ ਲੋਕ ਖਰਚੇ ਵਰਚੇ ਨਹੀਂ ਰਹਿ ਗਏ, ਸਾਰੇ ਵਿਆਹ ਸੀ ਲੋਕਾਂ ਦੇ ਉਹ ਹੋ ਗਿਆ, ਤੇ ਸਾਡੇ ਵਰਗੇ ਆਮ ਬੰਦੇ ਲੈਣਾ 'ਚ ਲੱਗੇ, ਵੱਡੇ ਬੰਦਾ ਕੋਈ ਲੈਣ 'ਚ ਨਹੀਂ ਸੀ ਹੁੰਦਾ, ਸਾਰੇ ਹੀ ਆਮ ਹੀ ਬੰਦੇ ਹੁੰਦੇ ਸੀ ਜਿਹੜੇ ਲੈਣਾ। ਹੁਣ ਤੁਸੀਂ ਕਿਸ ਸਰਕਾਰ ਦੇ ਹੱਕ ਦੇ ਵਿੱਚੋਂ ਕਿਸ ਉਮੀਦਵਾਰ ਨੂੰ ਵੋਟ ਪਾਓਗੇ? ਅਸੀਂ ਕੇਵਲ ਸਿੰਘ ਢਿੱਲੋਂ ਨੂੰ ਪਾਵਾਂਗੇ। ਤੁਸੀਂ ਕਿਸ ਉਮੀਦਵਾਰ ਨੂੰ ਵੋਟ ਪਾਓਗੇ ਤੇ ਤੁਹਾਡੇ ਕਿਹੜੇ ਮੁੱਦੇ ਆ? ਅਸੀਂ ਕੇਵਲ ਢਿੱਲੋਂ ਨੂੰ ਵੋਟ ਪਾਵਾਂਗੇ ਜੀ। ਕੀ ਸੋਚ ਕੇ ਵੋਟ ਪਾਓਗੇ ਜੀ? ਉਹ ਪਿੰਡ ਦਾ ਵਿਕਾਸ ਵਧੀਆ ਕਰ ਦਿੰਦੇ ਜੀ, ਇੱਕ ਬਰਨਾਲਾ ਜ਼ਿਲ੍ਹਾ ਬਣਾਇਆ ਜੀ। ਤੇ ਭਗਵੰਤ ਮਾਨ ਨੇ ਕਿੰਨਾ ਕੁ ਕੀਤਾ? ਉਹ ਭਗਵੰਤ ਮਾਨ ਤਾਂ ਪਿੰਡ ਆਖਿਰ ਨਹੀਂ ਖੜਦਾ ਜੀ, ਜਿੱਥੇ ਵੀ ਸੀਮਾਜੀ ਸਿੰਘ ਮਾਨ ਵੀ ਇੱਥੋਂ ਉਮੀਦਵਾਰ, ਉਹਨਾਂ ਬਾਰੇ ਕੀ ਕਹੋਗੇ? ਅਸੀਂ ਕਿਸੇ ਉਮੀਦਵਾਰ ਨਹੀਂ ਕੋ ਕਹਿੰਦੇ ਜੀ, ਕੇਵਲ ਢਿੱਲੋਂ ਨੂੰ ਜਿਤਾਵਾਂਗੇ ਜੀ। ਸ਼ੁਰੂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ? ਹਾਂਜੀ, ਕਾਂਗਰਸ ਪਾਰਟੀ ਨਾਲ ਜੁੜੇ ਰਹਾਂਗੇ, ਜੁੜੇ ਵੀ ਰਹਾਂਗੇ ਜੀ। ਨਵਾਂ ਕਰਤਾ ਵੀ ਬੈਂਕ 'ਚ ਕਰਾ ਤਾ ਕਿਤੇ, ਉਦੋਂ ਮਗਰੋਂ ਫੜ ਵੀ ਨਹੀਂ ਸੀ ਰਹੇ, ਇੰਨਾ ਬੰਦਾ ਕਹਿੰਦੇ ਸੀ ਕਾਲਾ ਧਨ ਲੈ ਕੇ ਆਵਾਂਗੇ, ਕਾਲਾ ਧਨ ਭੱਜ ਗਿਆ ਉੱਥੇ, ਬਥੇਰੇ ਭੱਜ ਗਿਆ। ਮੋਦੀ ਸਰਕਾਰ ਨੇ GST ਲਾਤਾ, ਉਹ ਲੋਕਾਂ ਦੀ ਭਾਰ ਹੈ, ਕਿਉਂਕਿ ਜਿਹੜਾ ਦੁਕਾਨਦਾਰ ਹੈ ਉਹਨੇ ਤਾਂ ਉਸੇ ਰੇਟ 'ਤੇ ਲਿਆ ਕੇ GST ਲਾ ਕੇ ਸਾਤੋਂ ਲੈਣਾ, ਛੱਡ ਦਿੱਤਾ, ਠੀਕ ਹੈ ਨਾ। ਉਹ ਗਰੀਬਾਂ 'ਤੇ ਉਹਨਾਂ ਨੇ ਬਹੁਤ ਬੋਝ ਪਾਤਾ, ਅਤੇ ਇਹ GST ਖਤਮ ਹੋਣਾ ਚਾਹੀਦਾ। ਜਿਹੜੇ ਹੁਣ ਤੁਸੀਂ ਉਮੀਦਵਾਰ ਨੂੰ ਵੋਟ ਪਾਵੋਗੇ, ਉਹਨਾਂ ਤੁਸੀਂ ਇਹੀ ਮੰਗ ਰਹੇ? ਉਹਨਾਂ ਕੋਲੇ ਮੁੱਦਾ ਉਠਾਇਆ ਹੋਇਆ ਸਾਡਾ, ਹਾਂ ਪਹਿਲਾਂ ਮੁੱਦੇ ਉਠਾਏ, ਭਰੋਸਾ ਦਿੱਤਾ ਉਹਨਾਂ ਨੇ, ਦਿੱਤਾ ਕਹਿੰਦੇ ਕਰਾਂ, ਹਾਂ ਉਹਦੀ ਮਰਜ਼ੀ ਰਹੀ ਭਾਈ, ਗੱਲ ਸਰਪੰਚ ਇਹ ਮਿਲਦੀ ਪਿੰਡ ਦੇ ਸਰਪੰਚ, ਹਾਂ ਹਾਂ ਅਸੀਂ ਗੱਲ ਕੱਚਾ ਨਹੀਂ ਕਰਿਆ ਕੋਈ ਕੰਮ, ਵੀ ਆ ਕੇ ਉੱਥੇ ਧੰਨਵਾਦ ਤੁਹਾਡਾ ਭਾਈ। ਪਿੱਛੋਂ ਦਾ ਕੇਵਲ ਸਿੰਘ ਢਿੱਲੋਂ ਇੱਕ ਵਿਕਾਸ ਕਰਨ ਵਾਲੇ ਆਦਮੀ ਨੇ, ਜੋ ਕਹਿੰਦੇ ਨੇ ਉਹ ਕਰਕੇ ਦਿਖਾਉਂਦੇ ਨੇ। ਪਹਿਲਾਂ ਬਰਨਾਲੇ ਨੂੰ ਜ਼ਿਲ੍ਹਾ ਬਣਾਇਆ, ਫਿਰ ਅੰਡਰ ਬ੍ਰਿਜ ਦੇ ਕੰਮ ਕਰਾਏ, ਸਾਡੇ ਪਿੰਡ ਨੂੰ 36 ਲੱਖ ਰੁਪਏ ਦੀ ਗ੍ਰਾਂਟ ਦਿੱਤੀ, ਕਿਉਂਕਿ ਉਹ ਚੁੜਕ ਲੈਣੀ ਸੀ ਨਾ, ਉਹਦੇ ਕੰਮ ਕਰਕੇ ਦਿਖਾਉਂਦੇ ਨੇ। ਇਸ ਕਰਕੇ ਮੈਂ ਕਹਿਣਾ ਵੀ ਸਭ ਤੋਂ ਵੱਧ ਕੇਵਲ ਸਿੰਘ ਢਿੱਲੋਂ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ। ਨੌਜਵਾਨਾਂ ਨੇ ਕਿੰਨਾ ਕੁ ਰੋਜ਼ਗਾਰ ਦਿਆ ਕੈਪਟਨ ਸਰਕਾਰ ਨੇ ਵਾਅਦੇ ਕੀਤੇ? ਨਹੀਂ, ਰੋਜ਼ਗਾਰ ਸਭ ਨੂੰ ਮਿਲ ਰਿਹਾ, ਰੋਜ਼ਗਾਰ ਮੇਲੇ ਲੱਗਦੇ ਨੇ, ਉਹਦੇ ਵਿੱਚ ਰੋਜ਼ਗਾਰ ਵੀ ਮਿਲ ਰਿਹਾ। ਜਾਊ ਉੱਥੇ ਤਾਂ ਹੀ ਮਿਲੂ ਰੋਜ਼ਗਾਰ, ਕੁਝ ਜਾਂਦੇ ਨਹੀਂ ਹੈਗਾ, ਜਿਹੜਾ ਹੁਣ ਜਾਊਗਾ ਨਹੀਂ ਉਹਨੂੰ ਰੋਜ਼ਗਾਰ ਕਿੱਥੋਂ ਮਿਲੂਗਾ? ਤੁਸੀਂ ਜਾਣਦੇ ਹੋ ਤੁਹਾਡੇ ਕਿਸੇ ਫਰੈਂਡ ਸਰਕਲ ਦੇ ਵਿੱਚੋਂ ਪਿੰਡ ਦੇ ਵਿੱਚ ਕਿਸੇ ਨੂੰ ਰੋਜ਼ਗਾਰ ਮਿਲਿਆ ਹੋਵੇ? ਸਾਡੇ ਪਿੰਡ ਬਹੁਤ ਬੰਦਿਆਂ ਨੂੰ ਰੋਜ਼ਗਾਰ ਮਿਲਿਆ। ਤੇ ਜੋ ਕਿਸਾਨਾਂ ਦੇ ਕਰਜ਼ੇ ਮਾਫ ਦੀ ਗੱਲ ਕਰਦੇ, ਕਰਜ਼ੇ ਕਿੰਨੇ ਕੁ ਮਾਫ ਕੀਤੇ? ਸਾਡੇ ਪਿੰਡ ਵਿੱਚ ਘੱਟੋ ਘੱਟ 100 ਬੰਦੇ ਦਾ 2 ਲੱਖ ਰੁਪਏ ਦਾ ਕਰਜ਼ਾ ਮਾਫ ਹੋਇਆ, ਤੇ ਬਾਕੀ ਸੁਸਾਇਟੀ ਦਾ ਮਾਫ ਹੋਇਆਗਾ। ਤੇ ਭਗਵੰਤ ਮਾਨ ਨੇ ਵੱਡੀਆਂ ਵੱਡੀਆਂ ਵਾਅਦੇ ਕੀਤੇ ਸੀਗੇ, ਕਿੰਨਾ ਕੁ ਵਿਕਾਸ ਕਾਰਜ ਕੀਤਾ? ਕਹਿੰਦੇ ਵਾ ਫੰਡ ਬਹੁਤ ਲਾਇਆ ਵੀ, ਸੰਗਰੂਰ ਦੇ ਵਿੱਚ ਵਿਕਾਸ ਹੀ ਵਿਕਾਸ ਕੀਤਾ, ਉਹਨੂੰ 26 ਕਰੋੜ ਰੁਪਏ ਦਾ, 25 ਕਰੋੜ ਦਾ ਫੰਡ ਮਿਲਦਾ, ਬੰਦਿਆਂ ਉਹਨੇ 20 ਕਰੋੜ ਰੁਪਇਆ ਗਾ, ਤੇ ਬਾਕੀ ਮਤਲਬ ਭਗਵੰਤ ਮਾਨ ਕੋਲ ਹੀ ਆ, ਬਾਕੀ ਖਾ ਗਿਆ
ਤੇ ਤੁਹਾਡੀ ਸਪੋਰਟ ਕਾਂਗਰਸ ਪਾਰਟੀ ਵਾਲਾ? ਹਾਂਜੀ ਕਾਂਗਰਸ ਪਾਰਟੀ ਵਾਲਾ। ਕਿੰਨੇ ਕੁ ਵੋਟਾਂ ਨਾਲ ਜਿੱਤੂਗੇ ਕਾਂਗਰਸ ਪਾਰਟੀ ਦਾ ਉਮੀਦਵਾਰ? ਪੂਰੀ ਵੱਡੀ ਲੀਡ ਤੇ ਜਿੱਤ ਕਰਕੇ ਜਾਵਾਂਗੇ। ਸਾਡੇ ਨਾਲ ਇਸ ਸਮੇਂ ਮੌਜੂਦ ਨੇ ਪਿੰਡ ਹਮੀਦ ਦੇ ਸਰਪੰਚ। ਅਸੀਂ ਇਹਨਾਂ ਤੋਂ ਜਾਣਾਂਗੇ ਕਿ ਸੰਗਰੂਰ ਦੇ ਵਿੱਚ ਕਿੰਨਾ ਕੁ ਵਿਕਾਸ ਹੋਇਆ ਅਤੇ ਇਹ ਕਿਸ ਪਾਰਟੀ ਦੇ ਨਾਲ ਜੁੜੇ ਹੋਏ ਨੇ। ਭਗਵੰਤ ਮਾਨ ਨੇ ਜੋ ਵਾਅਦੇ ਕੀਤੇ ਸੀ ਕਿ ਕਿੰਨੇ ਕੁ ਪੂਰੇ ਹੋਏ ਤੇ ਇਸ ਸਮੇਂ ਸੈਂਟਰ ਦੇ ਵਿੱਚ ਕਿਸ ਦੀ ਸਰਕਾਰ ਆਊਗੀ ਤੇ ਇਹਨਾਂ ਦੇ ਆਪਣੇ ਕਿਹੜੇ ਮੁੱਦੇ ਨੇ? ਹਾਂਜੀ, ਸੈਂਟਰ ਦੇ ਵਿੱਚ ਕਾਂਗਰਸ ਦੀ ਸਰਕਾਰ ਆ ਰਹੀ ਹੈ ਜੀ ਬਹੁਤ ਮਤ ਨਾਲ, ਅਤੇ ਭਗਵੰਤ ਮਾਨ ਨੇ ਸਾਡੇ ਇਲਾਕੇ 'ਚ ਕੁਛ ਨਹੀਂ ਕੀਤਾ, ਚੁਟਕਲੇ ਸੁਣਾਏ ਆ ਇਕੱਲੇ, ਕੇਵਲ ਢਿੱਲੋਂ ਨੇ ਬਰਨਾਲੀ ਦਾ ਨਕਸ਼ਾ ਬਦਲ ਦਿੱਤਾ ਜੀ, ਬਹੁਤ ਜ਼ਿਆਦਾ ਵਿਕਾਸ ਕੀਤਾ, ਜ਼ਿਲ੍ਹਾ ਵੀ ਇਹਨਾਂ ਨੇ ਬਣਵਾਇਆ ਅਤੇ ਸਾਰੇ ਰੋਡ ਤਿਆਰ ਕੀਤੇ ਨੇ ਜੀ, ਅਤੇ ਸਾਡੇ ਪਿੰਡਾਂ ਨੂੰ ਗ੍ਰਾਂਟਾਂ ਬਹੁਤ ਵੱਡੀਆਂ ਗ੍ਰਾਂਟਾਂ ਦਿੱਤੀਆਂ ਨੇ, ਇਸ ਲਈ ਅਸੀਂ ਕੇਵਲ ਢਿੱਲੋਂ ਦਾ ਸਾਥ ਦੇ ਰਹੇ ਹਾਂ। ਅਤੇ ਜਿਹੜੇ ਕੈਪਟਨ ਸਾਹਿਬ ਨੇ ਰੋਜ਼ਗਾਰ ਦੀ ਗੱਲ ਕੀਤੀ ਸੀਗੀ, ਕਰਜ਼ੇ ਮਾਫ਼ੀ ਦੀ, ਉਹ ਕਿਸ ਹੱਦ ਤੱਕ ਪੂਰੇ ਕਰ ਸਕੇ ਉਹ? ਸਾਡੇ ਪਿੰਡ 50% ਕਰਜ਼ੇ ਮਾਫ਼ ਹੋ ਚੁੱਕੇ ਨੇ ਜੀ। ਨੌਜਵਾਨਾਂ ਨੂੰ ਰੋਜ਼ਗਾਰ ਦੀ ਗੱਲ ਕੀਤੀ ਸੀ, ਰੋਜ਼ਗਾਰ ਮੇਲੇ ਲੱਗ ਰਹੇ ਨੇ ਜੀ, ਅੱਗੇ ਅਸੀਂ ਉਮੀਦ ਰੱਖਦੇ ਹਾਂ ਕਿ ਰੋਜ਼ਗਾਰ ਮਿਲੇਗਾ ਨੌਜਵਾਨਾਂ ਨੂੰ। ਇਸ ਵੇਲੇ ਅਸੀਂ ਸੰਗਰੂਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਖੜ੍ਹੇ ਹਾਂ, ਜਿੱਥੇ ਕਿ ਅਸੀਂ ਮਰੀਜ਼ਾਂ ਤੋਂ ਜਾਣਾਂਗੇ ਜੋ ਕਿ ਉਹਨਾਂ ਦੇ ਨਾਲ ਖੜ੍ਹੇ ਨੇ ਸਕੇ ਸੰਬੰਧੀ, ਉਹਨਾਂ ਨੂੰ ਜਾਣਾਂਗੇ ਕਿ ਆਖਰ ਸਰਕਾਰ ਦੇ ਵੱਲੋਂ ਜਾਂ ਇੱਥੋਂ ਦੇ ਜੋ MP ਸੀਗੇ ਉਹਨਾਂ ਨੂੰ ਕਿੰਨੀ ਕੁ ਸਿਹਤ ਸਹੂਲਤਾਵਾਂ ਮਿਲੀਆਂ ਨੇ, ਕਿਉਂਕਿ ਕਿਸੇ ਵੀ ਦੇਸ਼ ਦਾ ਵਿਕਾਸ ਤਾਂ ਹੋ ਸਕਦਾ ਜੇਕਰ ਕਿਸੇ ਵੀ ਸਰਕਾਰੀ ਅਦਾਰੇ ਦੇ ਵਿੱਚ ਲੋਕਾਂ ਨੂੰ ਬਿਨਾਂ ਦੇਰ ਤੋਂ ਤੁਰੰਤ ਇਲਾਜ ਮਿਲੇ। ਇਹਨਾਂ ਨੇ ਕਿੰਨੀ ਕੁ ਇੱਥੇ ਦਿੱਕਤ ਆਉਂਦੀ ਹੈ, ਕੀ ਪਰੇਸ਼ਾਨੀ ਨੇ, ਕਿਹੜੇ ਮੁੱਦੇ ਨੇ, ਅਸੀਂ ਇਹਨਾਂ ਤੋਂ ਜਾਣਾਂਗੇ। ਹਾਂਜੀ ਸਰ, ਤੁਹਾਡ੾ ਕਿਹੜੇ ਮੁੱਦੇ, ਕਿੰਨਾ ਕੁ ਇੱਥੇ ਵਿਕਾਸ ਹੋ ਚੁੱਕਿਆ, ਪਹਿਲਾਂ ਅਸੀਂ ਵਿਕਾਸ ਦੀ ਗੱਲ ਕਰਾਂਗੇ। ਵਿਕਾਸ ਤਾਂ ਬਹੁਤ ਹੋ ਚੁੱਕਿਆ ਜੀ, ਯਾਨੀ ਕਿ ਹਰੇਕ ਪਾਰਟੀ ਦਾ ਬੰਦਾ ਵਿਕਾਸ ਕਰਨਾ ਚਾਹੁੰਦਾ ਗਾ, ਅਤੇ ਅਸੀਂ ਇਹ ਚਾਹੁੰਦੇ ਹੈਗੇ ਕਿ ਵਿਕਾਸ ਵੱਧ ਤੋਂ ਵੱਧ ਹੋਵੇ। ਤੁਸੀਂ ਇੱਥੇ ਹਸਪੀਟਲ ਦੇ ਵਿੱਚ ਖੜ੍ਹੇ ਹੋ, ਇੱਥੇ ਤੁਹਾਨੂੰ ਕਿੰਨੀ ਕੁ ਸਹੂਲਤਾਵਾਂ ਨੇ, ਕਿੰਨੀ ਕੁ ਤੁਹਾਡੀ ਸੁਣਵਾਈ ਹੁੰਦੀ ਹੈ, ਐਮਰਜੈਂਸੀ ਵੇਲੇ ਕਿੰਨੀ ਕੁ ਦਿੱਕਤ ਆਉਂਦੀ ਹੈ ਜਾਂ ਤੁਰੰਤ ਤੁਹਾਡੀ ਸੁਣਵਾਈ ਹੁੰਦੀ ਹੈ ਇੱਥੇ? ਸੁਣਵਾਈ ਤਾਂ ਜੀ ਜਿੱਦਾਂ ਕਿ ਸਰਕਾਰ ਦੇ ਕੰਮ ਕੀਤੇ ਹੋਏ ਨੇ ਦਾਇਰੇ 'ਤੇ, ਬਲਕਿ ਹੁੰਦੀ ਵੀ ਹੈਗੀ ਅਤੇ ਹੋਣੀ ਚਾਹੀਦੀ ਵੀ ਹੈਗੀ ਸਰਕਾਰ ਦੀ। ਗਰੀਬ ਲੋਕਾਂ ਨੂੰ ਕਿੰਨੀ ਕੁ ਸਹੂਲਤ ਮਿਲੀ ਹੈ, ਜੋ ਸਰਕਾਰ ਵਾਅਦੇ ਕਰਦੀ ਵੀ ਸਿਹਤ ਸਹੂਲਤਾਵਾਂ ਬਰਾਬਰ ਦਿੱਤੀ ਜਾਂਦੀ ਨੇ, ਉਹ ਮਿਲਦੀਆਂ ਨੇ ਇੱਥੇ? ਮਿਲਦੀਆਂ ਵੀ ਹੈਗੀਆਂ ਨੇ ਅਤੇ ਬਲਕਿ ਮਿਲਦੀਆਂ ਵੀ ਨਹੀਂ ਹੈਗੀਆਂ ਜੀ, ਮਤਲਬ ਕਿ ਜਿਵੇਂ ਸੋਚਿਆ ਜਾਵੇ ਬਰਾਬਰ ਬਰਾਬਰ। ਹਾਂਜੀ ਹਾਂਜੀ, ਜੇ ਸੋਚਿਆ ਜਾਵੇ ਜੀ ਮਤਲਬ ਕਿ ਵੀ ਮੇਨ ਚੀਜ਼ ਪੈਸਾ ਹੀ ਰਹੇਗੀ, ਮੁੱਦਾ ਤਾਂ ਪੈਸਾ ਹੀ ਆ, ਜਿੱਥੇ ਪੈਸਾ ਸਿਫਾਰਿਸ਼ ਹੀ ਕੰਮ ਹੈ, ਸਿਫਾਰਿਸ਼ ਵੀ ਚੱਲਦੀ, ਜ਼ਿਆਦਾ ਤਾਂ ਸਿਫਾਰਿਸ਼ ਹੀ ਚੱਲਦੀ ਹੈ ਜੀ ਇੱਥੇ, ਵੀ ਮਤਲਬ ਜੋ ਕਿਸੇ ਸਿਫਾਰਿਸ਼ ਆ ਗਈ ਤਾਂ ਉਸਨੂੰ ਡਿਪੈਂਟਮੈਂਟ ਕਰ ਲੈਂਦੇ ਨੇ ਜੀ, ਨਹੀਂ ਤਾਂ ਸਾਡੇ ਵਰਗੇ ਤਾਂ ਗਰੀਬ ਲੋਕ ਖੱਜਲ ਖੁਆਰੇ ਹੀ ਹੁੰਦੇ, ਖੱਜਲ ਖੁਆਰੇ ਹੁੰਦੇ ਆ ਜੀ, ਆਪਾਂ ਨੂੰ ਪਤਾ ਹੀ ਲੱਗਦਾ ਜੀ, ਅਸੀਂ ਆਉਂਦੇ ਜਾਂਦੇ ਰਹਿੰਦੇ ਹਾਂ ਨਾ, ਵੀ ਖੱਜਲ ਖੁਆਰੀ ਜ਼ਿਆਦਾ ਹੀ ਹੁੰਦੀ ਹੈਗੀ, ਇਹ ਪ੍ਰਾਈਵੇਟ ਸਰਕਾਰੀ ਹਸਪੀਟਲਾਂ ਦੇ ਵਿੱਚ ਤਾਂ ਇਹੀ ਕੀ? ਭਗਵੰਤ ਮਾਨ ਨੇ ਕਿੰਨਾ ਕੁ ਧਿਆਨ ਦਿੱਤਾ ਇਸ ਖੇਤਰ ਦੇ ਵੱਲ, ਸਿਹਤ ਸਹੂਲਤਾਵਾਂ ਵੱਲ, ਕਿੰਨਾ ਕੁ ਧਿਆਨ ਦਿੱਤਾ ਭਗਵੰਤ ਮਾਨ ਨੇ? ਭਗਵੰਤ ਮਾਨ ਜਿੰਨੀ ਕਿ ਮੰਨ ਲਓ ਜੀ, ਭਗਵੰਤ ਮਾਨ ਹੁਣ ਇਸ ਮੁੱਦੇ ਸੰਗਰੂਰ ਦੇ ਵਿੱਚ ਇਕੱਲੇ MP ਸੀਗੇ ਜੀ, ਹੁਣ ਇਕੱਲੇ ਬੰਦੇ ਦੀ ਸੁਣਵਾਈ ਵੀ ਜਿੱਥੇ ਤੱਕ ਹੋ ਸਕਿਆ ਉਹਨਾਂ ਨੇ ਫਾਇਦਾ ਵੀ ਬਹੁਤ ਸੋਚਿਆ ਗਾ ਅਤੇ ਕਰ ਵੀ ਰਹੇ ਨੇਗੇ ਜਿੰਨਾ ਕੁ ਹੋ ਸਕਦਾ, ਉਹ ਵਿਕਾਸ ਬਹੁਤ ਵਧੀਆ ਕਰ ਰਹੇ ਨੇਗੇ, ਅਤੇ ਮਤਲਬ ਕਿ ਜੇ ਉਹਨਾਂ ਦਾ ਸਰਕਾਰਾਂ ਸਾਥ ਦੇਣ ਜੇ ਵਿਕਾਸ ਬਹੁਤ ਵਧੀਆ ਕਰ ਸਕਦੇ ਨੇ ਜੀ ਉਹ। ਤੇ ਤੁਸੀਂ ਕਿਸ ਉਮੀਦਵਾਰ ਦੇ ਹੱਕ ਦੇ ਵਿੱਚ ਵੋਟਾਂ ਪਾਉਂਗੇ ਇਸ ਵਾਰ? ਅਸੀਂ ਜੇ ਸਾਨੂੰ ਵਧੀਆ ਲੱਗੂਗਾ ਜੀ, ਅਸੀਂ ਤੁਸੀਂ ਡਿਸਾਈਡ ਨਹੀਂ ਕੀਤਾ ਹਾਲੇ ਤੱਕ, ਸੋਚਿਆ ਨਹੀਂ? ਸਟੇਜ ਤਾਂ ਜੀ ਅਸੀਂ ਚਾਹੁੰਦੇ ਤਾਂ ਅਸੀਂ ਹੈਗੇ ਜੀ ਵੀ ਵਧੀਆ ਕਰਨ, ਸਾਰੀ ਵਧੀਆ ਕਰਨ, ਮੰਨ ਲਓ ਜੀ ਕਿਉਂਕਿ ਚਾਰ ਦਿੱਗਜ ਉਮੀਦਵਾਰ ਖੜ੍ਹੇ ਆ ਇੱਥੇ, ਇੱਕ ਦੂਸਰੇ ਨੂੰ ਬਰਾਬਰ ਦੀ ਟੱਕਰ ਮਿਲ ਰਹੀ ਹੈ, ਅਤੇ ਤੁਸੀਂ ਸੋਚਿਆ ਹੋਊਗਾ ਤੁਹਾਡੇ ਕਿਹੜੇ ਮੁੱਦੇ, ਜਿੰਨੇ ਭਗਵੰਤ ਮਾਨ ਨੇ ਵਿਕਾਸ ਕੀਤਾ ਤੁਸੀਂ ਹੁਣ ਅੱਗੇ ਨੂੰ ਵੀ ਕੀ ਚਾਹੋਗੇ, ਕਿਹੜਾ ਉਮੀਦਵਾਰ ਆਊਗਾ? ਅਸੀਂ ਉਮੀਦਵਾਰ ਤਾਂ ਜੀ ਮੰਨ ਲਗੇ ਜੀ ਜਿਹੜੀ ਅਸੀਂ ਦਾਇਰੇ 'ਤੇ ਖੜ੍ਹੇ ਹਾਂ ਜੀ, ਅਸੀਂ ਤਾਂ ਭਗਵੰਤ ਮਾਨ ਨੂੰ ਚਾਹਾਂਗੇ ਜੀ। ਅਤੇ ਸੈਂਟਰ ਦੇ ਵਿੱਚ ਕਿਸ ਦੀ ਸਰਕਾਰ ਆਊਗਾ? ਸੈਂਟਰ ਦੇ ਵਿੱਚ ਤਾਂ ਜੀ ਮੰਨ ਲਓ ਇਹ ਕਾਂਗਰਸ ਵੀ ਜ਼ਿਆਦਾ ਕਹਿ ਰਹੀ ਹੈਗੀ ਅਤੇ BJP ਵਾਲੇ ਵੀ ਜ਼ਿਆਦਾ ਕਹਿ ਰਹੇ ਨੇਗੇ, ਅਸੀਂ ਤਾਂ ਸਿਰਫ ਵੀ ਭਗਵੰਤ ਮਾਨ ਦੇ ਹੀ ਫੈਨ ਆ ਜ਼ਿਆਦਾਤਰ ਤਾਂ। ਮੁੱਦੇ ਤਾਂ ਮੈਡਮ ਜੀ ਇਹੀ ਨੇ ਵੀ ਸਾਡੀ ਸੁਣਵਾਈ ਹੋਵੇ, ਸੁਣਵਾਈ ਨਹੀਂ ਹੋ ਰਹੀ ਜੀ ਸਾਡੀ, ਅੱਜ 4 ਦਿਨ ਹੋ ਗਏ ਸਾਡੇ ਬਿਆਨ ਨਹੀਂ ਲੈਤੇ ਜਾ ਰਹੇ ਜੀ, ਸਾਡੇ ਨਾਲ ਧੱਕਾਸ਼ਾਹੀ ਹੋ ਰਹੀ ਹੈ ਜੀ, ਅਸੀਂ ਵੀ ਪਹਿਲਾਂ ਕਾਂਗਰਸ ਕਰੀ ਅਤੇ ਉਹਨਾਂ ਦਾ ਧਰਮਸੋਤ ਮੰਤਰੀ ਹੈ ਜੀ ਜਿਹੜਾ ਮੌਕੇ ਦਾ ਹੁਣ ਮੌਜੂਦਾ ਚਾਂਦੀ ਰਾਮ ਸਰਪੰਚ ਹੈ ਜੀ, ਉਹਨਾਂ ਤੋਂ ਫੋਨ ਕਰਾ ਦੇਣੇ ਜੀ, ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਜੀ ਇੱਥੇ, ਹੁਣ ਰਾਤ ਕਹਿੰਦੇ ਜੀ ਤੁਹਾਨੂੰ ਗੁੰਮ ਕਰਦੀ ਫਾਇਲ ਕਰਦੀ ਆ, ਸਾਡੇ ਉਹ ਪ੍ਰੈਸ਼ਰ ਪਾਉਂਦੇ ਨੇ ਜੀ, ਦਬਕੇ ਦਿੰਦੇ ਨੇ, ਪੁਲਿਸ ਆ ਨਹੀਂ ਰਹੀ ਜੀ ਇੱਥੇ, ਉਹਨਾਂ ਕੱਲ੍ਹ SSB ਸਰ ਦੇ ਕੇ ਆਏ RG ਜੀ, ਕੋਈ ਨਹੀਂ ਸਾਡੀ ਸੁਣਵਾਈ ਹੋ ਰਹੀ, ਧੱਕਾਸ਼ਾਹੀ ਹੋ ਰਹੀ ਆ। ਗੱਲ ਕੀ ਹੋਈ ਸੀ ਜੀ? ਗੱਲ ਜੀ ਉਹ ਤਾਏ ਚਾਚੇ ਦਾ ਝਗੜਾ ਦੀ ਬਾਹਰ ਜਗ੍ਹਾ ਦੀ ਜੀ, ਆਪਣੇ ਡੰਗਰ ਬੰਨਣ ਗਿਆ ਜੀ, ਉਹ ਹੱਥੋਂ ਪਾਈ ਹੋਏ ਨੇ ਉਹਦੇ ਤਾਏ ਚਾਚੇ ਜੀ, ਆਹ ਹੁਣ ਫੋਨ ਕੀਤਾ ਜੀ, ਉਹ ਕਹਿੰਦੇ ਵੀ ਹਾਂ ਤੁਹਾਨੂੰ ਅਸੀਂ ਚੁਕਾਵਾਂਗੇ, ਪੁਲਿਸ ਸਾਡੀ ਖਰੀਦੀ ਹੋਈ ਹੈ ਜੀ, ਧਮਕੀ ਦਿੰਦੇ ਨੇ ਸਾਨੂੰ ਜੀ। ਤੁਸੀਂ ਜਿਸ ਤਰੀਕੇ ਨਾਲ ਕਹਿ ਰਹੇ ਵੀ ਕਾਂਗਰਸ ਪਾਰਟੀ ਤੋਂ ਬੇਹੱਦ ਖਫਾ ਹੋ, ਅਕਾਲੀ ਦਲ ਤੋਂ ਵੀ ਲੋਕ ਖਫਾ ਨੇ, ਕੋਈ ਉਮੀਦਵਾਰ ਜਿਹਦੀ ਤੁਸੀਂ ਹੁਣ ਗੱਲ ਕਰ
ਇਹ ਗਰੀਬ ਹੋਊਗਾ ਪੰਜਾਬ, ਰੁਜ਼ਗਾਰ ਕਿਸੇ ਨੂੰ ਨਹੀਂ ਹੈ, ਸਭ ਬੇਰੁਜ਼ਗਾਰ ਫਿਰਦੇ ਨੇ ਬੰਦੇ, ਅੱਕ ਕੇ ਬਾਹਰ ਨੂੰ ਜਾਂਦੇ ਨੇ ਪੰਜਾਬ ਨੂੰ ਤਿਆਗ ਕੇ, ਹੈਂ ਸਾਡੀਆਂ ਜਵਾਨੀਆਂ ਉੱਥੇ ਪਾ ਗਈਆਂ, ਇੱਥੇ ਰਹੂ ਕੌਣ, ਅਸੀਂ ਮਰ ਜਾਣਾ, ਫਿਰ ਇੱਥੇ ਭਈਏ ਰਹਿਣਗੇ ਜਾਂ ਬਾਣੀ ਰਹਿਣਗੇ, ਇੱਥੇ ਹੋਰ ਨਹੀਂ ਕੋਈ ਰਹਿੰਦਾ, ਇਹਨਾਂ 'ਚੋਂ ਕੋਈ ਚੰਗਾ ਨਹੀਂ, ਸਾਰੀ ਇੱਕੋ ਹੀ ਨੇ। ਅਤੇ ਵਿਕਾਸ ਕਿੰਨਾ ਕੀਤਾ ਭਗਵੰਤ ਮਾਨ ਨੇ ਪਿੰਡ ਗੋਦ ਲਿਆ, ਕਿੰਨਾ ਕੁ ਵਿਕਾਸ? ਗੋਦ ਵਧੀਆ ਕੀਤਾ, ਉੱਧਰ ਕਮਰੇ ਪਾਏ ਇਹਨਾਂ ਨੇ, ਦੋ ਤਿੰਨ ਪਾਤੇ ਸਕੂਲ ਦੇ ਵਿੱਚ, ਬਾਕੀ ਤਾਰਾਂ ਪਵਾਈਆਂ ਨੇ, ਵਧੀਆ ਕੰਮ ਕੀਤਾ, ਇਹੋ ਜਿਹੀ ਗੱਲ ਨਹੀਂ। 5 ਸਾਲਾਂ 'ਚ ਹੋਰ ਕਿੰਨਾ ਕਰਦੇ, 900 ਪਿੰਡ ਹੈ, 25 ਕਰੋੜ ਮਿਲਦਾ, ਕਿੰਨਾ ਕੁ ਬੈਥਰੂਮ 'ਤੇ ਲੱਗਦਾ 5 ਲੱਖ ਤਾਂ, ਅੱਜ ਆਪਾਂ ਬਣਾਈਏ ਆਉਂਦਾ ਵੀ ਕੁਛ ਨਹੀਂ, ਜਿਹੜਿਆਂ ਨੇ 70-70 ਸਾਲ ਲਾ ਤੇ ਆਜ਼ਾਦ ਹੋਏ ਨੂੰ, ਉਹਨਾਂ ਨੇ ਕੁਛ ਨਹੀਂ ਬਣਾਇਆ ਜੀ। ਸਾਨੂੰ ਤਾਂ ਇਹੀ ਗੱਲ ਹੈ ਜੀ, ਸਾਡੇ ਖਾਤਿਆਂ 'ਚ ਪੈਸੇ ਪਾਉਣ, ਸਾਨੂੰ ਲੋੜ ਨਹੀਂ ਇਹਨਾਂ ਵਿਕਾਸਾਂ ਦੀ। ਸਾਡੇ ਜਵਾਕ ਦੇਖੋ, ਇੱਕ ਤਾਂ ਸਕੂਲ 'ਚੋਂ ਕੱਢ ਦਿੰਦਾ ਵੀ ਫੀਸ ਲਿਆ, ਫੀਸ ਕਿੱਥੋਂ ਭਰੂ, ਜੇ ਸਾਡੇ ਖਾਤਿਆਂ 'ਚ ਪੈਸੇ ਭੇਜਣ ਇਹ, ਤਾਂ ਜਵਾਕ ਵਾਲਾ ਫੀਸ ਭਰ ਲਏ ਮਾਂ ਉਹਦੀ, ਹੈਂ ਉਹ ਪੜ੍ਹਾਈ ਕਰ ਲਵੇ, ਹੋਰ ਕੀ ਕਰੇ ਜੀ। ਇਹ ਜਿਹੜੇ ਮੋਦੀ ਨੇ ਪਾਏ ਠੀਕ ਹੈ ਗੱਲ, ਇਹ ਜਿਹੜੇ ਖਾਤਿਆਂ 'ਚ ਪਾਤੇ ਉਹ ਠੀਕ ਹੈ, ਆਲੇ ਫੀਸ ਭਰ ਲਿਆ ਤਾਂ ਬੇੜਾ ਪੱਕਾ ਗੱਲ, ਕੁਛ ਚਾਹੇ ਇਲਾਜ ਕਰਾ ਲਵੇ ਉਹਦਾ, ਇਹੀ ਗੱਲ ਹੈ ਜੀ। ਇੱਥੇ ਹੋਣਾ ਕੁਛ ਨਹੀਂ, ਇਹਨਾਂ ਨੇ ਸਾਰੀ ਚੋਰ ਨੇ, ਇੱਕ ਲੁੱਟ ਕੇ ਬਚ ਜਾਂਦਾ, ਇੱਕ ਲੁੱਟਣ ਆ ਜਾਂਦਾ। ਤੁਸੀਂ ਕਿਸ ਪਾਰਟੀ ਦੀ ਸਪੋਰਟ ਕਰੋਗੇ, ਕਿਸ ਉਮੀਦਵਾਰ ਨੂੰ ਵੋਟ ਕਰੋਗੇ? ਅਸੀਂ ਤਾਂ ਜੀ ਭਗਵੰਤ ਮਾਨ ਨੂੰ ਚੰਗਾ ਕਹਿੰਦਾ, ਜਿਹੜਾ ਪੋਲ ਖੋਲਦਾ ਇਹਨਾਂ ਦੀ ਚੋਰਾਂ ਦੀ, ਪਰ ਇਹਨੂੰ ਮਾੜਾ ਦੱਸ ਰਹੇ, ਪਰ ਠੀਕ ਹੈ ਇਹ ਬੰਦਾ, ਇਸ ਕਰਕੇ ਇਹ ਕੋਈ ਇਹਨਾਂ 'ਚੋਂ ਚੰਗਾ ਨਹੀਂ ਹੈਗਾ। ਸਰ ਸੈਂਟਰ ਦੇ ਵਿੱਚ ਕਿਹਦੀ ਸਰਕਾਰ ਆਊਗੀ? ਇਹ ਮੋਦੀ ਆਊ ਜੀ, ਕਿਸੇ ਨੂੰ ਪਾਲੇ ਹੁਣ ਪਾਈਏ ਫਿਰ ਕਿੱਥੇ ਸੀ, ਜਦ ਬੰਦੇ ਨਹੀਂ ਠੀਕ, ਇਹਨਾਂ ਨੂੰ ਅੰਗਰੇਜ਼ ਚੰਗੇ ਤੇ, ਅੰਗਰੇਜ਼ ਬਹੁਤ ਚੰਗੇ ਤੇ, ਅਜੇ ਤੱਕ ਪੁਲ ਨਹੀਂ ਟੁੱਟਦੇ ਇਹਨਾਂ, 3 ਸਾਲ ਨਹੀਂ ਪੁਲ ਚੱਲਦਾ, 3 ਸਾਲਾਂ 'ਚ ਪੁਲ ਟੁੱਟ ਜਾਂਦਾ, ਬਾਕੀ ਖਾਈ ਜਾਂਦੇ ਨੇ ਚੋਰ ਸਾਰੇ, ਇਹੀ ਗੱਲ ਹੈ ਜੀ, ਬਈ ਸਾਨੂੰ ਚੰਗੇ ਨਹੀਂ ਲੱਗ ਰਹੇ ਇਹ। ਇਹਨਾਂ ਦਾ ਕਹਿਣਾ ਹੈ ਕਿ ਭਗਵੰਤ ਮਾਨ ਇਸ ਪਿੰਡ ਦਾ ਵਿਕਾਸ ਕੀਤਾ, ਭਾਵੇਂ ਕਿ ਲੋਕਾਂ ਵੱਲੋਂ ਉਹਨਾਂ ਨੂੰ ਗਲਤ ਕਿਹਾ ਜਾ ਰਿਹਾ, ਪਰ ਭਗਵੰਤ ਮਾਨ ਨੇ ਜਿੰਨਾ ਹੋ ਸਕਿਆ ਇਹਨਾਂ ਦਾ ਮੰਨਣਾ ਕਿ ਵਿਕਾਸ ਕੀਤਾ, ਅਤੇ ਬਾਕੀ ਸਾਰੇ ਹੀ ਚੋਰ ਨੇ, ਕੈਪਟਨ ਸਾਹਿਬ ਨੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ, ਨਾ ਨੌਕਰੀ ਦਾ ਵਾਅਦਾ ਪੂਰਾ ਕੀਤਾ, ਨਾ ਹੀ ਰੁਜ਼ਗਾਰ ਦਾ ਵਾਅਦਾ ਪੂਰਾ ਕੀਤਾ, ਨਾ ਹੀ ਕਿਸਾਨਾਂ ਦੇ ਕਰਜ਼ ਮਾਫੀ ਦਾ ਵਾਅਦਾ ਪੂਰਾ ਕੀਤਾ। ਇਸ ਤਰ੍ਹਾਂ ਅਸੀਂ ਪਿੰਡ ਦੇ ਹੋਰ ਲੋਕਾਂ ਤੋਂ ਵੀ ਜਾਣਾਂਗੇ ਕਿ ਆਖਰ ਉਹਨਾਂ ਦੇ ਕੀ ਵਿਚਾਰ ਨੇ ਭਗਵੰਤ ਮਾਨ ਬਾਰੇ, ਕੀ ਸੋਚਦੇ ਹੈ, ਜਾਂ ਹੋਰ ਪਾਰਟੀਆਂ ਦੁਆਰਾ ਉਹਨਾਂ ਦਾ ਕਿੰਨਾ ਕੁ ਰੁਝਾਨ ਹੈ, ਕਿੰਨਾ ਕੁ ਉਹਨਾਂ ਨੇ ਵਿਕਾਸ ਕੀਤਾ, ਜਾਂ ਕਿਹੜੇ ਉਹਨਾਂ ਦੇ ਮੁੱਦੇ ਨੇ, ਅਸੀਂ ਇਸ ਪਿੰਡ ਦੇ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ। ਅਸੀਂ ਇਸ ਟਾਈਮ ਮੌਜੂਦ ਹਾਂ ਭਗਵੰਤ ਮਾਨ ਦੇ ਗੋਦਲੇ ਪਿੰਡ ਬੇਨੜਾ ਦੇ ਵਿੱਚ। ਇੱਥੋਂ ਦੇ ਅਸੀਂ ਬਜ਼ੁਰਗਾਂ ਤੋਂ ਪੁੱਛਾਂਗੇ ਕਿ ਆਖਰ ਕਿੰਨਾ ਕੁ ਭਗਵੰਤ ਮਾਨ ਨੇ ਵਿਕਾਸ ਕੀਤਾ, ਭਗਵੰਤ ਮਾਨ ਨੇ ਬਹੁਤ ਵੱਡੇ ਵੱਡੇ ਵਿਕਾਸ ਦੇ ਵਾਅਦੇ ਕੀਤੇ, ਅਤੇ ਆਖਰ ਅਸਲ ਸਥਿਤੀ ਕੀ ਹੈ ਉਹ ਅਸੀਂ ਇਸ ਪਿੰਡ ਦੇ ਨੌਜਵਾਨਾਂ ਤੋਂ ਜਾਣ ਚੁੱਕੇ ਹਾਂ, ਬਜ਼ੁਰਗਾਂ ਤੋਂ ਜਾਣਾਂਗੇ, ਅਸੀਂ ਸੱਥ ਦੇ ਵਿੱਚ ਖੜ੍ਹੇ, ਅਸੀਂ ਇਹਨਾਂ ਜਾਣਾਂਗੇ ਕਿ ਆਖਰ ਭਗਵੰਤ ਮਾਨ ਨੇ ਕਿੰਨਾ ਕੁ ਵਿਕਾਸ ਕੀਤਾ ਇਸ ਪਿੰਡ ਦਾ, ਕਿੰਨਾ ਕੁ ਸੁਧਾਰ ਹੋ ਚੁੱਕਿਆ, ਅਤੇ ਆਉਣ ਵਾਲੇ ਸਮੇਂ ਦੇ ਵਿੱਚ 19 ਮਈ ਨੂੰ ਵੋਟਾਂ ਹੋਣਗੀਆਂ, ਕਿਸ ਉਮੀਦਵਾਰ ਦੇ ਹੱਕ ਦੇ ਵਿੱਚ ਵੋਟਾਂ ਪਾਉਣਗੇ? ਹਾਂਜੀ, ਤੁਸੀਂ ਦੱਸੋ ਜੀ, ਭਗਵੰਤ ਮਾਨ ਨੇ ਕਿੰਨਾ ਕੁ ਵਿਕਾਸ ਕੀਤਾ ਜੀ? ਸਾਡੇ ਜੀ ਉਹਨੇ 19 ਲੱਖ ਰੁਪਇਆ ਭੇਜਤਾ ਸੀਗਾ, ਖੈਰ ਉਹਨੇ ਪਿੰਡ ਗੋਦ ਲਿਆ ਸੀ, ਗੋਦ ਲੈਣ ਦੇ ਬਾਵਜੂਦ ਇਹਨਾਂ ਨੇ ਢੀਂਡ ਛੇ ਨੇ ਵੀ ਗੋਦ ਲਿਆ ਸੀ, ਹੈ ਜੀ, ਜਿਹੜੇ ਜਿੰਨੇ ਵੀ ਜਿੱਤੇ ਉਹ ਤਾਂ ਸਭ ਨੂੰ ਮੋਦੀ ਨੇ ਗੋਦ ਇੱਕ ਇੱਕ ਪਿੰਡ ਦਿੱਤਾ ਸੀ, ਕਿਉਂਕਿ ਸੈਂਟਰ ਸਰਕਾਰ ਨੇ ਇਹਨਾਂ ਨੇ ਪੈਸੇ ਨਹੀਂ ਦਿੱਤੇ, ਉਹਨਾਂ ਦਾ ਕੰਮ ਉੱਥੇ ਹੀ ਠੱਪ ਹੋ ਗਿਆ ਸਾਰੇ ਪਿੰਡਾਂ ਦਾ ਜੀ, ਜਿਹੜੇ ਇਹਨਾਂ ਨੇ ਗੋਦ ਲਏ ਤੇਗੇ। ਹੁਣ ਭਗਵੰਤ ਮਾਨ ਨੇ ਫਿਰ ਵੀ ਸਾਡੇ ਪਿੰਡ ਨੂੰ 19 ਲੱਖ ਰੁਪਇਆ ਭੇਜਤਾ ਸੀ, ਲੱਗਿਆ ਕਿ ਸਕੂਲ 'ਚ ਕਮਰੇ ਪਵਾਤੇ, ਹੈ ਜੀ, ਕੀ ਕਰਵਾਇਆ ਜੀ ਉਸ ਪੈਸੇ ਦੇ ਵਿੱਚ? ਉਹਨੇ ਸਕੂਲ 'ਚ 2 ਕਮਰੇ ਪਵਾਏ ਨੇ ਜੀ, ਹੋਰ ਪਿੰਡ 'ਚ ਬੰਚ ਮੁੰਜੇ ਭੇਜੇ ਨੇ ਗੇ, ਹੋਰ ਕੋਈ ਪੈਸਾ ਪਿੰਡ 'ਚ ਭੇਜਿਆ ਸੀ ਉਹਦਾ ਵਾਪਸ। ਕਿੰਨੇ ਕੁ ਵਾਰ ਇਸ ਪਿੰਡ ਦੇ ਵਿੱਚ ਭਗਵੰਤ ਮਾਨ ਆਪ ਆ ਚੁੱਕੇ? ਆਪ ਆ ਗਿਆ ਜੀ, 1-2 ਗੀ ਲਾਇਆ ਹੈਗਾ। ਅਤੇ ਹੁਣ ਤੁਸੀਂ ਕਿਸ ਉਮੀਦਵਾਰ ਨੂੰ ਵੋਟਾਂ ਪਾਓਗੇ? ਹੁਣ ਜੀ ਅਸੀਂ ਦੇਖ ਕੇ ਹੀ ਪਾਵਾਂਗੇ ਕਿਸੇ ਚੰਗੇ ਨੂੰ, ਸਭ ਹੁਣ ਸਾਨੂੰ 70 ਸਾਲ ਹੋ ਗਏ ਵੋਟਾਂ ਪਾਉਂਦਿਆਂ ਨੂੰ, ਨਾ ਅਕਾਲੀਆਂ ਨੇ ਕੁਛ ਕਰਿਆ ਨਾ ਕਾਂਗਰਸ ਨੇ, ਇੱਕ ਤਾਂ ਤੀਜੀ ਧਿਰ ਦਾ ਕੋਈ ਵੀ ਬੰਦਾ ਵਧੀਆ ਲੱਗਿਆ ਉਹਨੂੰ ਵੋਟਾਂ ਪਾਵਾਂਗੇ। ਤੀਜੀ ਧਿਰ ਮਤਲਬ ਕੀ ਜਾਣ ਸਕਦੇ ਹਾਂ ਅਸੀਂ? ਤੀਜੀ ਇਹਨਾਂ ਦੇ 70 ਸਾਲ ਹੋ ਗਏ ਵੋਟਾਂ ਪਾਉਂਦੇ, ਨਾ ਅਕਾਲੀਆਂ ਨੇ ਕੁਛ ਕਰਿਆ ਨਾ ਕਾਂਗਰਸ ਨੇ, ਹਾਂ ਇਹਦੇ ਤਾਂ ਬਿਹਤਰ। ਤੁਸੀਂ ਕਹਿੰਦੇ ਭਗਵੰਤ ਮਾਨ ਨੇ ਵਿਕਾਸ ਕੀਤਾ, ਭਗਵੰਤ ਮਾਨ ਨੂੰ ਵੋਟਾਂ ਪੈਣਗੀਆਂ ਜਾਂ ਨਹੀਂ? ਉਹਨੂੰ ਪੈਣਗੀਆਂ ਜੀ ਵੋਟਾਂ, ਵੋਟਾਂ ਅੱਧ ਕੱਢ ਜੂ ਸਾਡੇ ਪਿੰਡ 'ਚੋਂ। ਉਸ ਤੋਂ ਇਲਾਵਾ ਰੁਜ਼ਗਾਰ ਦਾ ਬਹੁਤ ਵੱਡਾ ਮੁੱਦਾ, ਕਿਸਾਨੀ ਦਾ ਬਹੁਤ ਵੱਡਾ ਮੁੱਦਾ, ਭਗਵੰਤ ਮਾਨ ਨੇ ਇੱਕ ਵਿਕਾਸ ਨੂੰ ਛੱਡ ਕੇ ਹੋਰ ਕਿੰਨੇ ਕੁ ਮੁੱਦਿਆਂ ਵੱਲ ਧਿਆਨ ਦਿੱਤਾ? ਹਾਂਜੀ, ਬਹੁਤ ਧਿਆਨ ਦਿੱਤੇ ਨੇ, ਕਾਫੀ ਏਰੀਆ ਕਵਰ ਕਰ ਚੁੱਕੇ ਹਾਂ, ਅਤੇ ਅਸੀਂ ਹੁਣ ਇਹਨਾਂ ਤੋਂ ਜਾਣਾਂਗੇ ਆਖਰ ਕਿ ਇਹਨਾਂ ਦੇ ਕਿਹੜੇ ਮੁੱਦੇ ਨੇ, ਕਿਸ ਉਮੀਦਵਾਰ ਨੂੰ ਇਹ ਵੋਟ ਪਾਉਣਗੇ, ਕਿੰਨਾ ਕੁ ਵਿਕਾਸ ਹੋ ਚੁੱਕਿਆ, ਕਿੰਨਾ ਕੁ ਸਰਕਾਰ ਨੇ ਵਾਅਦੇ ਪੂਰੇ ਕਰ ਦਿੱਤੇ, ਅਸੀਂ ਇਹਨਾਂ ਦੀ ਜ਼ੁਬਾਨੀ ਸੁਣਾਂ, ਕਿਉਂਕਿ ਸਰਕਾਰ ਨੇ ਵਾਅਦੇ ਬਹੁਤ ਵੱਡੇ ਵੱਡੇ ਕੀਤੇ, ਕਿੰਨੇ ਕੁ ਪੂਰੇ ਹੋਏ ਨੇ, ਅਸਲ ਗੱਲ ਉਦੋਂ ਪਤਾ ਲੱਗੂਗੀ ਜਦੋਂ ਜਨਤਾ ਉਹਨਾਂ ਦੀ ਹਾਂ ਦੇ ਵਿੱਚ ਹਾਂ ਭਰੂਗੀ ਵੀ ਹਾਂ ਵਾਅਦੇ ਪੂਰੇ ਹੋਏ ਨੇ ਜਾਂ ਫਿਰ ਸਿਰਫ ਖੋਖਲੇ ਹੀ ਸਾਬਤ ਹੋਏ ਨੇ। ਹਾਂਜੀ, ਕਿੰਨੇ ਕੁ ਵਾਅਦੇ ਪੂਰੇ ਹੋਏ ਨੇ?
ਪਰ ਸਾਡੇ ਨਾਲ ਇੱਕ ਤਰ੍ਹਾਂ ਦਾ ਧੋਖਾ ਹੋਇਆ ਜੀ ਵੀ ਕਿਸਾਨਾਂ ਦਾ ਕਰਜ਼ਾ ਮਾਫ ਸਿਰਫ 5-4% ਦਾ ਕਿਸਾਨਾਂ ਦਾ ਕਰਜ਼ਾ ਮਾਫ ਹੋਇਆ ਜੀ ਉਹ ਵੀ 1.5 ਏਕੜ ਵਾਲਿਆਂ ਦਾ ਜੀ ਅਤੇ ਤੁਹਾਡਾ ਹੋਇਆ ਜੀ ਉਹਦੇ ਵਿੱਚੋਂ ਨਹੀਂ ਜੀ ਸਾਡਾ ਕੋਈ ਕਰਜ਼ਾ ਨਹੀਂ ਮੈਂ ਮੇਰੇ ਕੋਲ 1.5 ਏਕੜ ਜ਼ਮੀਨ ਹੈ ਜੀ ਮੇਰਾ ਬਿਲਕੁਲ ਕਰਜ਼ਾ ਨਹੀਂ ਮਾਫ ਹੋਇਆ ਜੀ ਉਹਦੇ ਵਿੱਚ ਅਤੇ ਤੁਸੀਂ ਨਾਮ ਆਇਆ ਸੀਗਾ ਜਾਂ ਨਾਮ ਵੀ ਨਹੀਂ ਆਇਆ ਹੈਗਾ ਜਦੋਂ ਲਿਸਟ ਆਉਂਦੀਆਂ ਨੇ ਨਹੀਂ ਜੀ ਲਿਸਟ 'ਚ ਨਾਮ ਹੀ ਨਹੀਂ ਆਇਆ ਜੀ ਸਾਰੀ ਘਪਲੇਬਾਜ਼ੀ ਹੋ ਰਹੀ ਹੈ ਜੀ ਜਿਹੜੇ ਇਹਨਾਂ ਦੇ ਐਮਐਲਿਆਂ ਦੇ ਆਪਣੇ ਖਾਸ ਬੰਦੇ ਆ ਜੀ ਉਹਨਾਂ ਦਾ ਹੋ ਰਿਹਾ ਵੀ 2-4% ਜਿਹੜੇ ਪਿੰਡ ਦੇ ਵਿੱਚੋਂ ਮੇਨ ਲੀਡਰ ਹੁੰਦੇ ਆ ਉਹਨਾਂ ਦਾ ਹੋ ਜਾਂਦਾ ਜੀ ਬਾਕੀ ਤਾਂ ਤੁਹਾਡਾ ਕਹਿਣਾ ਜਿਹੜੇ ਜਿਨ੍ਹਾਂ ਦੀ ਸਿਫਾਰਸ਼ ਹੁੰਦੀ ਆ ਪਹੁੰਚ ਸਿਰਫ ਉਹਨਾਂ ਦੇ ਹੀ ਕਿਸਾਨਾਂ ਦੇ ਕਰਜ਼ੇ ਮਾਫ ਹੋਵੇ ਉਹਨਾਂ ਦੀ ਹੁੰਦਾ ਜੀ ਪਹੁੰਚ ਤੱਕ ਜੀ ਨਸ਼ਿਆਂ ਬਾਰੇ ਵੀ ਕੈਪਟਨ ਸਾਹਿਬ ਨੇ ਸੌਂਹ ਖਾਧੀ ਸੀਗੀ ਉਹ ਤੁਸੀਂ ਕਿੱਥੇ ਕੁ ਦੇਖਦੇ ਵੀ ਕਿੰਨਾ ਕੁ ਉਹਨਾਂ ਨੇ ਕਾਬੂ ਕਰ ਲਿਆ ਨਸ਼ਾ 1% ਵੀ ਘੱਟ ਨਹੀਂ ਹੋਇਆ ਮਤਲਬ ਰੇਟ ਜ਼ਰੂਰ ਦਾ ਮਹਿੰਗਾ ਹੋਇਆ ਉਹ ਵੀ ਇਹਨਾਂ ਦੇ ਜਿਹੜੇ ਮੇਨ ਲੀਡਰ ਨੇ ਜੋ ਉਹੀ ਵੇਚਦੇ ਨੇ ਸਾਰੇ ਥਾਣੇ ਦੇ ਵਿੱਚ ਸਾਰਾ ਵਿਕਦਾ ਹੈ ਜੀ ਸਾਰਾ ਕੁਝ ਮੇਨ ਮਿਲੀ ਭੁਗਤ ਨਾਲ ਹੁੰਦਾ ਜੀ ਬਸ ਮਹਿੰਗਾ ਹੋ ਗਿਆ ਜੀ ਇਹਨਾਂ ਨੂੰ ਲੀਡਰਾਂ ਨੂੰ ਫਾਇਦਾ ਹੋਇਆ ਆਮ ਜਿਹੜੀ ਪਬਲਿਕ ਖਾਂਦੀ ਸੀ ਵਿਚਾਰੀ ਉਹਨੂੰ ਮਹਿੰਗਾ ਲੈਣਾ ਪੈ ਗਿਆ ਜੀ ਬੰਦ ਬਿਲਕੁਲ ਨਹੀਂ ਹੋਇਆ ਜੀ ਤੁਸੀਂ ਕਿਸ ਪਾਰਟੀ ਨੂੰ ਸਪੋਰਟ ਕਰਦੇ ਹੋ ਜੀ ਤੁਹਾਡੇ ਇਲਾਕੇ ਦੇ ਵਿੱਚ ਕਿਸ ਦੀ ਜ਼ਿਆਦਾ ਹਵਾ ਦੇਖੀ ਜਾ ਸਕਦੀ ਹੈ ਸਾਡੇ ਤਾਂ ਇਸ ਟਾਈਮ ਮੇਰੇ ਖਿਆਲ ਭਗਵੰਤ ਮਾਨ ਜੀ ਚੰਗਾ ਉਹ ਕਰ ਰਹੇ ਨੇ ਜੀ ਭਗਵੰਤ ਮਾਨ ਨੇ ਕਿੰਨਾ ਕੁ ਵਿਕਾਸ ਕਰਵਾਇਆ ਉਹਨਾਂ ਨੇ ਵਿਕਾਸ ਮਤਲਬ ਉਹਨਾਂ ਦਾ ਜਿਹੜਾ ਮੇਨ ਵਿਊ ਹੈ ਵੀ ਉਹ ਕਹਿੰਦੇ ਵੀ ਬੱਚੇ ਸਿੱਖਸਾ ਤੇ ਜ਼ੋਰ ਦਿੱਤਾ ਜਾਵੇ ਵੀ ਸਾਨੂੰ ਸਬਸਿਡੀਆਂ ਦੀ ਲੋੜ ਨਹੀਂ ਹੈ ਵੀ ਸਾਡੇ ਬੱਚੇ ਕਮਾਈ ਕਰਨ ਦੇ ਲਾਇਕ ਹੋਣ ਪੜ੍ਹਾਈ ਕਰਨ ਸਕੂਲ ਚੰਗੇ ਹੋਣ ਰੁਜ਼ਗਾਰ ਮਿਲੇ ਜੀ ਸਾਨੂੰ ਅਤੇ ਬਾਕੀ ਜਿਹੜਾ ਉਹਨਾਂ ਦਾ 26 ਕਰੋੜ ਰੁਪਇਆ ਲਗਾਇਆ ਉਹ ਵੀ ਸਾਰੇ ਪਿੰਡਾਂ ਦੇ ਵਿੱਚ ਪਹੁੰਚਿਆ ਜੀ ਸਾਡੇ ਪਿੰਡ 'ਚ ਵੀ ਪਹੁੰਚਿਆ ਪੈਸਾ ਸਾਰੇ ਪਿੰਡਾਂ 'ਚ ਪਹੁੰਚਿਆ ਜੀ ਪਿੰਡ 'ਚ ਕਿੰਨਾ ਕੁ ਵਿਕਾਸ ਕਰਵਾ ਚੁੱਕੇ ਜੀ ਉਹ ਸਾਡੇ ਪਿੰਡਾਂ 'ਚ ਦੇਖੋ ਜੀ 26 ਕਰੋੜ ਦੇ ਹਿਸਾਬ ਨਾਲ ਜਿੰਨਾ ਕੁ ਸਾਡਾ ਮਿਲਦਾ ਸੀ ਉਸ ਹਿਸਾਬ ਨਾਲ ਸਾਡੇ ਲਾਈਟਾਂ ਆ ਗਈਆਂ ਵਗੈਰਾ ਸਕੂਲ ਦੇ ਵਿੱਚ ਆਰੋ ਸਿਸਟਮ ਆ ਗਿਆ ਜੀ ਉਸ ਹਿਸਾਬ ਨਾਲ ਉਹਨਾਂ ਨੇ ਕਾਫੀ ਕੁਛ ਕੀਤਾ ਜੀ ਅਤੇ ਤੁਹਾਡੇ ਆਮ ਲੋਕਾਂ ਦੇ ਵਿੱਚ ਕਿੰਨੇ ਕੁ ਵਾਰ ਪਿੰਡ ਦੇ ਵਿੱਚ ਭਗਵੰਤ ਮਾਨ ਆ ਚੁੱਕੇ ਦੇਖੋ ਜੀ 824 ਪਿੰਡ ਨੇ ਆ ਸਾਡੇ ਹਲਕੇ ਦੇ ਵਿੱਚ 824 ਦੇ ਵਿੱਚ ਜੇ ਅਸੀਂ ਕਹੀਏ ਸਾਡੇ ਭੋਗਾਂ 'ਤੇ ਆਉਣਗੇ ਜਾਂ ਕੁਛ ਉਹਨਾਂ ਨੇ ਮੈਂਬਰ ਉੱਥੇ ਪਾਰਲੀਮੈਂਟ ਦੇ ਵਿੱਚ ਹੀ ਬੋਲਣਾ ਜੀ ਕਿਉਂਕਿ ਉਹਨਾਂ ਦਾ ਮੇਨ ਫਰਜ਼ ਹੈ ਜੀ ਉੱਥੇ ਸਾਡੇ ਤਾਂ ਆਵਾਜ਼ ਸਾਡੇ ਹਲਕੇ ਦੀ ਆਵਾਜ਼ ਉੱਥੇ ਪਹੁੰਚਾਉਣ ਸਾਨੂੰ ਉਹੀ ਹੈ ਸਾਨੂੰ ਇਹ ਨਹੀਂ ਵੀ ਸਾਡੇ ਹੁਣ ਵੋਟਾਂ ਦਾ ਟਾਈਮ ਆਏ ਉਹ ਵੋਟਾਂ ਲੈਣ ਲਈ ਹਾਂਜੀ ਹੁਣ ਆਏ ਸੀ ਜੀ ਉਸ ਤੋਂ ਪਹਿਲਾਂ 5 ਸਾਲਾਂ ਦੇ ਵਿੱਚ ਪਹਿਲਾਂ ਆਏ ਪਹਿਲਾਂ ਇੱਕ ਵਾਰ ਧੰਨਵਾਦ ਕਰਨ ਜ਼ਰੂਰ ਆਏ ਸੀ ਪਾਰਟੀਆਂ ਸਾਰੀ ਮਤਲਬ ਵਾਅਦੇ ਕਰਦੀਆਂ ਨੇ ਵਾਅਦਾ ਪੂਰਾ ਕੋਈ ਕਰਦੀ ਨਹੀਂ ਹੈਗੀ ਦੇਖੋ ਇਹੀ ਤਾਂ ਇਹੀ ਸਮੱਸਿਆ ਲੋਕਾਂ ਨੂੰ ਵਾਅਦੇ ਵੱਡੇ ਵੱਡੇ ਕੀਤੇ ਜਾਂਦੇ ਆ ਪਰ ਜੇਕਰ ਆਮ ਲੋਕ ਸਵਾਲ ਪੁੱਛਦੇ ਆ ਤਾਂ ਥੱਪੜ ਮਾਰਨ ਤੱਕ ਗੱਲ ਜਾਂਦੀ ਆ ਉਹਨਾਂ ਦਾ ਵਿਰੋਧ ਕੀਤਾ ਜਾਂਦਾ ਪਰਚੇ ਦਰਜ ਹੁੰਦੇ ਆ ਆਖਰ ਆਮ ਜਨਤਾ ਕਰੇ ਤਾਂ ਕਰੇ ਕਿ ਸੁਣਵਾਈ ਕਿੱਥੋਂ ਇਹ ਤਾਂ ਵੱਡਾ ਸਵਾਲ ਹੈ ਨਾ ਆਮ ਜਨਤਾ ਦਾ ਹੱਕ ਹੈ ਉਹ ਕਿੱਥੇ ਬੋਲਣਗੇ ਬਿਲਕੁਲ ਇਹ ਤਾਂ ਠੀਕ ਹੈ ਜੀ ਗੱਲ ਮਤਲਬ ਦੇਖੋ ਵਾਅਦੇ ਜਿੰਨੇ ਵੀ ਕੈਪਟਨ ਸਾਹਿਬ ਨੇ ਕਰੇ ਨੇ ਕੋਈ ਵਾਅਦਾ ਉਹਨੇ ਪੂਰਾ ਨਹੀਂ ਕੀਤਾ ਹੈਗਾ ਨਸ਼ਿਆਂ ਦੀ ਗੱਲ ਸੀਗੀ ਮਤਲਬ ਗੁਟਕਾ ਸਾਹਿਬ ਹੱਥ 'ਚ ਲੈ ਕੇ ਉਹ ਵੀ ਉਹਦਾ ਫੇਲ ਗਿਆ ਜੀ ਦੇਖੋ ਜੇ ਨਹੀਂ ਪੂਰੇ ਕਰਨੇ ਤਾਂ ਕਮ ਸੇ ਕਮ ਗੁਟਕਾ ਸਾਹਿਬ ਦੀ ਬੇਅਦਬੀ ਤਾਂ ਨਾ ਕਰਦੇ ਠੀਕ ਹੈ ਨਾ ਅਤੇ ਦੂਸਰੀ ਗੱਲ ਇਹ ਹੈ ਵੀ ਨੌਕਰੀਆਂ ਦੇਣੀਆਂ ਮੈਂ ਤਾਂ ਨਹੀਂ ਸਮਝਦਾ ਵੀ ਕਿਸੇ ਨੂੰ ਕੋਈ ਨੌਕਰੀ ਮਿਲਦੀ ਆ ਸਾਰੇ ਅਸੀਂ ਬੇਰੋਜ਼ਗਾਰੀ ਬਹੁਤ ਵੱਡਾ ਮੁੱਦਾ ਅਸੀਂ 6 ਖੜਿਆਂ ਜੀ 5 ਕੋਈ ਸਾਨੂੰ ਕੰਮ ਨਹੀਂ ਮਿਲਿਆ ਜੀ ਕੋਈ ਸਾਨੂੰ ਪੁੱਛਦਾ ਨਹੀਂ ਹੈਗਾ ਜੀ ਕੋਈ ਗੱਲ ਨਹੀਂ ਜਿੰਨੇ ਕੁ ਪੀਡੀਏ ਦੇ ਉਮੀਦਵਾਰ ਹੈ ਇੱਕ ਨਵੀਂ ਪਾਰਟੀ ਦੇ ਵਿੱਚ ਪੰਜਾਬ ਦੇ ਵਿੱਚ ਆਪਣਾ ਰੁਤਬਾ ਕਾਇਮ ਕਰਨ ਜਾ ਰਹੀ ਹੈ ਪੀਡੀਏ ਉਹ ਜਸਸੀ ਜਸਰਾਜ ਉਹਨਾਂ ਦੇ ਹੱਕ ਦੇ ਵਿੱਚ ਆ ਉਹ ਤੁਸੀਂ ਕਿੱਥੇ ਕੁ ਸਟੈਂਡ ਕਰਦੇ ਜੀ ਮੈਡਮ ਜੀ ਇਹਨਾਂ ਨੇ ਕੀ ਜਿੱਤਣਾ ਜੀ ਇਹ ਪਾਰਟੀ ਕਿੱਥੇ ਸਟੈਂਡ ਹੋ ਰਹੀ ਹੈ ਜੀ ਪਾਰਟੀਆਂ ਦਾ ਮੇਰੇ 3 ਹੀ ਨੇ ਕਾਂਗਰਸ ਅਕਾਲੀ ਆ ਜੀ ਜਾਂ ਆਮ ਆਦਮੀ ਪਾਰਟੀ ਇੱਥੇ ਮੁਕਾਬਲਾ 3 ਪਾਰਟੀਆਂ ਦੇ ਵਿੱਚ ਜਾਂ ਸਿਰਫ 2 ਪਾਰਟੀਆਂ ਦੇ ਵਿੱਚ ਮੁਕਾਬਲਾ ਨਹੀਂ 3 ਦਾ ਬਰਾਬਰੀ ਹੈ ਜੀ ਮੁਕਾਬਲਾ ਤਾਂ ਬਰਾਬਰੀ ਹੈ 3 ਦਾ ਤੁਸੀਂ ਕਿਹਦੀ ਸਪੋਰਟ ਕਰਦੇ ਮੈਂ ਤਾਂ ਅਕਾਲੀ ਦਲ ਦੀ ਕਰਦਾ ਜੀ ਅਕਾਲੀ ਦਲ ਦੇ ਵਿੱਚ ਸਾਡੇ ਕੰਮ ਹੋਏ ਨੇ ਜੀ ਠੀਕ ਹੈ ਜੀ ਬਹੁਤ ਕੰਮ ਲਿਆ ਜੀ ਅਕਾਲੀ ਦਲ ਦੇ ਵਿੱਚ ਆ ਕਾਂਗਰਸ ਸਰਕਾਰ ਜਦੋਂ ਦੀ ਬਣੀ ਆ ਸਾਡਾ ਤਾਂ ਕੱਖ ਨਹੀਂ ਹੋਇਆ ਜੀ ਅਸੀਂ ਲੰਘ ਜਾਣਗੇ 5 ਸਾਲ ਤੇ ਸੈਂਟਰ ਦੇ ਵਿੱਚ ਕਿਹਦੀ ਸਰਕਾਰ ਆਊ ਸੈਂਟਰ ਵਿੱਚ ਬੀਜੇਪੀ ਮੋਦੀ ਪੱਕਾ ਜੀ ਉਸ ਤੋਂ ਇਲਾਵਾ ਆਪਾਂ ਜੇ ਗੱਲ ਕਰੀਏ ਵੀ ਸਿਹਤ ਸੁਵਿਧਾਵਾਂ ਦੀ ਆਪਾਂ ਗੱਲ ਕਰਦੇ ਹਾਂ ਤੁਹਾਡੇ ਇੱਥੇ ਨੇੜੇ ਹੋਸਪਿਟਲ ਜਿੱਥੇ ਜਾ ਕੇ ਆਏ ਅਸੀਂ ਉੱਥੇ ਹੈ ਨਾ ਅਤੇ ਮਤਲਬ ਦੇਖਣ ਨੂੰ ਨਹੀਂ ਲੱਗਿਆ ਹੈਗਾ ਵੀ ਉੱਥੇ ਮਰੀਜ਼ਾਂ ਦਾ ਕਹਿਣਾ ਕਿ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਹੈਗੀ ਵਧੀਆ ਇਲਾਜ ਨਹੀਂ ਅਤੇ ਸਿਹਤ ਪੱਖ ਨੂੰ ਤਾਂ ਮਜ਼ਬੂਤ ਕਰਨਾ ਫਰਜ਼ ਬਣਦਾ ਬਿਲਕੁਲ ਜੀ ਦੇਖੋ ਮੈਡਮ ਉੱਥੇ ਜਿਹੜਾ ਤਾਂ ਮੱਛਰ ਫਿਰਦਾ ਦੇਖੋ ਸਰਕਾਰੀ ਹਸਪਤਾਲ ਕੋਈ ਸਫਾਈ ਨਹੀਂ ਸ਼ੀਸ਼ੇ ਟੁੱਟੇ ਪਏ ਨੇ ਗੰਦਗੀ ਹੈ ਕਿਤੇ ਕੋਈ ਰੰਗ ਨਹੀਂ ਰੋਗਨ ਨਹੀਂ ਬਹੁਤ ਬੁਰਾ ਹਾਲ ਆਮ ਲੋਕ ਤਾਂ ਹੀ ਜਾਂਦੇ ਵੀ ਤਾਂ ਇਲਾਜ ਮੇਰੇ ਪਤਾ ਸਿਫਾਰਸ਼ੀ ਕੰਮ ਹੈ ਉੱਥੇ ਦਾ ਸਿਫਾਰਸ਼ੀ ਕੰਮ ਹੈ ਜੀ ਬਿਲਕੁਲ ਜੀ ਖੜੇ ਰਹੋ ਕੋਈ ਪੁੱਛਦੇ ਨਹੀਂ ਡਾਕਟਰ ਸਾਹਿਬ ਨੇ ਆਪਰੇਸ਼ਨ ਹੋ ਗਿਆ ਕਰਕੇ ਚਲੇ ਜਾਣਗੇ ਮੁੜ ਕੇ ਕੋਈ ਪੁੱਛਦਾ ਨਹੀਂ ਵੀ ਕੀ ਹਾਲ ਹੈ ਕੀ ਨਾ ਤੇਰਾ ਅਤੇ ਬਾਕੀ ਅਸੀਂ ਚਾਹੁੰਦੇ ਹਾਂ ਵੀ ਸਰਕਾਰ ਤਾਂ ਮੋਦੀ ਦੀ ਤਾਹਾਂ ਆਊਗੀ ਤਾਂ ਅਸੀਂ ਕਹਿੰਦੇ ਵੀ ਜੇ ਥੱਲੇ ਵੀ ਉਰੇ ਬਣ ਜੇ ਤਾਂ ਠੀਕ ਹੈ ਠੀਕ ਹੈ ਜੀ ਬਾਕੀ ਇਹ ਹੈ ਗੱਲ ਵੀ ਵੈਸੇ ਇਹਨਾਂ ਵਿੱਚੋਂ ਸਾਰੇ
ਪ੍ਰੋਗਰੈਸ ਬਣਨੀ ਤਾਂ ਇੱਕ ਵੀ ਹੈ ਨਹੀਂ ਕਿ ਧਿਆਨ ਕਿਧਰੇ ਪਾਸੇ ਵੀ ਮੰਗਦੇ ਨਾ ਬਣਾਓ ਮੰਗਦੇ ਨਹੀਂ ਬਣਨਾ ਚਾਹੀਦਾ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਸੀਗਾ ਵੀ ਮੈਂ ਨਾ ਤਾਂ ਪ੍ਰਚਾਰ ਕਰੂੰਗਾ ਤੇ ਨਾ ਹੀ ਇਲੈਕਸ਼ਨ ਦੇ ਵਿੱਚ ਲੜੂੰਗਾ ਪਰਵਿੰਦਰ ਢੀਂਡਸਾ ਨੂੰ ਵੀ ਉਹਨਾਂ ਨੇ ਗੱਲ ਕਹੀ ਉਹ ਫਿਰ ਵੀ ਖੜੇ ਇਹਦੇ ਬਾਰੇ ਤੁਸੀਂ ਕੀ ਸੋਚਦੇ ਮੈਂ ਦੱਸੋ ਜੀ ਪਰਵਿੰਦਰ ਢੀਂਡਸਾ ਉਹਨਾਂ ਦੇ ਜਿਹੜੇ ਲੜਕੇ ਨੇ ਬਹੁਤ ਚੰਗੇ ਨੇ ਵਧੀਆ ਸੁਭਾਅ ਹੈ ਉਹਨਾਂ ਦਾ ਪਰ ਸੁਖਦੇਵ ਸਿੰਘ ਢੀਂਡਸੇ ਕੋਲ ਸਵਾਏ ਮਤਲਬ ਵਾਅਦੇ ਕਰਨ ਤੋਂ ਕੰਮ ਕਰਨ ਦੀ ਇੱਕ ਵੀ ਉਹਨਾਂ ਵਿੱਚ ਗਟਸ ਨਹੀਂ ਹੈਗਾ ਜੇ ਉਹ ਕੰਮ ਕਰਨ ਦੀ ਕੋਈ ਗੱਲ ਕਰਦੇ ਨੇ ਤਾਂ ਉਹ ਕਹਿੰਦੇ ਨੇ ਵੀ ਪਿੰਡ ਦੇ ਵਿੱਚ ਦੇਖੋ ਭਲਾ ਇਹ ਸਰਪੰਚ ਨੂੰ ਪੁੱਛੋ ਕਿ ਇਹ ਬੰਦਾ ਅਕਾਲੀ ਆ ਜਾਂ ਦੂਜਾ ਉਹਦੇ ਮਤਲਬ ਪੁੱਛ ਕੇ ਕੰਮ ਹੋਣਗੇ ਜੇ ਅਕਾਲੀ ਤਾਂ ਕੰਮ ਹੋਣਗੇ ਕਾਂਗਰਸ ਦਾ ਕੰਮ ਨਹੀਂ ਹੁੰਦਾ ਤਾਂ ਕਾਂਗਰਸ ਦਾ ਹੋਵੇ ਜਾਂ ਬੀਜੇ ਭਗਵੰਤ ਮਾਨ ਦਾ ਹੋਵੇ ਜਾਂ ਕਿਸੇ ਦਾ ਹੋਵੇ ਤਾਂ ਕੋਈ ਕੰਮ ਨਹੀਂ ਹੁੰਦਾ ਅਸੀਂ ਬਹੁਤ ਨੇੜੇ ਤੱਕ ਜਾਣਦੇ ਹਾਂ ਸੁਖਦੇਵ ਸਿੰਘ ਢੀਂਡਸਾ ਨੂੰ ਕਿਸੇ ਟਾਈਮ ਉਹ ਕੋਆਪਰੇਟਿਵ ਬੈਂਕ ਦੇ ਵਿੱਚ ਮੈਨੇਜਰ 'ਤੇ ਉਦੋਂ 'ਤੇ ਜਾਣਦੇ ਹਾਂ ਪਰ ਉਹਦੇ ਕੋਲ ਸਵਾਏ ਵਾਅਦਿਆਂ ਤੋਂ ਹੋਰ ਕੋਈ ਕੰਮ ਨਹੀਂ ਹੈ ਵਾਅਦੇ ਪਰਵਿੰਦਰ ਸਿੰਘ ਢੀਂਡਸਾ ਨੇ ਕੰਮ ਕੀਤਾ ਪਰਮਿੰਦਰ ਸਿੰਘ ਢੀਂਡਸਾ ਉਹਦੇ ਨਾਲੋਂ ਕਿਤੇ ਬਿਹਤਰ ਹੈ ਠੀਕ ਹੈ ਅਸੀਂ ਉਹਨੂੰ ਵਧੀਆ ਮੰਨਦੇ ਹਾਂ ਪਰ ਜੋ ਆਪਦੇ ਬਾਪ ਵਾਲੇ ਇਲੈਕਸ਼ਨਾਂ ਦੇ ਕਾਰਨਾਮੇ 'ਤੇ ਚੱਲਿਆ ਫਿਰ ਤਾਂ ਇਹ ਵੀ ਇੱਕ ਦਿਨ ਫੇਲ ਹੋਊਗਾ ਲੇਕਿਨ ਇਹਦੀ ਸੋਚ ਠੀਕ ਹੈ ਸੁਖਦੇਵ ਸਿੰਘ ਢੀਂਡਸੇ ਦੀ ਸੋਚ ਇੰਨੀ ਵਧੀਆ ਨਹੀਂ ਕੈਪਟਨ ਸਰਕਾਰ ਨੇ ਜੋ ਵਾਅਦੇ ਕੀਤੇ ਸੀਗੇ ਕਿੰਨੇ ਕੁ ਪੂਰੇ ਕੀਤੇ ਨਰਿੰਦਰ ਮੋਦੀ ਨੇ ਜੋ ਕਿਹਾ ਸੀਗਾ ਕਿੰਨਾ ਕੁ ਪੂਰਾ ਹੋਇਆ ਕਿਸਾਨਾਂ ਦੇ ਕਿੰਨੇ ਕੁ ਕਰਜ਼ੇ ਮਾਫ ਹੋਏ ਅਸੀਂ ਇਹਨਾਂ ਤੋਂ ਹੀ ਜਾਣਗੇ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਭਗਵੰਤ ਮਾਨ ਵਧੀਆ ਰਿਹਾ ਜੀ ਸਾਡੇ ਕਿੰਨਾ ਕੁ ਵਿਕਾਸ ਕੀਤਾ ਜੀ ਭਗਵੰਤ ਵਧੀਆ ਕਰਿਆ ਜੀ ਐਮਪੀ ਨੇ ਸਾਡੇ ਨੇ ਕਿਸੇ ਨੇ ਕਰਿਆ ਨਹੀਂ ਹੈਗਾ ਤੱਕ ਉਹ ਵਧੀਆ ਕਰ ਗਿਆ ਸਾਡੇ ਕੀ ਕੀਤਾ ਜੀ ਉਹ ਦੱਸੋ ਸਕੂਲ ਦੇ ਕਮਰੇ ਪਵਾ ਗਿਆ ਆਹ ਉੱਤੇ ਤਾਰਾਂ ਪਵਾ ਗਿਆ ਜੀ ਉੱਚੀਆਂ ਕਰਾ ਗਿਆ ਇੰਨਾ ਕਿ ਉਹਦਾ ਉਹ ਤੇ ਐਮਪੀ ਦੇ ਕੋਟੇ 'ਚ ਉਨਾ ਕੁ ਕਰਾ ਗਿਆ ਸਾਡੇ ਪਿੰਡ ਨੂੰ ਤੁਹਾਡੇ ਪਿੰਡ ਐਮਪੀ ਨੇ ਕਿਸੇ ਨੇ ਨਹੀਂ ਕਰਿਆ ਜੀ ਸਾਡੇ ਹੋਰ ਕਿੰਨਾ ਇਹ ਕਰਦਾ ਜਿੰਨਾ ਵੀ ਰਹੇ ਕੁਝ ਵੀ ਸਿਰਫ ਭਗਵੰਤ ਮਾਨ ਨੇ ਇਕੱਲੇ ਨੇ ਕੀਤਾ ਹਾਂ ਭਗਵੰਤ ਮਾਨ ਨੇ ਐਮਪੀ ਦਾ ਆਈ ਨਹੀਂ ਕੋਈ ਅੱਛਾ ਉਹ ਤੁਹਾਡੇ ਪਿੰਡ ਦੇ ਵਿੱਚ ਕਿੰਨੇ ਕੁ ਵਾਰ ਆ ਚੁੱਕੇ ਤੁਹਾਡੇ ਕਿੰਨੇ ਕੁ ਵਾਰ ਮਿਲ ਚੁੱਕੇ ਤੁਹਾਨੂੰ ਉਹ ਚਾਰ ਪੰਜ ਕੇ ਲਾ ਗਏ ਸਾਡੇ ਜਦੋਂ ਵੀ ਕੋਈ ਕੰਮ ਹੁੰਦਾ ਤੁਸੀਂ ਉਹਦੇ ਤੱਕ ਆਪਣੀ ਪਹੁੰਚ ਕਰਦੇ ਭਗਵੰਤ ਮਾਨ ਤੱਕ ਆ ਵੋਟਾਂ ਪਾਵਾਂਗੇ ਜੀ ਵੋਟਾਂ ਪਾਉਣੀਆਂ ਵੋਟਾਂ ਨੂੰ ਪਹਿਲਾਂ ਪਾਈਆਂ ਪਿੰਡ ਦੇ ਵਿੱਚ ਮਤਲਬ ਭਗਵੰਤ ਮਾਨ ਨੂੰ ਜਿੰਨਾ ਵਿਕਾਸ ਕਰ ਉਸ ਵਿਕਾਸ ਕਰਕੇ ਵੋਟਾਂ ਪਾਉਂਗੇ ਜਾਂ ਫਿਰ ਜੋ ਵਾਅਦੇ ਕੀਤੇ ਸੀਗੇ ਉਹ ਪੂਰੇ ਕਰ ਚੁੱਕੇ ਤੁਹਾਡੇ ਹੋਰ ਜਿੰਨੀ ਕੋਈ ਪਾਵਰ ਦੀ ਜੋ ਪੂਰੀ ਕਰ ਗਿਆ ਆਪਣੀ ਦੂਜਿਆਂ ਦਾ ਪੰਜੀ ਇੰਨਾ ਕੁਛ ਕਰਿਆ ਵੀ ਨਹੀਂ ਹੈਗਾ ਸੀ ਨਾ ਕਾਂਗਰਸ ਨਾ ਕਰਦੀਆਂ ਤੇ ਜਿਹੜੇ ਤੁਹਾਡੇ ਚੋਂ ਕਿਸਾਨ ਵੀ ਹੋਣਗੇ ਖੇਤੀ ਕਰਨ ਵਾਲੇ ਵੀ ਹੋਣਗੇ ਮੇਰੇ ਨਾਲ ਤੁਸੀਂ ਸਾਰੇ ਹੀ ਖੇਤੀ ਕਰਨ ਵਾਲੇ ਹੋ ਜੀ ਤੇ ਕੈਪਟਨ ਸਰਕਾਰ ਨੇ ਵਾਅਦੇ ਕੀਤੇ ਸੀਗੇ ਉਹ ਕਿੰਨੇ ਕੁ ਪੂਰੇ ਕਰ ਦਿੱਤੇ ਕਿਉਂਕਿ ਕਿਸਾਨਾਂ ਨੂੰ ਕਰਜ਼ਾ ਮਾਫੀ ਦੀ ਗੱਲ ਕਰੀ ਸੀਗੀ ਜਿੰਨਾ ਕਰਿਆ ਸੀ ਉਹਨਾਂ ਨੇ ਕਿਹਾ ਕਰਿਆ ਨਹੀਂ ਉਹਨਾਂ ਨੇ ਤੁਹਾਡੇ ਪਿੰਡ 'ਚ ਕਿਸੇ ਕਿਸਾਨ ਦਾ ਕਰਜ਼ਾ ਮਾਫ ਹੋਇਆ ਹੋਏ ਨੇ ਕਿਸੇ ਦਾ ਲੱਖ ਹੋਇਆ ਕਿਸੇ ਦਾ 50,000 ਹੋਇਆ ਪਰ ਕਿਸੇ ਗਰੀਬ ਪਰਿਵਾਰ ਜਿਹਦਾ ਹੋਣਾ ਚਾਹੀਦਾ ਸੀਗਾ ਉਹਦਾ ਹੋਇਆ ਵਾਅਦਾ ਕਰਿਆ ਹੋਇਆ ਪੂਰਾ ਵੀ ਨਹੀਂ ਹੋਇਆ ਤੋਂ ਕੋਈ ਕੁਛ ਵੀ ਵਾਅਦਾ ਪੂਰਾ ਨਹੀਂ ਹੋਇਆ 2,000 ਰੁਪਏ ਛਣ ਦਾ ਕਹਿੰਦੀ ਕੁਛ ਵੀ ਨਹੀਂ ਹੋਇਆ ਤੋਂ ਤੇ ਨੌਜਵਾਨਾਂ ਨੂੰ ਰੋਜ਼ਗਾਰ ਦੀ ਗੱਲ ਕੀਤੀ ਸੀਗੀ ਕਿਸੇ ਪਿੰਡ 'ਚ ਮਿਲਿਆ ਕਿਸੇ ਨੌਜਵਾਨ ਨੂੰ ਕਿਸੇ ਨੂੰ ਕੁਛ ਨਹੀਂ ਮਿਲਿਆ ਰੁਜ਼ਗਾਰ ਜਮੀ ਨਹੀਂ ਮਿਲਿਆ ਕਿਸੇ ਨੂੰ ਕਾਂਗਰਸ ਸਰਕਾਰ ਦੇ ਵਾਅਦੇ ਖੋਖਲੇ ਸਾਬਤ ਹੋਏ ਮਤਲਬ ਜਮੀ ਜੀ ਜ਼ੀਰੋ ਹੈ ਉਹ ਭਾਈ ਭਗਵੰਤ ਮਾਨ ਬਾਰੇ ਕਹਿੰਦੇ ਆ ਵੀ ਜਿੰਨੇ ਵੀ ਵਾਅਦੇ ਕਰੇ ਤੇ ਸਾਰੇ ਪੂਰੇ ਕਰਤੇ ਨੇ ਤੁਹਾਨੂੰ ਨਹੀਂ ਲੱਗਦਾ ਕਿ ਸਿਰਫ ਸਕੂਲ ਦੇ ਕਮਰੇ ਪਵਾਉਣ ਨਾਲ ਜਾਂ ਤਾਰਾਂ ਪਵਾਉਣ ਨਾਲ ਵਿਕਾਸ ਹੋ ਗਿਆ ਵਿਕਾਸ ਦੀ ਬਹੁਤ ਵੱਡੀ ਵੱਡੀ ਗੱਲ ਹੋਇਆ ਜੀ ਇਹ ਪੰਚਾਇਤ ਨੇ ਕਰ ਨਹੀਂ ਦਿੱਤਾ ਵਿਕਾਸ ਬਥੇਰਾ ਹੋਇਆ ਮਤਲਬ ਪਾਰਟੀਬਾਜ਼ੀ ਕਰਕੇ ਕਹਿ ਨਾ ਜੀ ਨਾ ਪਾਰਟੀ ਕਿਦੋਂ ਕੋਈ ਨਹੀਂ ਹੈ ਪਾਰਟੀ ਦਾ ਹੀ ਕੰਮ ਰੇਡਰ ਨਾਲ ਤੇ ਪਹਿਲਾਂ ਹੁਣ ਅਸੀਂ ਇਹਦੇ ਨਾਲ ਪਹਿਲਾਂ ਤੁਸੀਂ ਜਦੋਂ ਦੇ ਖੜੇ ਹੋਏ ਨੇ ਉਹ ਲਾਉਂਦੇ ਅਸੀਂ ਇਹਦੇ ਰਾਣੀ ਚੱਲਦੇ ਹਾਂ ਤੇ ਇਸ ਵਾਰ ਤੁਹਾਡੇ ਪਿੰਡ ਦੀ ਵੋਟ ਕਿਸ ਦੇ ਹੱਕ ਦੇ ਵਿੱਚ ਹੈ ਭਗਵੰਤ ਮਾਨ ਦੇ ਹੱਕ 'ਚ ਪੀਡੀਏ ਦੇ ਉਮੀਦਵਾਰ ਜੱਸੀ ਜਸਰਾਜ ਵੀ ਖੜੇ ਹਨ ਜੋ ਭਗਵੰਤ ਮਾਨ ਦੀ ਟੱਕਰ ਦੇਣ ਦੀ ਗੱਲ ਕਹਿੰਦੇ ਆ ਤੇ ਕਾਂਗਰਸ ਦੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਉਹਨਾਂ ਬਾਰੇ ਵੀ ਦੇਖੋ ਕਾਂਗਰਸ ਨੇ ਤਾਂ ਕੋਈ ਬਾਹਲਾ ਪੂਰਾ ਨਹੀਂ ਕਰਿਆ ਨਾ ਤਾਂ ਉਹਨਾਂ ਕਰਜ਼ੇ ਮਾਫ਼ ਕਰੇ ਨੇ ਪੂਰੇ ਨਾ ਹੋਰ ਕੋਈ ਕੈਪਟਨ ਸਾਹਿਬ ਨੇ ਸੌਂਹ ਖਾ ਕੇ ਕਿਹਾ ਸੀਗਾ ਕਰਜ਼ੇ ਮਾਫ਼ ਕਰੂੰਗਾ ਨਾ ਨੌਕਰੀ ਦਾ ਕੋਈ ਪ੍ਰਬੰਧ ਕਰਿਆ ਕੋਈ ਰੁਜ਼ਗਾਰ ਨਹੀਂ ਕਿਸੇ ਨੂੰ ਮਿਲਿਆ ਇਹਨਾਂ ਨੇ ਜਿੰਨਾ ਕੁ ਹੋਇਆ ਉਹਨਾਂ ਕਰਿਆ ਜਾਣੀ ਸਰਕਾਰ ਨੇ ਵਾਅਦਾ ਕੀਤਾ ਕੈਪਟਨ ਨੇ ਵੀ ਵਾਅਦਾ ਕੀਤਾ ਤੇ ਮੋਦੀ ਨੇ ਵੀ ਨੌਜਵਾਨਾਂ ਨੂੰ ਰੋਜ਼ਗਾਰ ਮਿਲੂਗਾ ਤਾਂ ਕਿ ਨੌਜਵਾਨ ਪੰਜਾਬ ਤੋਂ ਬਾਹਰ ਨਾ ਜਾਣ ਵਿਦੇਸ਼ਾਂ 'ਚ ਨਾ ਜਾਣ ਪਰ ਤੁਹਾਨੂੰ ਲੱਗਦਾ ਕਿ ਨੌਜਵਾਨਾਂ ਨੂੰ ਰੋਜ਼ਗਾਰ ਮਿਲਿਆ ਨਹੀਂ ਜੀ ਜੇ ਮਿਲਿਆ ਹੁੰਦਾ ਤਾਂ ਫਿਰ ਇਸ ਤਰ੍ਹਾਂ ਕਿਉਂ ਫਿਰਦੇ ਆ ਟਾਈਮ ਅਸੀਂ ਦੇਖੋ ਕਿਉਂਕਿ ਰੈਲੀਆਂ ਦੇ ਵਿੱਚ ਵੱਡਾ ਵੱਡਾ ਕੰਮ ਕਰ ਰਹੇ ਨੇ ਜਿਹੜੇ ਆਲੇ ਦੁਆਲੇ ਨੇ ਦੇਖ ਰਹੇ ਹੋ ਤੁਸੀਂ ਵਿਹਲੇ ਫਿਰ ਰਹੇ ਨੇ ਮਤਲਬ ਵਾਅਦੇ ਪੂਰੇ ਨਹੀਂ ਹੋਏ ਸਿਰਫ ਕਹਿਣ ਦੀ ਗੱਲ ਸੀ ਹਾਂਜੀ ਬਿਲਕੁਲ ਇਹ 'ਚ ਕੋਈ ਸ਼ੱਕ ਨਹੀਂ ਮੰਗ ਤਾਂ ਕਿਉਂਕਿ ਸਰਬਪੱਖੀ ਵਿਕਾਸ ਮਤਲਬ ਪਿੰਡਾਂ ਦਾ ਸਰਬਪੱਖੀ ਵਿਕਾਸ ਇਹੀ ਹੋਣਾ ਚਾਹੀਦਾ ਔਰ ਹੋ ਵੀ ਸਕਦਾ ਜੇ ਲੋਕਾਂ ਦੇ ਵਿੱਚ ਥੋੜ੍ਹਾ ਜਿਹਾ ਉਹ ਉੱਪਰ ਉੱਠ ਜਾਣ ਨਾ ਕਿ ਉਹ ਪਾਰਟੀਬਾਜ਼ੀ ਕਰਕੇ ਕਈ ਵਾਰ ਦੇਖਿਆ ਜਾਂਦਾ ਵੀ
ਮਤਲਬ ਲੋਕਾਂ ਦੀ ਡਿਮਾਂਡ ਕੀ ਹੈ, ਇੱਕ ਬੋਤਲ ਜਾਂ ਜੋ ਵੀ ਉਹਨਾਂ ਦੇ ਹੈ ਨਾ ਇਸ ਦੌਰਾਨ ਚੱਲਦਾ ਹੈ ਨਾ ਵੀ ਨਸ਼ਾ, ਅਤੇ ਉਹਨੂੰ ਕੀ ਲੋੜ ਪਈ ਹੈ ਕਿ ਵਿਕਾਸ ਕਰੇ ਉਹ ਹੈ। ਔਰ ਤੁਸੀਂ ਦਿੱਲੀ ਦਾ ਮਾਡਲ ਦੇਖੋ ਸਾਡੇ ਸਾਹਮਣੇ, ਉੱਥੇ ਮਤਲਬ ਤਰਸ ਰਹੇ ਨੇ ਕਿ ਸਰਕਾਰੀ ਸਕੂਲਾਂ 'ਚ ਪੜ੍ਹਾਉਣ ਲਈ, ਅਸੀਂ ਆਪਣੇ ਬੱਚਿਆਂ ਲਈ ਪ੍ਰਾਈਵੇਟ ਸਕੂਲ ਲੱਭ ਰਹੇ ਹਾਂ, ਪਤਾ ਨਹੀਂ ਕਿੰਨਾ ਕੁ ਖਰਚਾ ਹੁੰਦਾ ਉੱਥੇ, ਤੁਸੀਂ ਤੁਹਾਨੂੰ ਪਤਾ ਹੀ ਆ ਨਾ ਇਸ ਬਾਰੇ। ਨੋਟਬੰਦੀ ਹੋਈ ਸੀਗੀ, ਕਿਹਾ ਸੀਗਾ ਵੀ ਕਾਲਾ ਧਨ ਵੀ ਬਾਹਰ ਹੋਊਗਾ, ਕਾਲੇ ਧਨ ਬਾਰੇ ਤੁਹਾਨੂੰ ਕੀ ਲੱਗਦਾ, ਬਾਹਰੋਂ ਆਇਆ ਕੁਛ? ਕਾਲਾ ਧਨ ਦੇਖੋ ਜੀ, ਇਹ ਤਾਂ ਹਾਸੋ ਹੀ ਨਹੀਂ ਜੀ ਗੱਲ ਹੈ, ਤੁਹਾਨੂੰ ਵੀ ਪਤਾ ਹੀ ਹੈ ਸਾਰੇ ਖੜ੍ਹੇ ਨੇ ਹੈ ਨਾ, ਕਿਹੜਾ ਕਾਲਾ ਧਨ ਆਇਆ ਬਾਹਰੋਂ, ਜੇ ਆਇਆ ਹੁੰਦਾ ਸਾਡੀ ਆਹ ਦਸ਼ਾ ਨਾ ਹੁੰਦੀ ਅੱਜ ਪੰਜਾਬ। ਤੁਸੀਂ ਹੁਣ ਕੀ ਸੋਚ ਕੇ ਸਰਕਾਰ ਚੁਣੋਗੇ, ਆਪਣਾ ਉਮੀਦਵਾਰ ਚੁਣੋਗੇ, ਕੀ ਚਾਹੁੰਦੇ ਸੈਂਟਰ ਦੇ ਵਿੱਚ ਕਿਸ ਤਰ੍ਹਾਂ ਦੀ ਸਰਕਾਰ ਆਵੇ? ਅਸੀਂ ਚਾਹੁੰਦੇ ਕਿ ਮੋਦੀ ਅਤੇ ਅਮਿਤ ਸ਼ਾਹ ਦੀ ਜੋੜੀ ਨਾ ਆਵੇ, ਜੇ ਇਹ ਆ ਗਏ ਤਾਂ ਤੁਸੀਂ ਪੂਰੀ ਤਰ੍ਹਾਂ ਦੁਖੀ ਹੋ ਚੁੱਕੇ? ਹਾਂਜੀ ਹਾਂਜੀ ਹਾਂਜੀ। ਅਤੇ ਇੱਥੋਂ ਤੁਹਾਡੇ ਪਿੰਡ 'ਚੋਂ, ਤੁਹਾਡੇ ਸ਼ਹਿਰ ਦੇ ਵਿੱਚੋਂ, ਹਲਕੇ ਦੇ ਵਿੱਚੋਂ ਕਿਸ ਉਮੀਦਵਾਰ ਦੀ ਜ਼ਿਆਦਾ ਝੰਡੀ ਹੈ, ਕਿਸ ਦੀ ਜਿੱਤ ਹੋਊਗੀ? ਸਾਡੇ ਭਗਵੰਤ ਮਾਨ ਆ ਜੀ। ਵਿਕਾਸ ਕਰਕੇ ਜਾਂ ਕੁਝ ਮਤਲਬ ਸੋਚ ਕਰਕੇ? ਤੁਹਾਨੂੰ ਕਿਉਂ ਭਗਵੰਤ ਮਾਨ? ਇੱਕ ਤੁਹਾਨੂੰ ਮਤਲਬ ਸਿੱਧੀ ਜੀ ਗੱਲ ਦੱਸੋ, ਜੇ ਸਾਡੇ ਦਿਮਾਗ ਮਤਲਬ ਲੋਕਾਂ ਦੇ ਦਿਮਾਗ 'ਚ ਆ ਜਾਓ, ਉਹ ਇਹ ਕਹਿੰਦੇ ਨੇ ਕਿ ਯਾਰ ਚਲੋ ਮਤਲਬ ਇਹਨੇ ਜੇ ਨਹੀਂ ਬਣਾਇਆ ਕੁਛ ਤਾਂ ਖਾਧਾ ਤਾਂ ਨਹੀਂ ਹੈਗਾ, ਇਹੀ ਗੱਲ ਹੈ ਬਸ ਹੈ ਨਾ, ਇਸੇ ਗੱਲ ਭਗਵੰਤ ਮਾਨ ਨੇ ਜੇ ਕੀਤਾ ਨਹੀਂ ਤਾਂ ਖਾਇਆ ਵੀ ਨਹੀਂ, ਖਾਧਾ ਤਾਂ ਨਹੀਂ ਹੈਗਾ ਹੋਰਾਂ ਵਾਂਗੂ। ਤੇ ਮੈਨੂੰ ਪਤਾ ਚੱਲੂਗਾ ਕਿ ਆਖਰ ਇੱਥੋਂ ਦੇ ਲੋਕਾਂ ਦੀ ਭਗਵੰਤ ਮਾਨ ਨੂੰ ਕਿੱਡੀ ਕੁ ਵੱਡੀ ਲੀਡ ਨਾਲ ਜਿੱਤ ਹਾਸਲ ਕੀਤੀ ਜਾਂ ਫਿਰ ਬਾਜ਼ੀ ਕੋਈ ਹੋਰ ਉਮੀਦਵਾਰ ਵਾਰੂਗਾ। ਇਸ ਲਈ ਸਾਨੂੰ 23 ਮਈ ਦਾ ਇੰਤਜ਼ਾਰ ਕਰਨਾ ਪਵੇਗਾ ਕਿ ਆਖਰ 23 ਮਈ ਨੂੰ ਸੰਗਰੂਰ ਤੋਂ ਕਿਸ ਦੀ ਵੱਡੀ ਜਿੱਤ ਹੋਵੇਗੀ। ਉਮੀਦਾਂ ਦੇ ਹਿਸਾਬ ਨਾਲ ਸਾਨੂੰ ਭਗਵੰਤ ਮਾਨ 'ਤੇ ਆਸ ਹੈ ਜੀ। ਭਗਵੰਤ ਮਾਨ ਇੱਕ ਅਜਿਹਾ MP ਹੈ ਜਿਹਨੇ ਲੋਕਾਂ ਨੂੰ ਆਪਦੇ ਹੱਕਾਂ ਪ੍ਰਤੀ ਜਾਗਰੂਕ ਕੀਤਾ, ਉਹਨਾਂ ਨੂੰ ਆਪਦੇ ਹੱਕ ਮੰਗਣੇ ਸਿਖਾਏ ਨੇ ਗੌਰਮੈਂਟ ਤੋਂ, ਸਰਕਾਰਾਂ ਤੋਂ। ਇੱਕ ਅਜਿਹਾ MP ਹੈ ਇਹ ਜਿਹੜਾ ਕਾਮਯਾਬ ਹੋਊਗਾ ਜੀ, ਇਹਨੂੰ ਅਸੀਂ ਹੁਣ ਵੀ ਜਿਤਾ ਕੇ ਪਾਰਲੀਮੈਂਟ 'ਚ ਭੇਜਾਂਗੇ। ਜਦੋਂ ਸਪੋਜ਼ ਕਰੋ ਹੁਣ ਭਗਵੰਤ ਮਾਨ ਜਿੱਤ ਗਏ, ਤੁਹਾਡੇ ਹਲਕੇ ਦੇ ਵਿੱਚ ਉਹ ਆਉਣਗੇ, ਤੁਹਾਡੀ ਕਿਹੜੀ ਮੰਗ ਹੋਊਗੀ ਕਿ ਇਹ ਕੰਮ ਸਭ ਤੋਂ ਪਹਿਲਾਂ ਹੋਣਾ ਚਾਹੀਦਾ? ਪਿੰਡ ਲੈਵਲ ਦਾ ਕੋਈ ਵੀ ਵਿਕਾਸ ਦਾ ਕੰਮ ਹੈ ਜੀ, ਸਾਰੇ ਸਾਡੇ ਬਾਕੀ ਪਏ ਨੇ। ਸਾਡੇ ਸਰਕਾਰੀ ਸਕੂਲਾਂ ਦਾ ਬੁਰਾ ਹਾਲ ਹੈ ਜੀ, ਕੋਈ ਸਰਕਾਰੀ ਡਿਸਪੈਂਸਰੀ ਵਗੈਰਾ ਸਾਡੇ ਹੈ ਨਹੀਂ ਗੀ ਕੋਈ ਵਧੀਆ। ਇਹਦੇ ਵਿੱਚ ਜੇ ਕਦੇ ਐਮਰਜੈਂਸੀ ਆਵੇ ਤਾਂ ਤੁਸੀਂ ਕਿੱਥੇ ਜਾਂਦੇ ਹੋ ਫਿਰ? ਜੇ ਬਾਈ ਚਾਂਸ ਰਾਤ ਨੂੰ ਕੋਈ ਐਮਰਜੈਂਸੀ ਆਵੇ ਤਾਂ ਇੱਥੇ ਪਿੰਡ 'ਚ ਕੋਈ ਜਾਂ ਨੇੜੇ ਕੋਈ ਇੱਦਾਂ ਦਾ ਹੋਸਪਿਟਲ ਹੈ ਜਿੱਥੇ ਤੁਰੰਤ ਬੰਦੇ ਨੂੰ ਸਮਝਿਆ ਜਾਂਦਾ? ਧੂਰੀ ਜਾਣਾ ਪੈਂਦਾ ਜੀ, ਪ੍ਰਾਈਵੇਟ ਹੋਸਪਿਟਲ ਨੇ ਸਾਰੇ, ਸਰਕਾਰੀ ਸਾਡੇ ਕੋਈ ਨਹੀਂ ਹੈਗਾ। ਸਰਕਾਰੀ ਹਸਪਤਾਲ ਸਾਨੂੰ ਪਿੱਛੇ ਦੇਖਿਆ ਸੀਗਾ, ਹੁਣ ਉਹਦੇ ਸਾਨੂੰ ਹਾਲਤ ਕੁਝ ਦੇਖ ਕੇ ਚੰਗੀ ਨਹੀਂ ਲੱਗੀ ਹੈਗੀ। ਅਤੇ ਧੂਰੀ ਤੋਂ ਇਲਾਵਾ ਹੋਰ ਕਿਹੜਾ ਹੋਸਪਿਟਲ ਜਿੱਥੇ ਤੁਸੀਂ ਜਾ ਸਕਦੇ ਹੋ? ਸਰਕਾਰੀ ਹਸਪਤਾਲ ਦਾ ਕੋਈ ਵੀ ਨਹੀਂ ਹੈਗਾ ਜੀ ਨੇੜੇ ਸਾਡੇ, ਜਿੱਥੇ ਕੋਈ ਵਧੀਆ ਪ੍ਰਬੰਧ ਹੋਵੇ। ਸਰਕਾਰੀ ਹਸਪਤਾਲਾਂ ਦਾ ਹਾਲ ਤਾਂ ਇੰਨਾ ਬੁਰਾ ਹੋਇਆ ਪਿਆ ਜੀ, ਡਾਕਟਰ ਨਹੀਂ ਹੈਗੇ ਉੱਥੇ, ਐਕਸਰੇ ਮਸ਼ੀਨਾਂ ਨਹੀਂ ਹੈਗੀਆਂ, ਕੋਈ ਜਾਣ ਕੇ ਚੈੱਕਅਪ ਦਾ ਕੋਈ ਪ੍ਰਬੰਧ ਨਹੀਂ ਹੈਗਾ। ਗੱਲ ਸਿਰਫ ਆਪਾਂ ਭਗਵੰਤ ਮਾਨ ਦੀ ਨਹੀਂ ਕਰ ਸਕਦੇ ਇੱਥੇ, ਹੈ ਨਾ? ਅਤੇ ਸੈਂਟਰ ਦੇ ਵਿੱਚ ਕਹਿੰਦੇ ਵੀ ਜੇ ਇੱਥੋਂ ਜਿੱਤ ਕੇ ਜਾਣਗੇ ਤਾਂ ਸੈਂਟਰ ਦੇ ਵਿੱਚ ਕਿਸ ਦੀ ਸਰਕਾਰ ਹੋਊਗੀ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਸਰਕਾਰ ਜਿਹਦੀ ਮਰਜ਼ੀ ਬਣ ਜਾਏ ਜੀ, ਜੇ ਭਗਵੰਤ ਮਾਨ ਪਾਰਲੀਮੈਂਟ ਦੇ ਵਿੱਚ ਹੈਗਾ ਤਾਂ ਲੋਕਾਂ ਦੇ ਆਮ ਹੱਲ ਹੋ ਹੀ ਜਾਣਗੇ, ਕਿਉਂਕਿ ਰੌਲਾ ਪਾ ਕੇ ਜੀ ਉੱਥੇ ਇਹ ਮੋਦੀ ਵਰਗਿਆਂ ਨੂੰ ਵੀ ਇਹਨਾਂ ਨੇ ਜਾਣ ਕੇ ਲੋਕਾਂ ਦੇ ਸਵਾਲ ਚੱਕੇ ਨੇ, ਲੋਕਾਂ ਦੇ ਮੁੱਦੇ ਰੱਖੇ ਨੇ, ਇਹਨਾਂ ਦਾ ਕੋਈ ਨਾ ਕੋਈ ਹੱਲ ਹੁੰਦਾ ਆਇਆ ਹੁਣ ਤੱਕ। ਭਾਈ ਪਾਰਟੀ ਤਾਂ ਦੇਖ ਹਵਾ ਤਾਂ ਭਗਵੰਤ ਮਾਨ ਦੀ ਜ਼ਿਆਦਾ ਹੈ। ਭਗਵੰਤ ਮਾਨ ਦੀ ਕਿਉਂ? ਉਹਨੇ ਸਾਡੇ ਪਿੰਡ ਦੋ ਕਮਰੇ ਸਕੂਲ 'ਚ ਪਾਏ ਨੇ, ਹੈ ਉਹਨੇ 6 ਲੱਖ ਰੁਪਈਆ ਪਿੰਡ ਨੂੰ ਭੇਜਿਆ ਸੀ ਲਾਈਟਾਂ ਵਾਸਤੇ, ਲਾਈਟਾਂ ਲੱਗੀਆਂ ਨੇ, ਲਾਈਟਾਂ ਫਿਰ ਸਾਡੇ ਪੰਚਾਇਤ ਜਿਹੜੀ ਅਕਾਲੀਆਂ ਦੀ ਉਹਨਾਂ ਨੇ ਲੱਗਣ ਨਹੀਂ ਦਿੱਤੀਆਂ, ਪੈਸਾ ਵਾਪਸ ਕਰਤਾ। ਸਾਨੂੰ ਕੀ ਲੋੜ ਸੀ? ਪਿੰਡ ਦੀ ਗੱਲ ਹੈ ਜੀ, ਵਿਕਾਸ ਤਾਂ ਸਾਰੇ ਪਿੰਡ ਦਾ ਸਾਂਝਾ ਹੁੰਦਾ, ਕਿਸੇ ਨੇ ਨਹੀਂ ਕਿਹਾ ਅਕਾਲੀਆਂ ਜਿਹੜਾ ਖਾ ਗਿਆ ਸੋ ਖਾ ਗਿਆ, ਦੂਆ ਦੂਏ ਪਿੱਛੇ ਕੋਈ ਵਿਰੋਧ ਨਹੀਂ ਕਰਦਾ ਕਿਸੇ ਦਾ, ਕੋਈ ਕਿੰਨੇ ਖਾਜੇ। ਮਤਲਬ ਜੇ ਵਿਕਾਸ ਹੋਊਗਾ ਤਾਂ ਸਾਰਿਆਂ ਲਈ ਚੰਗੀ ਗੱਲ ਹੁੰਦੀ ਆ। ਉਹ ਤਾਂ ਜਿਵੇਂ ਤੁਸੀਂ ਕਹਿੰਦੇ ਵੀ ਸਕੂਲ ਕਮਰੇ ਬਣਾਏ, ਪਲੱਸ ਟੂ ਦਾ ਬਣਾਇਆ, 2-3 ਕਮਰੇ ਪਾ ਗਿਆ, ਉਹ ਆਪਦੇ ਆਪ ਪਾ ਕੇ ਗਿਆ, ਕਿਸੇ ਨੇ ਕੁਛ ਲਿਆ ਨਹੀਂ ਦਿੱਤਾ ਨਹੀਂ, ਉਹਨੇ ਆਪੇ ਪੈਸੇ ਦੀ ਰਿਕਵਰੀ ਕੀਤੀ ਹੈ, ਜਿੰਨੇ ਦੇਣਾ ਸੀ ਲੇਬਰ ਨੂੰ ਵੀ ਦਿੱਤਾ, ਜੋ ਵੀ ਹੈ। ਇੱਥੇ ਆਪ ਆਏ ਸੀਗੇ? ਉਹ ਆਪੇ ਆਉਂਦਾ ਰਿਹਾ, ਕਮੇਟੀ ਬਣਾਈ ਹੋਈ, ਮਾਸਟਰ ਉਹਨਾਂ ਨੇ ਮੇਨ ਬਣਾਇਆ, ਜਾਣੀ ਪੰਚਾਇਤ ਦਾ ਰੋਲ ਨਹੀਂ ਸੀ ਉਹਦੇ ਵਿੱਚ, ਨਹੀਂ ਤਾਂ ਸ਼ਾਇਦ ਉਹ ਵੀ ਨਾ ਬਣਨ ਦਿੰਦੇ ਕਮਰੇ। ਤੇ
ਇਸ ਤੋਂ ਭਗਵੰਤ ਮਾਨ ਤੋਂ ਇਲਾਵਾ ਹੋਰ ਕਿਹੜੇ ਉਮੀਦਵਾਰ ਦੇ ਹੱਕ ਦੇ ਵਿੱਚ ਹੈਗੇ ਹੋ ਤੁਸੀਂ? ਸਾਡੇ ਐਂ ਵੋਟ ਤਾਂ ਸਾਰੇ ਨੂੰ ਪੈਣੀ ਹੈ, ਕਾਂਗਰਸ ਨੂੰ ਵੀ ਪਊ, ਅਕਾਲੀਆਂ ਨੂੰ ਵੀ ਪਊ, ਸਿਮਰਜੀਤ ਮਾਨ ਨੂੰ ਵੀ ਪਊ। ਕੁਛ ਕਹਿ ਨਹੀਂ ਸਕਦੇ, ਟੋਬੇ ਇੱਟਾਂ ਤਿੰਨੇ ਪਾਰਟੀਆਂ ਦਾ ਜ਼ੋਰ ਆ, ਅਸੀਂ ਕਿਸੇ ਨੂੰ ਮੁਕੰਮਲ ਨਹੀਂ। ਮਤਲਬ ਉਹ ਟਾਈਮ ਆਉਣ ਤੇ ਪਤਾ ਲੱਗੂਗਾ ਵੀ ਤੁਸੀਂ ਕਿਸ ਨੂੰ ਵੋਟ ਪਾਓਗੇ। 23 ਤਰੀਕ ਦਾ ਉਹਦਾ 23 ਤਰੀਕ ਦੱਸੂਗਾ ਵੀ ਕਿਹੜਾ ਰਾਜਾ ਕਿਹੜਾ ਰਾਣੀ ਆ। ਉਸ ਤੋਂ ਇਲਾਵਾ ਹੋਰ ਥੋੜੇ ਕਿਹੜੇ ਅਹਿਮ ਮੁੱਦੇ ਆ, ਕਿਉਂਕਿ ਵੱਡੇ ਵੱਡੇ ਵਾਅਦੇ ਕੀਤੇ ਗਏ ਸੀਗੇ ਸਰਕਾਰਾਂ ਵੱਲੋਂ, ਦੋਨਾਂ ਵੱਲੋਂ, ਕੈਪਟਨ ਸਾਹਿਬ ਦੀ ਤੇ ਮੋਦੀ ਸਰਕਾਰ ਦੀ ਵੱਲੋਂ ਵੀ, ਤੁਹਾਨੂੰ ਲੱਗਦਾ ਕਿਸਾਨਾਂ ਨੂੰ ਕੁਛ ਦਿੱਤਾ ਉਹਨਾਂ ਨੇ? ਮੋਦੀ ਨੇ ਤਾਂ ਸਮਾਂ ਜਿਹੜੇ ਬੁੜੀਆਂ ਲਵੇ ਪੈਸੇ ਦੇ ਘਰਾਂ 'ਚ ਤੇ ਉਹ ਵੀ ਕੱਢ ਕੇ ਲੈ ਗਿਆ। ਹੁਣ ਜੇ ਜ਼ਿਆਦਾ ਬੋਲਦਿਆਂ ਕਹੋਗੇ ਮਾਲੀਏ ਵਰਗੇ ਉੱਧਰ ਭੇਜਤੇ ਪੈਸਾ, ਹੁਣ ਆਇਆ ਉਹਨਾਂ ਨੂੰ ਵੋਟਾਂ ਨੂੰ, ਜਿਹੜਾ ਨੋਟਬੰਦੀ ਕਰੀ ਸੀ ਉਹ 85 ਸੀਟਾਂ ਯੂਪੀ ਦੇ ਜਿੱਤਣੇ ਤਾਂ ਕਰੀ ਸੀ। ਕੀ ਕੱਟਿਆ ਮੋਦੀ ਨੇ, ਕਿੰਨਾ ਕੁ ਪੜ੍ਹਿਆ ਲਿਖਿਆ ਮੋਦੀ? ਕਿਸਾਨਾਂ ਬਾਰੇ ਤੁਹਾਨੂੰ ਕੀ ਲੱਗਦਾ? ਕੋਈ ਕਿਸਾਨਾਂ ਨੂੰ ਕੀ ਦਿੱਤਾ? ਹਰੇਕ ਜੱਟ ਨੇ ਜਾਇਜਾਦ ਵੇਚੀ ਅਸੀਂ ਨੇ ਸਾਰਿਆਂ ਨੇ, ਅਸੀਂ ਘਟਿਆ ਅਸੀਂ ਵਧੇ ਥੋੜ੍ਹੇ ਹਾਂ। ਕੈਪਟਨ ਸਰਕਾਰ ਨੇ ਕਿਹਾ ਸੀਗਾ ਕਰਜ਼ ਮਾਫ਼ ਕੋਈ ਹੋਇਆ? ਕਰਜ਼ ਮਾਫ਼ ਹੋਇਆ, ਲੋਕਾਂ ਦਾ ਹੋਇਆ ਕੁਝ, ਥੋੜ੍ਹਾ ਜਿਹਾ ਹੋਇਆ, 25% ਆ ਗਿਆ ਲੋਕਾਂ ਨੂੰ। ਤੁਹਾਡੇ ਚੋਂ ਕਿਸ ਦਾ ਹੋਇਆ ਤੁਸੀਂ ਇੱਥੇ ਬੈਠੇ? ਹਾਂ, ਇਹਨਾਂ ਦਾ ਹੋਇਆ, ਮੇਰਾ ਹੋਇਆ 12,000। ਬਾਰਾਂ ਹਜ਼ਾਰ ਉਹਨਾਂ ਨੇ ਕਿਹਾ ਸੀ ਕਿ ਜ਼ਿਆਦਾ ਕਿਹਾ ਸੀਗਾ, ਫਿਰ ਇੰਨਾ ਕੁ ਸੀ ਜਾਂ ਕਿਸੇ ਦੀ ਪਹੁੰਚ ਕਰਕੇ ਹੋਇਆ ਜਾਂ ਪਿੰਡ ਦੇ ਵਿੱਚ? ਨਹੀਂ, ਕਿਸੇ ਦੀ ਪਹੁੰਚ ਨਹੀਂ, ਮੇਰਾ ਉਹਦੇ ਵਿੱਚ ਆਇਆ ਸੀ 2.5 ਏਕੜ ਦੇ ਵਿੱਚ ਤਾਂ ਹੋਇਆ। ਕਿਸੇ ਨੂੰ ਆਪਾਂ ਪਹੁੰਚ ਨਹੀਂ ਕਰੀ, ਮੈਂ ਸੋਸਾਇਟੀ 'ਚ ਕਹਿਆ ਵੀ ਮੇਰਾ ਭਾਈ ਮੈਂ ਕਿਸੇ ਤੋਂ ਕਹਾਉਂਦਾ ਨਹੀਂ, ਕਰਨਾ ਕਰਿਓ ਨਹੀਂ ਨਾ ਕਰਿਓ। ਪਿੰਡ ਦੇ ਵਿੱਚ ਹੋਰ ਵੀ ਹੋਇਆ ਹੋਣਾ ਕਿਸੇ ਦਾ? ਐਂ ਤਾਂ ਹੋਇਆ, ਸੋਸਾਇਟੀ 'ਚ ਹੋਇਆ, ਬਹੁਤ ਜ਼ਿਆਦਾ 2.5 ਏਕੜ ਦੇ ਵਿੱਚ ਆਉਂਦਾ ਵੀ ਉਹਦਾ ਹੋਇਆ, ਮੇਰਾ ਵੀ ਹੋਇਆ ਭਾਈ 4 ਏਕੜ ਹੋਇਆ ਮੇਰਾ। ਹੁਣ ਤੁਸੀਂ ਭਗਵੰਤ ਮਾਨ ਦੀ ਇੱਥੇ ਤੁਸੀਂ ਕਹਿੰਦੇ ਹੋ ਤਿੰਨੋਂ ਪਾਰਟੀਆਂ ਦੀ ਹਵਾ, ਜਿਹੜਾ ਵੀ ਇੱਥੋਂ ਉਮੀਦਵਾਰ ਜਿੱਤੂਗਾ ਤੁਸੀਂ ਆਪਣੇ ਕੀਮਤੀ ਵੋਟ ਪਾ ਕੇ ਜਿਤਾਓਗੇ ਉਹਨਾਂ ਨੂੰ, ਤੁਹਾਡਾ ਮੇਨ ਮੁੱਦਾ ਕੀ ਰਹੂਗਾ? ਭਗਵੰਤ ਮਾਨ ਦੇ ਜਿਹੜੇ ਚੰਗੇ ਕੰਮ ਕੀਤੇ ਆ ਨਾ, ਜਿਵੇਂ ਉਹਨੇ ਭਗਤ ਸਿੰਘ ਉਹਨਾਂ ਨੂੰ ਸ਼ਰਧਾਂਜਲੀ ਦਵਾਈ, ਸੰਸਦ ਦੇ ਰਿਕਾਰਡ ਦੇ ਵਿੱਚ ਦਰਜ ਕਰਾਇਆ, ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਦਾ ਉੱਥੇ ਬੁਲਾਇਆ, ਸਾਡੇ ਕਿੰਨੇ ਸਿੱਖ MP ਗਏ ਨੇ ਅੱਜ ਤੋਂ ਪਹਿਲਾਂ, ਕਿਸੇ ਨੇ ਉੱਥੇ ਗੱਲ ਨਹੀਂ ਕਰੀ, ਚਾਹੇ ਕਾਂਗਰਸੀ ਅਤੇ ਚਾਹੇ ਉਹ ਅਕਾਲੀ ਅਤੇ ਹੈ ਤਾਂ ਸਿੱਖ ਅਤੇ। ਮੈਡਮ, ਭਗਵੰਤ ਮਾਨ ਨੇ ਇਹ ਵੀ ਚਾਨਣ ਕਰਿਆ ਲੋਕਾਂ ਨੂੰ, ਜਿਹੜਾ 5 ਕਰੋੜ ਰੁਪਈਆ ਸਾਲ ਦਾ MP ਨੂੰ ਮਿਲਦਾ ਸੀਗਾ, ਹਰੇਕ ਅੱਗੇ ਦਾ MP ਕੋਈ ਬੋਲਦੀ ਨਹੀਂ ਸੀ, ਇਹਨੇ ਚਾਹੇ ਲੋਕਾਂ 'ਚ ਵੰਡਤਾ ਉਹ, ਇਹਨੇ ਲੋਕਾਂ ਨੂੰ ਅਵੇਅਰਨੈਸ ਕਰਤਾ ਵੀ ਹਾਂ ਸਾਨੂੰ 5 ਕਰੋੜ ਰੁਪਈਆ ਸਾਲ ਦਾ ਮਿਲਦਾ। ਭਗਵੰਤ ਮਾਨ ਨੇ ਤੁਹਾਨੂੰ ਜਾਗਰੂਕ ਕੀਤਾ ਵੀ ਇੰਨਾ ਪੈਸਾ ਮੈਨੂੰ ਮਿਲਦਾ? ਜਾਗਰੂਕ ਪੜ੍ਹੇ ਲਿਖੇ ਲੋਕ ਤਾਂ ਪਹਿਲੀ ਜਾਗਰੂਕ ਨੇ, ਇਹਨੂੰ ਮਿਲਦੇ ਆ ਪੈਸੇ, ਅਨਪੜ੍ਹ ਲੋਕਾਂ ਨੂੰ ਵੀ ਨੌਲੇਜ ਆ ਗਈ ਗੱਲ ਦੀ, ਪਿੰਡਾਂ ਦੇ ਲੋਕਾਂ ਨੂੰ ਪਤਾ ਲੱਗੇ ਵੀ ਇੰਨਾ ਪੈਸਾ ਮਿਲਦਾ, ਵੀ ਪੈਸਾ ਮਿਲਦਾ MP ਨੂੰ। ਦੂਜੀ ਵੱਡੀ ਗੱਲ ਕਰੀ, ਚਾਹੇ ਉਹਨੇ ਆਪ ਦਾ ਵਿਰੋਧ ਕਰਾ ਕੇ ਕਰੀ, ਲੋਕਾਂ ਨੂੰ ਬੋਲਣਾ ਸਿਖਾਇਆ ਵੀ ਲੀਡਰਾਂ ਤੋਂ ਪੁੱਛੋ ਤੁਸੀਂ ਪਹਿਲਾਂ ਕੀ ਵਾਅਦੇ ਕਰੇ ਤੇ ਹੁਣ ਸਾਡੇ ਕਿੰਨੇ ਪੂਰੇ ਕਰਤੇ, ਮੰਗ ਤਾਂ ਅਸੀਂ ਫੇਰ ਰੱਖਾਂਗੇ ਜੇ ਉਹਨਾਂ ਦੀ ਸਰਕਾਰ ਬਣੂ, ਕਿਉਂ ਫੇਰ ਕੋਈ ਵੱਡੀ ਮੰਨੋ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਆ ਗਈ, ਫਿਰ ਕੀ ਮੁੱਖ ਮੰਗ ਰਹੂਗੀ ਵੀ ਕਿਸਾਨਾਂ ਵਾਲੀ? ਵਧੀਆ ਕਾਲਜ ਆਉਣ, ਵਧੀਆ ਹਸਪਤਾਲ ਆਉਣ, ਵੱਡੀਆਂ ਫੈਕਟਰੀਆਂ ਆਉਣ ਇੱਥੇ, ਤੇ ਰੋਜ਼ਗਾਰ ਦਾ ਕਿੰਨਾ ਕੁ ਦੇਖਦੇ ਨੌਜਵਾਨ ਬਾਹਰ ਜਾ ਰਹੇ, ਰੋਜ਼ਗਾਰ ਮਿਲਿਆ ਕਿੰਨਾ ਕੁ ਮਿਲਿਆ? ਨਹੀਂ, ਰੋਜ਼ਗਾਰ ਤਾਂ ਕੋਈ ਪ੍ਰੋਜੈਕਟ ਲਾਇਆ ਹੋਊ ਤਾਂ ਹੀ ਰੋਜ਼ਗਾਰ ਮਿਲੂਗਾ। ਕੈਪਟਨ ਸਰਕਾਰ ਨੇ ਰੋਜ਼ਗਾਰ ਮੇਲੇ ਲਗਾਏ ਆ, ਉਹਦੇ ਵਿੱਚ ਲੱਗਦਾ ਵੀ ਧੂਰੀ ਦੇ ਨੌਜਵਾਨਾਂ ਨੂੰ ਕੁਛ ਮਿਲਿਆ? ਕੋਈ ਰੋਜ਼ਗਾਰ ਨਹੀਂ ਮਿਲਿਆ ਕੈਪਟਨ ਦੇ ਸਰਕਾਰ ਨਾਲ, ਲੋਕ ਜਿੱਥੇ ਪਹਿਲਾਂ ਕੰਮ ਕਰਦੇ ਉੱਥੇ ਕਰਦੇ ਪਏ। ਦੇਖੋ, ਰੋਜ਼ ਹੀ ਸਰਵੇ ਕਰਦੇ ਹੋ ਤੁਸੀਂ, ਐਂ ਦੱਸੋ ਵੀ ਜਿਹੜੀ ਬੇਰੁਜ਼ਗਾਰੀ ਦੀ ਦਰ ਵਧੀ ਆ ਕਿ ਘਟੀ ਹੈ? ਤੁਹਾਨੂੰ ਲੱਗਦਾ ਵੀ ਭਗਵੰਤ, ਜਿਵੇਂ ਹੁਣ ਆਮ ਆਦਮੀ ਪਾਰਟੀ ਤੁਸੀਂ ਕਿਤੇ ਭਗਵੰਤ ਮਾਨ ਨੇ ਜੋ ਵੀ ਨਵਾਂ ਇੱਕ ਵਿਜ਼ਨ ਲੈ ਕੇ ਆਏ ਭਗਵੰਤ ਮਾਨ ਆਪਾਂ ਕਹਿ ਸਕਦੇ ਹਾਂ ਨਾ, ਉਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਜੋ ਉਹਨਾਂ ਦੇ ਰਾਜ ਦੇ ਵਿੱਚ ਬੇਅਦਬੀਆਂ ਹੋਈਆਂ, ਸਿੱਖ ਸੰਗਤ ਵੱਲੋਂ ਭਾਰੀ ਰੋਸ ਹੈ ਹਾਲੇ ਵੀ ਵਿਰੋਧ ਕੀਤਾ ਜਾ ਰਿਹਾ, ਇਹ ਤੁਸੀਂ ਲੱਗਦੇ ਵੀ ਖਾਮਿਆਜ਼ ਦਾ ਭੁਗਤਣਾ ਪਊਗਾ ਵੋਟਾਂ ਦੇ ਵਿੱਚ ਅਕਾਲੀ ਦਲ ਨੂੰ? ਭੁਗਤ ਰਿਹਾ ਜੀ ਬਹੁਤ, ਉਹਨੂੰ ਜਿਹੜਾ ਬਾਦਲ ਨਹੀਂ ਪੰਜਾਬੀਆਂ ਦਾ ਮਸੀਹਾ ਸੀ ਕਿਸਾਨਾਂ ਦਾ ਖਾਸ ਕਰ, ਜੇ ਉਹਦੀ ਬੇਕਦਰੀ ਹੋਈ ਆ ਬਰਗਾੜੀ ਕਾਂਡ ਕਰਕੇ ਹੋਈ ਆ। ਉਹ ਤਾਂ ਕਹਿੰਦੇ ਜੋ ਜਾਂਚ ਰਿਪੋਰਟ ਆਈ ਹੈ ਉਹਨਾਂ ਦੇ ਵਿੱਚ ਹੀ ਹੁਣ ਵਿਜੇ ਕੁਮਾਰ ਪ੍ਰਤਾਪ ਵਿਜੇ ਸਿੰਘ ਨੂੰ ਚੋਣਾਂ ਤੋਂ ਪਹਿਲਾਂ ਹਟਾਤਾ ਉਹਨਾਂ ਨੇ, ਉਹਦੇ ਕਰਕੇ ਵੀ ਉਹਨਾਂ ਨੂੰ ਕਾਫੀ ਝੱਲਣਾ ਪਿਆ। ਹਾਂ, ਝੱਲਣਾ ਪਿਆ ਨਾ, ਜਿਹੜਾ ਹੁਣ ਜਾਂਚ ਅਧਿਕਾਰੀ ਸੀ ਜਦੋਂ ਉਸੇ ਨੂੰ ਹਟਾਤਾ ਉਹਦਾ ਨੁਕਸਾਨ ਹੋ ਹੀ ਰਿਹਾ, ਦੂਜੀਆਂ ਪਾਰਟੀਆਂ ਨੂੰ ਮੁੱਦਾ ਮਿਲਿਆ ਇਹ ਗੱਲ ਕਹਿਣ ਦਾ? ਸਾਡੇ ਐਂਟੀ ਮੁੜ ਕੇ ਆਉਂਦੇ ਹੀ ਨਹੀਂ ਸੀ, ਸਾਡੇ ਭਗਵਾਨ ਢੀਂਡਸਾ ਸਾਹਿਬ ਨੇ ਮੁੜ ਕੇ ਸਾਡੇ ਪਿੰਡ 'ਚ ਕਦੇ ਗੇੜਾ ਵੀ ਦਿੱਤਾ ਹੋਵੇ, ਕਦੇ ਆ ਕੇ ਕੋਈ ਰੈਲੀ ਕਰੀ ਹੋਵੇ, ਸਿਰਫ ਵੋਟਾਂ ਮੰਗਣ ਹੀ ਆਉਂਦੇ, ਵੋਟਾਂ ਵੇਲੇ ਆਉਂਦੇ, ਸਾਨੂੰ ਦਰਸ਼ਨ ਦੇ ਜਾਂਦੇ ਆ, 5 ਸਾਲ ਅਸੀਂ ਝਾਕ ਉਹ ਫੋਟੋ ਕਿ ਨਹੀਂ ਦੇਖੀਆਂ ਨੇ। ਇਹ ਤਾਂ ਜਿੱਤ ਕੇ ਵੀ ਸਾਡੇ ਜਿੱਤ ਕੇ ਵੀ ਇੱਥੇ ਆਏ ਹੈ, ਐਂ ਵੀ ਕਿਹਾ ਉਹਨਾਂ ਨੇ ਵੀ ਇਹ ਪੈਸੇ ਵਾਪਸ ਕਰਤੇ, ਯਾਨੀ ਹੋਰ ਤਾਂ ਅੱਗੇ ਐਂ ਪਤਾ ਹੀ ਨਹੀਂ ਸੀ ਵੀ ਇਹ ਪੈਸੇ ਇਹਨਾਂ ਨੂੰ ਬਣਦਾ ਆਉਂਦਾ ਪੈਸਾ ਆਉਂਦਾ, ਸਾਨੂੰ ਤਾਂ ਪਤਾ ਹੀ ਹੁਣ ਇਹ ਭਗਵੰਤ ਮਾਨ ਨੇ ਦੱਸਿਆ
ਸਾਰੇ ਹੀ ਉਮੀਦਵਾਰ ਆਪਣੀ ਆਪਣੀ ਕਿਸਮਤ ਅਜ਼ਮਾ ਰਹੇ ਨੇ, ਪਰ ਦੇਖਣਾ ਇਹ ਹੈ ਕਿ ਸੰਗਰੂਰ ਦੇ ਹਲਕੇ ਦੇ ਵਿੱਚ ਜਿੰਨਾ ਵਿਕਾਸ ਕਾਰਜ ਹੋਇਆ ਜਾਂ ਜੋ ਪਿਛਲੇ ਸਾਲਾਂ ਦੇ ਵਿੱਚ ਅਕਾਲੀ ਸਰਕਾਰ ਦੇ ਵਿੱਚ ਹੋਇਆ ਜਾਂ ਮੋਦੀ ਸਰਕਾਰ ਨੇ ਵਾਅਦੇ ਕੀਤੇ ਸੀਗੇ, ਵਾਅਦੇ ਨਾ ਪੂਰਾ ਕਰਨ ਦੀ ਕਿੱਡੀ ਵੱਡੀ ਸਜ਼ਾ ਮਿਲੂਗੀ ਇਹ 23 ਮਈ ਨੂੰ ਪਤਾ ਲੱਗੂਗਾ। ਪਰ ਇਹਨਾਂ ਦਾ ਹੁਣ ਦੇਖਣਾ ਕਿ ਸੰਗਰੂਰ ਹਲਕੇ ਦੇ ਲੋਕ ਚਾਹੁੰਦੇ ਕੀ ਨੇ, ਕਿਉਂਕਿ ਭਾਵੇਂ ਇਹਨਾਂ ਨੇ ਆਪਣੀ ਗੱਲ ਰੱਖੀ ਹੈ ਪਰ ਕਿਤੇ ਨਾ ਕਿਤੇ ਇਹਨਾਂ ਦੇ ਮਨ ਦੇ ਵਿੱਚ ਹਲੇ ਵੀ ਹੈਗੇ ਵੀ ਹਾਂ ਅਸੀਂ 23 ਮਈ ਨੂੰ ਵੋਟਾਂ ਪਾ ਕੇ ਦੱਸਾਂਗੇ ਅਸੀਂ ਕਿਸ ਪਾਰਟੀ ਦੇ ਨਾਲ ਹਾਂ। ਸੋ ਅਸੀਂ ਇੰਤਜ਼ਾਰ ਕਰਾਂਗੇ 23 ਮਈ ਦਾ ਕਿ ਸੰਗਰੂਰ ਹਲਕੇ ਤੋਂ ਭਗਵੰਤ ਮਾਨ ਦੀ ਜਿੱਤ ਹੋਵੇਗੀ ਜਾਂ ਫਿਰ ਕਿਸੇ ਹੋਰ ਉਮੀਦਵਾਰ ਦੇ ਹੱਥ ਇਹ ਆਪਣੀ ਡੋਰ ਫੜਾਉਣਗੇ ਤਾਂ ਜੋ ਇਹਨਾਂ ਦਾ ਵਿਕਾਸ ਹੋ ਸਕੇ। ਅਤੇ ਤੁਹਾਨੂੰ ਕੀ ਲੱਗਦਾ ਸਰਕਾਰ ਨੇ ਵਾਅਦਾ ਕੀਤਾ ਸੀਗਾ ਕੈਪਟਨ ਸਰਕਾਰ ਹੋਵੇ ਮੋਦੀ ਸਰਕਾਰ, ਨੌਜਵਾਨਾਂ ਨੂੰ ਕਿੰਨਾ ਕੁ ਰੁਜ਼ਗਾਰ ਮਿਲਿਆ? ਕੁਛ ਨਹੀਂ ਮਿਲਿਆ ਜੀ, ਤੁਸੀਂ ਆਪ ਹੀ ਦੇਖ ਸਕਦੇ ਹੋ ਆਪਣੇ ਆਲੇ ਦੁਆਲੇ, ਤੁਸੀਂ ਰੋਜ਼ ਹੀ ਤੁਸੀਂ ਕਿਸੇ ਦੇ ਇੰਟਰਵਿਊ ਕਰਦੇ ਹੋ ਕਿ ਕੁਛ ਨਹੀਂ ਮਿਲਿਆ ਕਿਸੇ ਨੂੰ। ਅੱਜ ਕੱਲ੍ਹ ਬਥੇਰੇ ਵਾਅਦੇ ਕੀਤੇ ਸੀ ਆਹ ਕਰਾਂਗੇ ਆਹ ਕਰਾਂਗੇ, ਕੋਈ ਕੁਛ ਨਹੀਂ ਕਰਦਾ। ਸਮਾਰਟਫੋਨ ਕੋਈ ਸਮਾਰਟਫੋਨ ਦਾ ਵਗੈਰਾ ਕੁਛ ਵੀ ਨਹੀਂ ਕਿਸੇ ਨੂੰ ਦਿੱਤਾ ਜੀ। ਸਮਾਰਟਫੋਨ ਤਾਂ ਫਿਰ ਵੀ ਅਗਲਾ ਨੌਕਰੀ ਮਿਲ ਜਾਵੇ ਫਿਰ ਅਗਲਾ ਲੈ ਲੈਂਦਾ ਸਮਾਰਟਫੋਨ, ਠੀਕ ਹੈ। ਪਹਿਲਾਂ ਸਮਾਰਟਫੋਨ ਦੇ ਕੇ ਅਗਲੇ ਨੂੰ ਵੀ ਜ਼ਰੂਰ ਵਿਹਲਾ ਕਰਨਾ, ਲੋਕ ਤਾਂ ਪਹਿਲੀ ਨਹੀਂ ਫੋਨਾਂ ਤੋਂ ਹਟਦੇ। ਤੁਸੀਂ ਨੌਕਰੀ ਸੋਚ ਕੇ ਵੋਟਾਂ ਪਾਓਗੇ? ਸੋਚਣਾ ਤਾਂ ਇਹੀ ਹੈ ਜੀ ਵੀ ਕਿਸੇ ਨੂੰ ਰੁਜ਼ਗਾਰ ਮਿਲੇ ਜਾਂ ਕਿਸੇ ਨੂੰ ਕੋਈ ਹੋਰ ਮਿਲਦਾ ਤਾਂ ਠੀਕ ਹੈ, ਵਧੀਆ ਗੱਲ ਆ। ਨਹੀਂ ਤਾਂ ਬਸ ਫਿਰ ਉਹੀ ਜੋ ਪਹਿਲਾਂ ਆ ਜਾਂਦਾ ਉਹ ਹੁਣ ਚੱਲੀ ਜਾਊਗਾ, ਉਹ ਤਾਂ ਕੋਈ ਉਹੀ ਨਹੀਂ। ਨਹੀਂ ਕੁਛ ਚੇਂਜ ਨਹੀਂ ਕਰਨ ਦੀ ਸੋਚੋਗੇ ਵੀ ਇੱਦਾਂ ਨਹੀਂ? ਚੇਂਜ ਤਾਂ ਠੀਕ ਹੈ ਨਾ, ਜੇ ਹੁਣ ਕੋਈ ਆਪਾਂ ਕਿਸੇ ਨੂੰ ਵੋਟ ਪਾਉਂਦੇ ਹਾਂ, ਠੀਕ ਹੈ, ਆਪਾਂ ਇਸੇ ਸੋਚਦੇ ਪਾਉਂਦੇ ਹਾਂ, ਇੰਨਾ ਆਪਾਂ 5 ਸਾਲ ਵਾਸਤੇ ਅਗਲੇ ਨੂੰ ਉਹ ਕਰਦੇ ਹਾਂ ਵੀ ਯਾਰ ਹਾਂ ਸਾਡੇ ਵਾਸਤੇ ਆਹ ਕਰੂਗਾ ਕਰੂਗਾ, ਜਦੋਂ ਉਹੀ ਲੀਡਰ ਜਿੱਤ ਕੇ ਕੋਈ 5-4 ਸਾਲ ਸਾਹਾ ਕੋਈ ਕਿਸੇ ਦੀ ਸਾਰ ਨਹੀਂ ਲੈਂਦਾ ਫਿਰ ਉਹਦਾ ਕੀ ਉਹ ਕਰਾਂਗੇ। ਸੋਚ ਤਾਂ ਇਹੀ ਹੈ ਵੀ ਆਹ ਜਿਹੜੇ ਨਵੇਂ ਮੁੰਡੇ ਇੰਨੇ ਫਿਰਦੇ ਆ, ਇੱਧਰ ਵਿਹਲੇ ਫਿਰਦੇ, ਅਗਲਾ ਕਹਿੰਦਾ ਕੋਈ ਨਸ਼ਾ ਕਰਦਾ ਕੁਛ ਵੀ ਤਰ੍ਹਾਂ ਦੀ ਉਹ ਕਰਦਾ, ਜੇ ਅਗਲਾ ਜੋਬ ਕਰੂਗਾ 9 ਤੋਂ 5 ਜੋਬ ਜਾਊਗਾ, ਅਗਲਾ ਘਰ ਜਾਊਗਾ, ਉਹਨੂੰ ਟਾਈਮ ਹੀ ਨਹੀਂ ਮਿਲਣਾ ਨਸ਼ਾ ਕਰਨ ਦਾ, ਤਾਂ ਉਹ ਕਿੱਥੋਂ ਉਹ ਕਰੂਗਾ। ਸੋ ਇਹੀ ਹੈਗਾ ਵੀ ਸਭ ਨੂੰ ਨੌਕਰੀ ਮਿਲੇ, ਵਧੀਆ ਗੱਲ ਆ, ਰੁਜ਼ਗਾਰ ਮਿਲੇ। ਤੁਸੀਂ ਕਿਸ ਉਮੀਦਵਾਰ ਦੇ ਹੱਕ ਦੇ ਵਿੱਚ? ਮੈਂ ਭਗਵੰਤ ਮਾਨ ਦੇ। ਭਗਵੰਤ ਮਾਨ ਨੇ ਕਿੰਨਾ ਕੁ ਵਿਕਾਸ ਕੀਤਾ? ਬਹੁਤ ਕੀਤਾ ਜੀ। ਜੋ ਬਰਗਾੜੀ ਦੇ ਵਿੱਚ ਹੋਇਆ ਜਾਂ ਬੇਅਦਬੀਆਂ ਹੋਈਆਂ, ਕਿਤੇ ਨਾ ਕਿਤੇ ਕੈਪਟਨ ਸਰਕਾਰ 'ਤੇ ਇਲਜ਼ਾਮ ਲੱਗਦੇ ਆ ਵੀ ਉਹਨਾਂ ਨੇ ਜਾਂਚ ਸਹੀ ਤਰੀਕੇ ਨਾਲ ਨਹੀਂ ਕੀਤੀ ਹੈਗੀ, ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੋਇਆ ਤਾਂ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ, ਉਹਨਾਂ ਦਾ ਨਾਮ ਰਿਹਾ, ਇਸ ਬਾਰੇ ਕੀ ਕਹੋਗੇ? ਬਿਲਕੁਲ ਸਹੀ ਹੈ ਜੀ, ਜਦੋਂ ਹੁਣ ਕੋਈ ਪਹਿਲਾਂ ਕਹਿੰਦੇ ਸੀ ਅਸੀਂ ਇੱਦਾਂ ਕਰਾਂਗੇ, ਅਸੀਂ ਬੇਅਦਬੀ ਵਾਲਿਆਂ ਨੂੰ ਇੱਦਾਂ ਕਰਾਂਗੇ, ਕੁਛ ਨਹੀਂ ਕੀਤਾ, ਕਿਉਂਕਿ ਖੁਦ ਕੈਪਟਨ ਸਾਹਿਬ ਨੇ ਵੀ ਗੁੜਕਾ ਸਾਹਿਬ ਦੀ ਸਹੁੰ ਖਾਧੀ ਸੀ, ਉਹਨਾਂ ਨੇ ਕਰੀ ਦਿੱਤੀ, ਉਹ ਤਾਂ ਫਿਰ ਇੱਕੋ ਜਿਹੀ ਹੋ ਗਏ ਨਾ, ਸਹੁੰ ਖਾ ਲਈ ਜਾਂ ਬੇਅਦਬੀ ਕਰਤੀ, ਇੱਕੋ ਜਿਹੀ ਬਰਾਬਰ ਹੀ ਕੰਮ। ਕੇਵਲ ਸਿੰਘ ਢਿੱਲੋਂ ਦਾ ਕਿੰਨਾ ਕੁ ਰੁਝਾਨ ਹੈ ਇੱਥੇ? ਜੀ ਇਹ ਤਾਂ ਆਪਾਂ ਨੂੰ ਪਤਾ ਨਹੀਂ, ਕਿਉਂਕਿ ਆਪਾਂ ਗਏ ਨਹੀਂ ਕਿਤੇ ਕਿਸੇ ਦੇ ਨਾਲ, ਆਪਾਂ ਪੋਲੀਟਿਕਸ ਉਸ 'ਚ ਕਦੇ ਇੰਟਰਸਟ ਲਿਆ ਨਹੀਂ ਹੈ, ਬਟ ਸਾਡੀ ਵੋਟ ਭਗਵੰਤ ਮਾਨ ਦੀ। ਜੋ ਵਿਕਾਸ ਕਰੂਗਾ, ਨੌਜਵਾਨਾਂ ਦੇ ਮੁੱਦੇ ਨੇ ਜਿਹੜੇ ਉਹਨਾਂ ਨੂੰ ਉਭਾਰੂਗਾ। ਬੇਰੁਜ਼ਗਾਰੀ ਸਭ ਤੋਂ ਵੱਡਾ ਮੁੱਦਾ, ਸਭ ਨਾਲੋਂ ਵੱਡਾ ਮੁੱਦਾ ਹੈ ਅੱਜ ਬੇਰੁਜ਼ਗਾਰੀ ਅਤੇ ਨਸ਼ੇ ਦੀ ਜਿਹੜੀ ਦਲਦਲ ਦੇ ਵਿੱਚ ਅੱਜ ਨੌਜਵਾਨ ਫਸੇ ਹੋਏ ਆ, ਸਾਰਿਆਂ ਨਾਲੋਂ ਵੱਡਾ ਮੁੱਦਾ। ਮੈਂ ਦੇਖਿਆ ਸੀ +1 +2 ਦੇ ਵਿੱਚ ਜਦੋਂ ਬੱਚਿਆਂ ਨੂੰ ਪੁੱਛੀਦਾ ਬੇਟਾ ਤੁਹਾਡਾ ਅੱਗੇਲਾ ਟਾਰਗੇਟ ਕੀ ਹੈ, ਤਾਂ ਬੱਚੇ ਹਮੇਸ਼ਾ ਇਹੀ ਗੱਲ ਕਹਿੰਦੇ ਆ ਸਰ ਅਸੀਂ ਅਬਰਾਡ ਜਾਣਾ। ਹਰ ਇੱਕ ਬੱਚੇ ਦੀ ਜਿਹੜੀ ਚੁਆਇਸ ਹੈ ਉਹ ਫੋਰਨ ਦੀ ਬਣ ਰਹੀ ਹੈ, ਇੱਥੇ ਬਜ਼ੁਰਗ ਰਹਿ ਜਾਣੇ ਆ, ਜਿਹੜੀ ਨੌਜਵਾਨ ਪੀੜ੍ਹੀ ਆ ਉਹ ਸਾਡੀ ਫੋਰਨ ਚਲੀ ਜਾਣੀ ਹੈ, ਅਤੇ ਇਹ ਸਾਡੇ ਪੰਜਾਬ ਲਈ ਜੋ ਹੀ ਹੈ ਬਹੁਤ ਜ਼ਿਆਦਾ ਦਲਦਲ ਹੈ, ਬਹੁਤ ਜ਼ਿਆਦਾ ਜੋ ਹੋ ਰਿਹਾ ਪੰਜਾਬ ਦੇ ਭਵਿੱਖ ਲਈ ਬਹੁਤ ਹੀ ਮਾੜਾ ਹੋ ਰਿਹਾ। ਤੁਸੀਂ ਸੋ ਕੀ ਕਹਿਣਾ ਚਾਹੋਗੇ, ਕਿਉਂਕਿ ਇੱਥੋਂ ਭਗਵੰਤ ਮਾਨ 5 ਸਾਲ ਰਾਜ ਕਰ ਚੁੱਕੇ, ਵੱਡੀ ਲੀਡ ਨਾਲ ਜਿੱਤੇ ਸੀਗੇ, ਉਹਨਾਂ ਨੇ ਕੀ ਕੀਤਾ? ਕੁਛ ਨਹੀਂ ਕੀਤਾ ਜੀ, ਸਭ ਕੁਛ ਡਰਾਮੇਬਾਜ਼ੀ ਹੈ ਜੋ ਵੀ ਹੈ। ਮੈਂ ਨਹੀਂ ਮੰਨਦਾ, ਦੇਖੋ ਮੈਂ ਕਿਸੇ ਬਾਰੇ ਮਾੜਾ ਨਹੀਂ ਕਹਿਣਾ ਚਾਹੁੰਦਾ, ਪਰ ਜੋ ਕੁਛ ਵੀ ਹੈ ਉਹ ਸਭ ਡਰਾਮੇਬਾਜ਼ੀ ਹੈ। ਸਾਡੇ ਜਿਹੜੇ ਮੁੱਦੇ ਨੇ ਕਿ ਉਹ ਕਿਸੇ ਗੱਡੀ ਦੇ ਉੱਤੇ ਬਹਿ ਕੇ ਰੋਟੀ ਖਾ ਕੇ ਨਹੀਂ ਪੂਰੇ ਹੋਣੇ, ਜਾਂ ਲੋਕਾਂ ਦੇ ਘਰਾਂ 'ਚ ਜਾ ਕੇ ਰੋਟੀ ਖਾ ਕੇ ਇੱਦਾਂ ਨਹੀਂ ਪੂਰੇ ਹੋਣੇ। ਇਹ ਗੱਲਾਂ ਨੇ ਜਿਹੜੀਆਂ ਸਭ ਡਰਾਮੇਬਾਜ਼ੀ ਹੈ, ਸਟੰਟਬਾਜ਼ੀ ਹੈ, ਇਹ ਗਲਤ ਹੈ। ਜੋ ਵੀ ਹੈ ਇੱਦਾਂ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ। ਸਾਡੀ ਜਿਹੜੀ ਲੋਕ ਚਾਹੁੰਦੇ ਹੈ ਉਹ ਰਾਜਨੀਤੀ ਇਹ ਹੈ ਕਿ ਜੋ ਸਾਡੇ ਮੁੱਦੇ ਹੈ ਉਹ ਜਾ ਕੇ ਵਿਧਾਨ ਸਭਾ ਲੋਕ ਸਭਾ ਦੇ ਵਿੱਚ ਉਠਾਏ ਜਾਣ। ਸਾਡੀ ਸਰਵਉੱਚ ਅਦਾਲਤ ਹੈ ਇੱਕ ਲੋਕ ਸਭਾ, ਜਿੱਥੇ ਸਾਡੇ ਅਸੀਂ MP ਚੁਣ ਕੇ ਭੇਜਦੇ ਹਾਂ, ਉੱਥੇ ਜਾ ਕੇ ਸਾਡੇ ਮੁੱਦੇ ਉਸ ਉਠਾਏ ਜਾਣ ਕਿ ਪਤਾ ਚੱਲੇ ਕਿ ਸਾਡੇ ਲੋਕ ਬੱਚੇ ਸਾਡੇ ਕੀ ਚਾਹੁੰਦੇ ਆ। ਬੱਚੇ ਤਾਂ ਬਾਹਰ ਜਾਣ, ਇੱਥੇ ਰੋਜ਼ਗਾਰ ਨਹੀਂ ਕਰਨਗੇ ਵੀ ਕੀ ਫਿਰ? ਬਿਲਕੁਲ, ਅਗਰ ਰੋਜ਼ਗਾਰ ਦੇ ਇੱਥੇ ਮੁੱਦੇ, ਇੱਥੇ ਉਹਨਾਂ ਨੂੰ ਕੋਈ ਅੱਛੀਆਂ ਇੰਡਸਟਰੀਜ਼ ਅੱਛੇ ਉਹਨਾਂ ਨੂੰ ਇੱਥੇ ਕੋਈ ਮੁਕਾਮ ਹਾਸਲ ਹੋਵੇ। ਸੰਗਰੂਰ ਦੇ ਵਿੱਚ ਹੈ ਕੋਈ ਇਦਾਂ ਦੀ ਇੰਡਸਟਰੀ ਹੋਵੇ? ਨਾ ਜੀ ਨਾ, ਜੋ 1-2 ਸੀਗੀਆਂ ਉਹ ਬੰਦ ਹੋ ਗਈਆਂ ਨੇ, ਬਿਲਕੁਲ ਨਹੀਂ ਹੈ। ਤੇ ਹੁਣ ਤੁਹਾਨੂੰ ਕੀ ਲੱਗਦਾ ਕਿਹੜਾ ਉਮੀਦਵਾਰ ਆਸਾਂ ਤੇ ਖਰਾ ਉਤਰ ਸਕਦਾ? ਇਹ ਤਾਂ ਨਹੀਂ ਅਜੇ ਕੁਛ ਪਤਾ ਲੱਗ ਰਿਹਾ ਮੈਨੂੰ, ਇਹਨਾਂ 'ਚੋਂ ਕੋਈ ਵੀ ਚੰਗਾ ਨਹੀਂ ਲੱਗਦਾ, ਬਸ ਮੰਨਣਾ। ਤੁਸੀਂ ਵੋਟ ਪਾਓਗੇ? ਬਿਲਕੁਲ ਵੋਟ ਕਰਾਂਗੇ, ਉਹ ਦੇਖਾਂਗੇ ਅਜੇ 2 ਦਿਨਾਂ 'ਚ ਹੋਰ
ਤੇ ਸਾਡੇ ਵਿੱਚ ਰਹਿੰਦਾ ਭਾਈਆਂ ਵਾਂਗੂ ਪਤਾ ਨਹੀਂ ਲੱਗਦਾ ਖੜਾ ਵੀ ਭਗਵੰਤ ਮਾਨ ਖੜਾ ਹੈਗਾ ਤੇ ਮੀਤ ਹੈਰ ਬਰਨਾਲੇ ਤੋਂ ਐਮ ਐਲ ਏ ਉਹ ਵੀ ਸੇਮ ਚੀਜ਼ ਨੇ ਸਾਡੇ ਭਰਾ ਨੇ ਆਪਣੇ ਬਟ ਉਹ ਇੱਕ ਨੀਚੇ ਉੱਠ ਕੇ ਗਏ ਨੇ ਜ਼ਮੀਨ ਤੋਂ ਉੱਪਰ ਤੱਕ ਇਹ ਜਿਹੜੇ ਲੀਡਰ ਨੇ ਹੁਣ ਤੱਕ ਜਿਵੇਂ ਰਾਜਾ ਜੀ ਨੇਗੇ ਕੈਪਟਨ ਸਾਹਿਬ ਆ ਇਹਨਾਂ ਨੇ ਇੱਕ ਆਪਦਾ ਹੂਆ ਬਣਾ ਰੱਖਿਆ ਵੀ ਅਸੀਂ ਰਾਜ ਹੈਗੇ ਵੀ ਅਸੀਂ ਰਾਜ ਹੀ ਕਰਨਾ ਗਾ ਬਟ ਇਹਨਾਂ ਦਾ ਕੰਮ ਹੈ ਸੇਵਾ ਕਰਨਾ ਇਹ ਸਾਡੇ ਨੌਕਰ ਨੇਗੇ ਇਹਨਾਂ ਨੂੰ ਤਨਖਾਹ ਦਿੰਦੀ ਹੈ ਸਰ ਤੁਸੀਂ ਇਹ ਗੱਲ ਕਹੀ ਕਿ ਲੀਡਰ ਤੁਹਾਡੇ ਨੌਕਰ ਹੈ ਪਰ ਉਹਨਾਂ ਨੂੰ ਅਹਿਸਾਸ ਹੋਣਾ ਚਾਹੀਦਾ ਨਾ ਕਿ ਤੁਹਾਡੀ ਕਿੱਡੀ ਵੱਡੀ ਤਾਕਤ ਆ ਬਿਲਕੁਲ ਮੈਨੂੰ ਅਹਿਸਾਸ ਹੋ ਰਿਹਾ ਹੁਣ ਹਰੇਕ ਜਗ੍ਹਾ ਉਹਨਾਂ ਦਾ ਵਿਦਰੋਹ ਹੋ ਰਿਹਾਗਾ ਇਹ ਭਗਵੰਤ ਮਾਨ ਦੀ ਦੇਣ ਆ ਬਸ ਭਗਵੰਤ ਮਾਨ ਤੁਹਾਨੂੰ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਲਈ ਸਿਖਾਇਆ ਬਿਲਕੁਲ ਮੈਡਮ ਤੁਸੀਂ ਭਗਵੰਤ ਮਾਨ ਨੂੰ ਇਹ ਨਹੀਂ ਕਹੋਗੇ ਜਿੱਤ ਕੇ ਆਉਣਗੇ ਨੌਜਵਾਨ ਬਾਹਰ ਨਾ ਜਾਣ ਇੱਥੇ ਕੋਈ ਰੋਜ਼ਗਾਰ ਮਿਲੇ ਮੈਡਮ ਕਰਨਗੇ ਮੈਡਮ ਜਦੋਂ ਸਾਡੇ ਹੱਥ 'ਚ ਤਾਕਤ ਹੋਈ ਤਾਂ ਅਸੀਂ ਕਰਕੇ ਦੇਵਾਂਗੇ ਸਾਰਿਆਂ ਨੂੰ ਕਿੰਨਾ ਕੁ ਵਿਕਾਸ ਤੁਸੀਂ ਸੋਚੋਗੇ ਜੋ ਦਿੱਲੀ ਦੇ ਵਿੱਚ ਹੋਇਆ ਜਾਂ ਇੱਥੇ ਆਪਣਾ ਸਿਹਤ ਸਿਸਟਮ ਹੈ ਸਰਕਾਰੀ ਸਕੂਲਾਂ ਦੀ ਗੱਲ ਕਰੀਏ ਸਰਕਾਰੀ ਸਾਰਾ ਸਿਸਟਮ ਹੈ ਉਹਦੇ ਬਾਰੇ ਕੀ ਕਹੋਗੇ ਤੁਸੀਂ ਮੈਡਮ ਸਿੱਖਿਆ ਇੱਕ ਸਿਹਤ ਹੋ ਗਈ ਮੈਡਮ ਠੀਕ ਹੈ ਇੱਕ ਹੈਲਥ ਹੋ ਗਈ ਇੱਕ ਐਜੂਕੇਸ਼ਨ ਹੋ ਗਈ ਇਹ ਦੋਨੇ ਚੀਜ਼ ਫਰੀ ਹੋ ਜਾਣ ਤਾਂ ਸਾਰਾ ਕੁਝ ਸੈੱਟ ਹੋ ਜਾਏਗਾ ਭਗਵੰਤ ਮਾਨ ਨੂੰ ਇਸ ਕਰਕੇ ਵੋਟ ਪਾਉਣਾ ਚਾਹੁੰਦੇ ਹਾਂ ਕਿਉਂਕਿ ਉਹ ਨੌਜਵਾਨਾਂ ਦਾ ਬਹੁਤ ਧਿਆਨ ਰੱਖਦੇ ਨੇ ਆਮ ਸਾਡੇ ਘਰਾਂ 'ਚੋਂ ਉੱਠੇ ਹੋਏ ਨੇ ਠੀਕ ਹੈ ਇਹ ਵੱਡੇ ਲੀਡਰ ਇਹਨਾਂ ਦਾ ਕੰਮ ਕੀ ਹੈਗਾ ਬਸ ਹਊਆ ਬਣਾ ਰੱਖਿਆ ਇਹਨਾਂ ਨੇ ਕਦੇ ਅਕਾਲੀ ਜੀ ਕਦੇ ਕਾਂਗਰਸ 70 ਸਾਲ ਹੋ ਗਏ ਰਾਜ ਕਰਦੇ ਨੂੰ ਅੱਜ ਤੱਕ ਜੀ ਸਾਨੂੰ ਰੁਜ਼ਗਾਰ ਨਹੀਂ ਮਿਲਿਆ ਕੈਪਟਨ ਸਾਹਿਬ ਨੇ ਸਹੁੰ ਖਾਧੀ ਸੀਗੀ ਵੀ ਰੁਜ਼ਗਾਰ ਮਿਲੂਗਾ ਘਰ ਘਰ ਨੌਕਰੀ ਸਮਾਰਟਫੋਨ ਸਾਨੂੰ ਨੌਕਰੀ ਦਿਓ ਮੇਲੇ ਰੋਜ਼ਗਾਰ ਮੇਲੇ ਲਗਾਏ ਕੈਪਟਨ ਸਾਹਿਬ ਨੇ ਕਿੰਨੇ ਕੁ ਨੌਜਵਾਨਾਂ ਨੂੰ ਮਿਲ ਗਿਆ ਰੋਜ਼ਗਾਰ ਦੇਖੋ ਜੀ ਸਾਡੇ ਏਰੀਏ 'ਚ ਤਾਂ ਕਿਸੇ ਨੂੰ ਨਹੀਂ ਮਿਲਿਆ ਮੈਂ ਧੂਰੀ ਤੋਂ ਬਿਲੋਂਗ ਕਰਦਾ ਠੀਕ ਹੈ ਕੋਈ ਰੁਜ਼ਗਾਰ ਨਹੀਂ ਮਿਲਿਆ ਹੈਗਾ ਕੁਛ ਨਹੀਂ ਕਰਿਆ ਇਹਨਾਂ ਨੇ ਵਾਅਦੇ ਕਰਕੇ ਮੁੱਕਰਨਗੇ ਗੁਟਕਾ ਸਾਹਿਬ ਦੀ ਸਹੁੰ ਖਾਧੀ ਇਹਨਾਂ ਨੇ ਦੇਖੋ ਬਹੁਤ ਗਲਤ ਗੱਲ ਹੈ ਇਹਨਾਂ ਕੈਪਟਨ ਸਾਹਿਬ ਵਾਸਤੇ ਠੀਕ ਹੈ ਬੇਅਦਬੀ ਕਰਵਾਈ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਗਲੀਆਂ 'ਚ ਰੋਲੇ ਜੀ ਸਾਨੂੰ ਇਨਸਾਫ ਚਾਹੀਦਾ ਇਹ ਚੀਜ਼ ਦਾ ਜੀ ਅਕਾਲੀਆਂ ਦਾ ਬਹੁਤ ਵਿਰੋਧ ਹੋ ਰਿਹਾ ਅਤੇ ਇਸ ਦੇ ਮੁੱਦੇ ਲੈ ਕੇ ਕੈਪਟਨ ਸਰਕਾਰ ਦਾ ਵਿਰੋਧ ਹੈ ਕਿਉਂਕਿ ਬੇਅਦਬੀ ਦੇ ਸਜ਼ਾ ਨਹੀਂ ਮਿਲੀ ਹਾਲੇ ਤੱਕ ਭਾਵੇਂ ਕਿ ਸਿੱਟ ਨੇ ਜਾਂਚ ਸ਼ੁਰੂ ਕੀਤੀ ਸੀ ਪਰ ਵੋਟਾਂ ਤੋਂ ਪਹਿਲਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਤਬਾਦਲੀ ਕਰਵਾ ਦਿੱਤੀ ਇਹਦੇ ਬਾਰੇ ਕੀ ਬੋਲੋਗੇ ਦੇਖੋ ਜੀ ਸਰਕਾਰਾਂ ਦਾ ਕੰਮ ਹੀ ਇਹੀ ਆ ਸਾਨੂੰ ਆਪਸ 'ਚ ਲੜਾ ਰਹੀਆਂ ਨੇ ਠੀਕ ਹੈ ਮੈਂ ਕਿਸੇ ਪਾਰਟੀ ਨੂੰ ਬਿਲੋਂਗ ਨਹੀਂ ਕਰਦਾ ਪਰ ਮੈਂ ਸੱਚੇ ਬੰਦੇ ਨੂੰ ਵੋਟ ਪਾਊਂਗਾ ਠੀਕ ਹੈ ਜੀ ਭਗਵੰਤ ਮਾਨ ਦਿਲ ਦਾ ਬਹੁਤ ਸਾਫ਼ ਬੰਦਾ ਠੀਕ ਹੈ ਦਿੱਲੀ 'ਚ ਕੰਮ ਹੋਏ ਨੇ ਮੈਂ ਚਾਹੁੰਦਾ ਵੀ ਪੰਜਾਬ 'ਚ ਵੀ ਕੰਮ ਹੋਣਗੇ ਅਸੀਂ ਬਦਲਾਵ ਚਾਹੁੰਦੇ ਹਾਂ ਠੀਕ ਹੈ ਜੀ ਕਿਉਂਕਿ ਹੁਣ ਤੱਕ ਅਸੀਂ ਇਕੱਲੇ ਅਕਾਲੀ ਕਦੇ ਕਾਂਗਰਸ ਇਹਨਾਂ ਨੂੰ ਵੋਟਾਂ ਪਾਉਂਦੇ ਰਹੇ ਸਾਨੂੰ ਅੱਜ ਤੱਕ ਕੁਛ ਨਹੀਂ ਹਾਸਲ ਹੋਇਆ ਹੈਗਾ ਪੀਡੀਏ ਇੱਕ ਨਵੀਂ ਪਾਰਟੀ ਹੈ ਉਹਨੂੰ ਬਦਲਾਵ ਦੀ ਨਜ਼ਰ ਨਾਲ ਦੇਖਦੇ ਤੁਸੀਂ ਪੀਡੀਏ ਨਹੀਂ ਜੀ ਦੇਖੋ ਇਹ ਤਾਂ ਪਾਰਟੀਆਂ ਦਾ ਹੁਣ ਕਾਫੀ ਚੱਲ ਰਹੀਆਂ ਨੇ ਹਰੇਕ ਬੰਦਾ ਚਾਹੁੰਦਾ ਵੀ ਹਾਂ ਮੈਂ ਅੱਗੇ ਆਵਾਂ ਠੀਕ ਹੈ ਜੀ ਕਿਉਂਕਿ ਹਰੇਕ ਬੰਦਾ ਚਾਹੁੰਦਾ ਵੀ ਮੈਂ ਅੱਗੇ ਆਵਾਂ ਪ੍ਰਧਾਨ ਮੰਤਰੀ ਬਣਾ ਕਿਉਂਕਿ ਜਿਹੜੇ ਲੋਕ ਆਮ ਆਦਮੀ ਨੂੰ ਛੱਡ ਕੇ ਗਏ ਨੇ ਉਹ ਇਹ ਚਾਹੁੰਦੇ ਸੀ ਵੀ ਅਸੀਂ ਅੱਗੇ ਆਈਏ ਠੀਕ ਹੈ ਜੀ ਆਮ ਆਦਮੀ ਇੱਕ ਐਸੀ ਪਾਰਟੀ ਆ ਜੋ ਲੋਕਾਂ ਦੇ ਹੱਕ ਵਿੱਚ ਖੜੀ ਆ ਮੈਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿਣਾ ਚਾਹੁੰਦਾ ਨਾ ਮੈਂ ਕੈਪਟਨ ਨਾਲ ਸਾਹਿਬ ਨਾਲ ਹਾਂ ਠੀਕ ਹੈ ਜੀ ਨਾ ਮੈਂ ਅਕਾਲੀ ਦਲ ਦਾ ਵਿਰੋਧ ਕਰਦਾ ਪਰ ਤੁਸੀਂ ਯੂਥ ਹੋ ਭਗਵੰਤ ਮਾਨ ਜਿੱਤਣਗੇ ਤੁਸੀਂ ਕਹਿੰਦੇ ਹੋ ਤੁਸੀਂ ਜਿਤਾ ਕੇ ਭੇਜੋਗੇ ਨੌਜਵਾਨਾਂ ਲਈ ਸਭ ਤੋਂ ਪਹਿਲਾਂ ਕੀ ਕਰਨ ਜੋ ਤੁਸੀਂ ਭਗਵੰਤ ਮਾਨ ਨੂੰ ਜਿੱਤਣਗੇ ਇੱਥੋਂ ਜਾਣਗੇ ਤੁਸੀਂ ਕੀ ਮੁੱਖ ਮੰਗ ਰੱਖੋਗੇ ਜੋ ਨੌਜਵਾਨਾਂ ਨੂੰ ਇੱਥੋਂ ਰੋਜ਼ਗਾਰ ਮਿਲੇ ਜਾਂ ਤੁਹਾਡਾ ਕੋਈ ਹੋਰ ਮੁੱਖ ਮੁੱਦਾ ਨੌਜਵਾਨਾਂ ਨੂੰ ਰੁਜ਼ਗਾਰ ਪਹਿਲੀ ਗੱਲ ਹੈ ਜੀ ਠੀਕ ਹੈ ਬਾਕੀ ਸਭ ਕੁਛ ਲੋਕ ਆਪ ਕਰ ਸਕਦੇ ਨੇ ਜਦੋਂ ਬੰਦੇ ਦੇ ਜੇਬ 'ਚ 4 ਪੈਸੇ ਹੋਣਗੇ ਬੰਦਾ ਸਭ ਕੁਛ ਕਰ ਸਕਦਾ ਜੀ ਸਮਾਰਟਫੋਨ ਵੀ ਲੈ ਸਕਦਾ ਸਭ ਕੁਛ ਕਰ ਸਕਦਾ ਬੰਦਾ ਠੀਕ ਹੈ ਜੀ ਬਾਕੀ ਮੇਨ ਮੁੱਦਾ ਹੋਊਗਾ ਸਾਡਾ ਜੀ ਸਾਡੇ ਆਹੀ ਦੇਖੋ ਜਿਵੇਂ ਉਹਨਾਂ ਨੇ ਸਕੂਲ ਵਧੀਆ ਬਣਾਏ ਸਾਡੇ ਸਕੂਲ ਕਾਲਜ ਟੀਚਰ ਸੁੱਤੇ ਪਏ ਨੇ ਸਕੂਲਾਂ ਦੇ ਜੀ ਦੇਖੋ ਉੱਥੇ 35-35, 40-40 ਹਜ਼ਾਰ ਤਨਖਾਹ ਮਿਲ ਰਹੀ ਹੈ ਉਹਨਾਂ ਨੂੰ ਉਹ ਕੰਮ ਨਹੀਂ ਹੋ ਰਿਹਾ ਜੀ ਦੇਖੋ ਠੀਕ ਹੈ ਬੱਚਾ ਪ੍ਰਾਈਵੇਟ ਸਕੂਲ 'ਚ ਕਿਉਂ ਪਾਉਂਦੇ ਹਾਂ ਅਸੀਂ ਇਸੇ ਕਰਕੇ ਪਾ ਰਹੇ ਹਾਂ ਕਿਉਂਕਿ ਉੱਥੇ ਕੰਮ ਨਹੀਂ ਹੋ ਰਿਹਾ ਸਹੀ ਐਜੂਕੇਸ਼ਨ ਨਹੀਂ ਦਿੱਤੀ ਜਾ ਰਹੀ ਸਰਕਾਰੀ ਸਕੂਲ 'ਚ ਪਾਣੀ ਗੰਦਲਾ ਹੋਇਆ ਪਿਆ ਜੀ ਦੇਖੋ ਸੜਕਾਂ ਬਣਾ ਦਾਂਗੇ ਨਾਲੀਆਂ ਸਾਡੇ ਲੋਕ ਗਲੀਆਂ ਨਾਲੀਆਂ ਦੇ ਅੱਗੇ ਰਹਿ ਗਏ ਜੀ ਭਗਵੰਤ ਮਾਨ ਨੂੰ ਮੈਂ 3-4 ਵਾਲੀ ਪਰਸਨਲੀ ਵੀ ਮਿਲ ਚੁੱਕੇ ਹਾਂ ਜੀ ਠੀਕ ਹੈ ਬਹੁਤ ਵਧੀਆ ਨੇਚਰ ਦੇ ਬੰਦੇ ਨੇ ਠੀਕ ਹੈ ਸਾਨੂੰ ਦੇਖੋ ਸਾਨੂੰ ਇਹ ਰੁਜ਼ਗਾਰ ਮਿਲਦਾ ਸਾਨੂੰ ਬਾਹਰ ਜਾਣ ਦੀ ਕੀ ਲੋੜ ਆ 20-20 ਲੱਖ ਰੁਪਈਆ ਲੱਗ ਅਸੀਂ ਬਾਹਰ ਜਾਂਦੇ ਹਾਂ ਠੀਕ ਹੈ ਜੀ ਭਗਵੰਤ ਮਾਨ ਜਿੱਤ ਕੇ ਜਾਣਗੇ ਤੁਹਾਡਾ ਮੁੱਖ ਮੁੱਦਾ ਰੋਜ਼ਗਾਰ ਹੋਊਗਾ ਜਾਂ ਫਿਰ ਕੁਝ ਹੋਰ ਸਾਡਾ ਮੁੱਖ ਮੁੱਦਾ ਰੋਜ਼ਗਾਰ ਹੀ ਹੋਊਗਾ ਜੀ ਵੀ ਸਭ ਨੂੰ ਰੋਜ਼ਗਾਰ ਮਿਲੇ ਠੀਕ ਹੈ ਜੀ ਕੰਮਕਾਰ ਬੰਦਾ ਆਪਦਾ ਇੱਥੇ ਸੈੱਟ ਕਰੇ ਕਿਸੇ ਨੂੰ ਬਾਹਰ ਧੱਕੇ ਖਾਣ ਦੀ ਲੋੜ ਨਾ ਪਵੇ ਤਾਂ ਸੀਵਰੇਜ ਦੇ ਮੈਨੂੰ ਲੱਗਦਾ ਕਿ ਸਭ ਤੋਂ ਵੱਡੀ ਸਮੱਸਿਆ ਹੈ ਤੇ ਕੋਈ ਵੀ ਕਲੋਨੀ ਦੇਖ ਲਓ ਸ਼ਹਿਰ ਦੇ ਕਿਸੇ ਪਾਸੇ ਦੇਖ ਲਓ ਸੀਵਰੇਜ ਦੀ ਸਭ ਤੋਂ ਵੱਡੀ ਸਮੱਸਿਆ ਹੈ ਗਲੀਆਂ ਨਾਲੀਆਂ ਕਿੰਨਾ ਸਾਲ ਦੇਸ਼ ਆਜ਼ਾਦ ਹੋਏ ਨੂੰ ਹੋ ਗਏ ਕਹਿੰਦੇ ਬਣਨਗੀਆਂ ਬਣ ਰਹੀਆਂ ਨੇ ਅਤੇ ਅੱਜ ਤੱਕ ਅਸੀਂ ਤਾਂ ਦੇਖਿਆ ਨਹੀਂ ਕਿ ਕਿੱਥੇ ਸਾਫ਼ ਸੁਥਰਾ ਕੰਮ ਹੋਵੇ ਸੋ ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜਾ ਵੀ ਜਿੱਤੇ ਵੋਟ ਤਾਂ ਦੇਖੋ ਕੌਨਫੀਡੈਂਸ਼ਲ ਹੈ ਪਾਵਾਂਗੇ ਜਿਸ ਨੂੰ ਪਾਵਾਂਗੇ ਜੋ ਵੀ ਜਿੱਤੇ
ਇਹਨਾਂ ਦੇ ਨਾਲ ਵੀ ਮੈਨੂੰ ਜਿਹੜਾ ਇੱਕ ਹੋਰ ਖਤਰਨਾਕ ਮੁੱਦਾ ਲੱਗ ਰਿਹਾ ਉਹ ਹੈ ਸਾਡੇ ਬੱਚਿਆਂ ਦਾ ਪ੍ਰਵਾਸ ਜਿਹੜੇ ਅਸੀਂ ਦੇਖੋ ਕਰੋੜਾਂ ਰੁਪਈਆ ਖਰਚ ਕੇ ਅਰਬਾਂ ਰੁਪਈਆ ਜਿਹੜਾ ਸਾਡੇ ਦੇਸ਼ ਦਾ ਉਹ ਵਿਦੇਸ਼ਾਂ 'ਚ ਜਾ ਰਿਹਾ ਪਹਿਲਾਂ ਤਾਂ ਅਸੀਂ ਆਪਦੇ ਬੱਚਿਆਂ ਨੂੰ ਬਾਹਰ ਭੇਜਦੇ ਹਾਂ ਕਿਹਦਾ ਮਨ ਕਰਦਾ ਆਪਣੇ ਬੱਚੇ ਨੂੰ ਬਾਹਰ ਭੇਜਣ ਦੇ ਲਈ ਬੱਚੇ ਵੀ ਭੇਜਦੇ ਹਾਂ ਪੈਸਾ ਵੀ ਭੇਜਦੇ ਹਾਂ ਜੇ ਸਰਕਾਰ ਅਜਿਹੀ ਸਕੀਮ ਸੋਚੇ ਕਿ ਇੱਥੇ ਹੀ ਜਿਹੜਾ ਰੁਜ਼ਗਾਰ ਹੈ ਬੱਚਿਆਂ ਲਈ ਹੋਵੇ ਚੰਗੀ ਐਜੂਕੇਸ਼ਨ ਹੁਣ ਜੇ ਮੈਂ 20 ਲੱਖ ਲਾ ਕੇ ਬੱਚੇ ਨੂੰ ਤੋਰ ਸਕਦਾ 20 ਲੱਖ ਅਸੀਂ ਇੱਥੇ ਵੀ ਦੇਣ ਨੂੰ ਤਿਆਰ ਹਾਂ ਸਰਕਾਰ ਨੂੰ ਸਾਡੇ ਬੱਚਿਆਂ ਨੂੰ ਉਸ ਤਰ੍ਹਾਂ ਦਾ ਰੁਜ਼ਗਾਰ ਮਿਲੇ ਸੋ ਇਹ ਸਭ ਮੇਰੇ ਖਿਆਲ ਅਨੁਸਾਰ ਸਭ ਤੋਂ ਜ਼ਿਆਦਾ ਕੈਪਟਨ ਸਰਕਾਰ ਨੇ ਵਾਅਦੇ ਕਿਤੇ ਵੀ ਰੁਜ਼ਗਾਰ ਮੇਲੇ ਲਗਾਏ ਤੁਹਾਨੂੰ ਲੱਗਦਾ ਵੀ ਕੁਛ ਫਾਇਦਾ ਹੋਇਆ ਉਹਨਾਂ ਦਾ ਮੈਡਮ ਇਹ ਜਿਹੜੇ ਮੇਲੇ ਹੈ ਨਾ ਇਹ ਜਿਹੜੇ ਮੇਲੇ ਹੈ ਇਹਨਾਂ ਨੂੰ ਨਹੀਂ ਆਪਾਂ ਕਹਿ ਸਕਦੇ ਕਿ ਰੁਜ਼ਗਾਰ ਮੇਲੇ ਨੇ ਉੱਥੇ ਪ੍ਰਾਈਵੇਟ ਕੰਪਨੀਆਂ ਜਾਂਦੀਆਂ ਨੇ ਤੁਸੀਂ ਦੇਖ ਲਓ ਜੋਬ ਪਲੇਸਮੈਂਟ ਜਿੰਨੀ ਕੁ ਹੁੰਦੀ ਹੈ ਆਪਣੇ ਜਿਸ ਤਰ੍ਹਾਂ ਬੀ ਟੈਕ ਕਾਲਜ ਨੇ ਇਹ ਲਾਉਂਦੇ ਰਹਿੰਦੇ ਨੇ ਜੋਬ ਫੇਅਰ ਜਸਟ ਲਾਈਕ ਦੈਟ ਨੌਜਵਾਨਾਂ ਦਾ ਕਹਿਣਾ ਕਿ ਅਸੀਂ ਸਿਰਫ ਸਾਨੂੰ ਸਟਾਰਟਿੰਗ ਪੇ 10,000 ਮਿਲਦੇ ਸੀ ਇੰਨਾ ਨਾ ਪੜ੍ਹ ਕੇ 10,000 'ਚ ਕੰਮ ਨਹੀਂ ਕਰ ਸਕਦੇ ਕਿਉਂ ਵਧੀਆ ਇੰਡਸਟਰੀ ਇੱਥੇ ਹੋਣੀ ਚਾਹੀਦੀ ਹੈ ਸੰਗਰੂਰ ਦੇ ਵਿੱਚ ਹੈ ਕੋਈ ਇੱਦਾਂ ਦੀ ਇੰਡਸਟਰੀ ਨਹੀਂ ਸੰਗਰੂਰ 'ਚ ਅਜਿਹੀ ਇੰਡਸਟਰੀ ਕੋਈ ਨਹੀਂ ਹੈਗੀ ਕੋਈ ਇੰਡਸਟਰੀ ਨਹੀਂ ਹੈਗੀ ਜਿੱਥੋਂ ਅਸੀਂ ਕਹਿ ਲਈਏ ਕਿ ਬਹੁਤ ਚੰਗਾ ਰੁਜ਼ਗਾਰ ਮਿਲ ਸਕਦਾ ਹੋਵੇ ਅਤੇ ਜਿੱਥੋਂ ਤੱਕ 10-300 ਵਾਲੀ ਪੀ ਵਾਲੀ ਗੱਲ ਹੈ ਉਹ ਤਾਂ ਸਰਕਾਰ ਦੀ ਜੋ ਪਾਲਿਸੀ ਹੈ ਅਸੀਂ ਤਾਂ ਉਹਦੇ ਵਿਰੁੱਧ ਨਹੀਂ ਕਹਿ ਸਕਦੇ ਹੈ ਨਾ ਜੋ ਸਰਕਾਰ ਦੀ ਹੈ ਪਾਲਿਸੀ ਉਹਦੇ ਅਨੁਸਾਰ ਹੀ ਹੋਈ ਤੁਸੀਂ ਕੀ ਕਹਿਣਾ ਚਾਹੋਗੇ ਸੰਗਰੂਰ ਦੇ ਵਿੱਚ ਕਿੰਨਾ ਕੁ ਵਿਕਾਸ ਹੋਇਆ ਕਿਸ ਉਮੀਦਵਾਰ ਦੀ ਇੱਥੇ ਜਿਤਾ ਕੇ ਭੇਜੋਗੇ ਤੁਸੀਂ ਜਾਂ ਕਿਸਾਨਾਂ ਵੱਲੋਂ ਜੋ ਵਾਅਦੇ ਕੀਤੇ ਗਏ ਸੀ ਕੈਪਟਨ ਸਰਕਾਰ ਨੇ ਮੋਦੀ ਸਰਕਾਰ ਨੇ ਉਹਦੇ ਬਾਰੇ ਮੈਡਮ ਜੀ ਮੈਂ ਦੱਸਦਾ ਮੈਂ ਨਾ ਕਿਸਾਨ ਦਾ ਪੁੱਤ ਹਾਂ ਜੀ ਪਹਿਲੀ ਗੱਲ ਤਾਂ ਇਹ ਝੂਠ ਬੋਲਦੇ ਰਹੇ ਮੈਂ ਸਿਰਫ ਐਤਕੀ ਆਪ ਵਾਲੇ ਨੂੰ ਵੋਟ ਪਾ ਰਿਹਾ ਮੈਂ ਪੱਕਾ ਕਾਂਗਰਸੀ ਹਾਂ ਉਹ ਇਸ ਕਰਕੇ ਪਾ ਰਿਹਾ ਵੀ ਇਹ 70 ਸਾਲ ਵਿਧਾਨ ਸਭਾ 'ਚ ਸੌਂ ਕੇ ਮੁੜੇ ਚਾਹ ਪੀ ਕੇ ਮੁੜੇ ਸਾਡੇ ਸਾਹਿਬਜ਼ਾਦਿਆਂ ਦੀ ਐਡੀ ਵੱਡੀ ਕੁਰਬਾਨੀ ਆ ਘੱਟੋ ਘੱਟ ਭਗਵੰਤ ਮਾਨ ਨੇ ਉਹਨੇ ਸ਼ਰਧਾਂਜਲੀ ਜੀ ਤਾਂ ਉਹ ਕਰਤੀ ਹਰ ਸਾਲ ਜਿੰਨਾ ਤੱਕ ਰਹਿੰਦੀ ਦੁਨੀਆਂ ਤੱਕ ਉਹ ਯਾਦ ਰਹੂਗਾ ਮੈਂ ਇਸ ਕਰਕੇ ਇਹਨਾਂ ਨੂੰ ਵੋਟ ਪਾ ਰਿਹਾ ਜਿਹੜੀ ਰਹੀ ਆ ਕਰਜ਼ੇ ਮਾਫ਼ੀ ਦੀ ਅਸੀਂ 5 ਭਰਾ 4 ਪਿੰਡ ਰਹਿੰਦੇ ਇਕੱਲਾ ਮੈਸੂਰ ਮੇਰੇ ਕੋਲ 2 ਏਕੜ ਜ਼ਮੀਨ ਆ ਇੱਕ ਦੁੱਕੀ ਨਹੀਂ ਮਾਫ਼ ਹੋਈ ਇਹ ਝੂਠ ਤੋਂ ਬਿਨਾਂ ਕੁਛ ਨਹੀਂ ਬੋਲਦੇ ਕੱਖ ਨਹੀਂ ਇਹਨਾਂ ਕੋਲ ਠੀਕ ਆ ਬਿਜਿੰਦਰ ਨੇ ਪ੍ਰੋਜੈਕਟ ਲੈਂਦੇ ਠੀਕ ਆ ਜਿਹੜੇ ਪਹਿਲਾਂ ਹਸਪਤਾਲ ਬਣਿਆ ਹੋਰ ਬਣਿਆ ਲੈ ਕੇ ਆਉਂਦੇ ਨੇ ਠੀਕ ਹੈ ਨਾ ਗੱਲ ਇਹ ਕਹਿੰਦੇ MP ਹੁਣ ਤੁਸੀਂ ਪੜ੍ਹਾਈ ਦੀ ਗੱਲ ਕਰ ਦਿਓ ਇੱਕ MP ਮੇਰੇ ਵਰਗਾ 2-3 ਪੜ੍ਹ ਕੇ ਬਣ ਜਾਂਦਾ ਉਹ ਸਾਰੀ ਉਮਰ ਲੁੱਟੀ ਜਾਂਦਾ ਫਿਰ ਕਿਉਂਕਿ ਉਹਨਾਂ ਨੂੰ ਖੁਦ ਹੀ ਨਹੀਂ ਪਤਾ ਹੁੰਦਾ ਵੀ ਵਿਕਾਸ ਕਿੱਦਾਂ ਕਰਵਾਉਣਾ ਕਿਉਂਕਿ ਨੌਜਵਾਨਾਂ ਨੂੰ ਸਿਰਫ ਰੋਜ਼ਗਾਰ ਚਾਹੀਦਾ ਨੌਜਵਾਨਾਂ ਨੂੰ ਰੋਜ਼ਗਾਰ ਮਿਲੂਗਾ ਇੱਥੇ ਸਭ ਤੋਂ ਵੱਡੇ ਉਰੇ ਸਿਆਸਤਦਾਨ ਢੀਂਡਸਾ ਰਹੇ ਨੇ ਉਹਨਾਂ ਨੇ ਕੀ ਕਰਤਾ ਸੰਗਰੂਰ 'ਚ ਸੁਖਦੇਵ ਸਿੰਘ ਢੀਂਡਸਾ ਉਹਦਾ ਮੁੰਡਾ ਰਿਹਾ ਉਹਨਾਂ ਨੇ ਕਿਸੇ ਲਈ ਕੀ ਹੁਣ ਉਹ ਕਹਿੰਦੇ ਆ ਵੀ ਸਿਆਸਤ ਦੇ ਵਿੱਚ ਮੈਂ ਰਹਿਣਾ ਨੇ ਕਿਉਂਕਿ ਅਕਾਲੀ ਦਲ ਦੀ ਸਥਿਤੀ ਠੀਕ ਨਹੀਂ ਸਥਿਤੀ ਨਹੀਂ ਉਹਨੂੰ ਲੋਕ ਨਹੀਂ ਚਾਹੁੰਦੇ ਲੋਕ ਤਾਂ ਉਹਦਾ ਐਂ ਭਜਦੇ ਨੇ ਕੁੱਤਾ ਕਲੰਗਾ ਵੱਡੀ ਚੋਂ ਮੀਟ ਲੈ ਕੇ ਭਜਦਾ ਉਹਨੂੰ ਵੋਟ ਨਹੀਂ ਪੈਂਦੀ ਤੁਸੀਂ ਅੱਜ ਢੀਂਡ ਸਾਹਿਬ ਵੱਡੇ ਗੇੜਾ ਲਾ ਦੇਣ 15,000 ਤੜਕੇ ਨੂੰ ਉਹਦੇ ਮੁੰਡੇ ਦੀ ਵੋਟ ਉੱਡ ਜੂ ਪੈਂਦੀ ਨਹੀਂ ਵੋਟ ਕਿਉਂਕਿ ਉਹਨਾਂ ਨੇ ਕੁਛ ਕਰੀ ਨਹੀਂ ਉਹਨਾਂ ਨੇ ਕਿਹਾ ਮੈਂ ਆਪਣੇ ਪੁੱਤ ਦਾ ਵੀ ਪ੍ਰਚਾਰ ਨਹੀਂ ਕਰਨਾ ਉਹਨਾਂ ਨੇ ਸਿਰਫ ਆਪਣਾ ਪਰਿਵਾਰ ਪਾਲਿਆ ਜਾਂ ਸਹੁਰੇ ਪਾਲੇ ਨੇ ਹੋਰ ਤਾਂ ਕਿਸੇ ਦਾ ਕੁਛ ਕੀਤੀ ਨਹੀਂ ਤੇ ਇੱਥੋਂ PDA ਦੇ ਉਮੀਦਵਾਰ ਵੀ ਹੈਗੇ ਆ ਕਿਹੜੇ ਜੀ PDA ਦੇ ਮਿਜਸੀ ਜਸਰਾਜ ਸਿਮਰਜੀਤ ਸਿੰਘ ਮਾਨ ਸਿਮਰਜੀਤ ਮਾਨ ਤਾਂ ਹੁਣ ਚੱਲ ਗਏ ਜੀ ਹੁਣ ਉਹਨਾਂ ਨੂੰ ਵੋਟ ਨਹੀਂ ਪੈਂਦੀ ਜਦੋਂ ਤਾਂ ਉਹਨਾਂ ਨੂੰ ਲੋਕਾਂ ਨੇ ਜਿੱਤਿਆ ਸੀ ਉਹ ਤਾਂ ਟੌੜੇ ਹੋਰਾ ਮੰਗਣ ਲੱਗ ਲਏ ਹੁਣ ਨਹੀਂ ਉਹਨਾਂ ਨੂੰ ਵੋਟ ਪੈਂਦੀ ਹੁਣ ਤਾਂ ਇਹ ਭਗਵੰਤ ਮਾਨ ਜਿੱਤੂਗਾ ਉਰੇ ਭਗਵੰਤ ਮਾਨ ਇੱਥੋਂ ਜਿੱਤ ਕੇ ਜਾਣਗੇ ਤੁਸੀਂ ਜਿਤਾਓਗੇ ਸੰਗਰੂਰ ਦੇ ਲੋਕ ਤੁਹਾਡਾ ਮੇਨ ਮੁੱਦਾ ਇੱਕ ਮੁੱਦਾ ਜਿਹੜਾ ਤੁਸੀਂ ਕਹੋਗੇ ਭਗਵੰਤ ਮਾਨ ਪਹਿਲ ਦੇ ਆਧਾਰ ਤੇ ਕਰਨ ਉਹ ਕਿਹੜਾ ਜੀ ਕੋਈ ਵੀ ਇੱਕ ਮੁੱਦਾ ਜਿਹੜਾ ਅਸੀਂ ਤਾਂ ਕਹਿੰਦੇ ਜੀ ਵਰਤ ਕੇ ਜੱਟਾਂ ਦਾ ਵਿਚਾਰਾਂ ਦਾ ਸਹੀ ਮੁੱਲ ਮਿਲੇ ਫਸਲ ਦਾ ਜਿਹੜੇ ਬੇਰੁਜ਼ਗਾਰ ਨੌਜਵਾਨ ਅੱਗੇ ਕੀਤੀ ਇੰਡੀਆ ਨੂੰ ਬਾਹਰੋਂ ਪੈਸਾ ਆ ਰਿਹਾ ਸੀ ਹੁਣ ਇੰਡੀਆ 'ਚੋਂ ਬਾਹਰੇ ਜਾ ਰਿਹਾ ਦਿਨੋਂ ਦਿਨ ਇੰਡੀਆ ਤਾਂ ਗਰੀਬ ਹੋ ਰਿਹਾ ਜੇ ਦੁਬਾਰੇ ਮੋਦੀ ਆ ਗਿਆ ਨਾ ਪੰਜਾਬ 'ਚ ਸਾਰੇ ਝੱਕ ਹੋ ਜਾਣਗੇ ਉਹਨਾਂ ਦਾ ਕਹਿ ਸਕੇ ਵੀ GST ਨਾਲ ਫਾਇਦਾ ਹੋਊਗਾ ਨੋਟਬੰਦੀ ਨਾਲ ਉਹਦੇ ਤੇ ਕਿੰਨਾ ਅਸਰ ਉਹਦਾ ਕੱਲੇ ਮੋਦੀ ਨੂੰ ਫਾਇਦਾ ਹੋਗਾ ਜੀ ਲੋਕਾਂ ਦਾ ਕੋਈ ਫਾਇਦਾ ਨਹੀਂ ਬਾਜ਼ਾਰ 'ਚ ਤਾਂ ਜੇ ਕ੍ਰਿਕਟ ਖੇਡੀ ਜਾਓ ਜੀ ਕੋਈ ਗਾਹਕ ਤਾਂ ਹੈ ਨਹੀਂ ਇਹ ਕਹਿੰਦੇ ਨੇ 15 ਲੱਖ ਰੁਪਇਆ ਆ ਗਿਆ ਜਿਹੜੇ ਬੀਬੀਆਂ ਨੇ ਵਿਚਾਰੀ ਗੋਝੀ ਜੋੜੀ ਦੀ ਸਮਾਂ ਇਹਨੇ ਨੋਟਬੰਦੀ ਕਰੀ ਉਹਨਾਂ ਦੀ ਵੀ ਸਮਾਂ ਜਿਹੜਾ 15-15, 10-10 ਹਜ਼ਾਰ ਰੁਪਇਆ ਦੀ ਇਕੱਠਾ ਕਰਦੀ ਉਹ ਵੀ ਲੈ ਗਿਆ ਕਢਾ ਕੇ ਜਿਹੜੀ ਗੋਝੀ ਕਰੀ ਤੀ ਕਿਸੇ ਨੇ ਪੁੱਤ 2 ਜੋੜੀ ਤੀ ਕਿਸੇ ਨੇ ਨੂੰਹ 2 ਜੋੜੀ ਤੀ ਇਹ 15 ਲੱਖ ਭਾਲਦੇ ਨੇ 15 ਪੈਸੇ ਨਹੀਂ ਆਏ ਜੀ ਇਹ ਝੂਠ ਬੋਲਦੇ ਨੇ ਜੀ ਕਿਉਂਕਿ ਮੋਦੀ ਨੂੰ ਕਬੀਲਦਾਰੀ ਦਾ ਤਾਂ ਨਹੀਂ ਪਤਾ ਛੜਾ ਛੜਾ ਕਾ ਛੜੇ ਨੂੰ ਕਹਦਾ ਪਤਾ ਵੀ ਚੁੱਲ੍ਹੇ ਦਾ ਕੀ ਪਤਾ ਹੁੰਦਾ ਵੀ ਚੁੱਲ੍ਹੇ ਤੇ ਕੀ ਚਾਹੀਦਾ ਉਹਨੂੰ ਕੱਖ ਨਹੀਂ ਪਤਾ ਜੀ ਮਤਲਬ ਤੁਸੀਂ ਦੋਨੋਂ ਪਾਰਟੀ ਦੇ ਦੁਖੀ ਹੋ ਚੁੱਕੇ ਹਾਂ ਪੂਰਾ ਦੁਖੀ ਆ ਜੀ ਅੱਜ ਗਾਹ ਨੂੰ ਮੋਦੀ ਅਗੇ ਸੂਹ ਸੜਕ ਦੇਖ ਲਓ ਕਿਵੇਂ ਹੋਣਗੇ 13 ਲੋਕ ਸਭਾ ਸੀਟਾਂ ਦੇ ਵਿੱਚੋਂ ਸੰਗਰੂਰ ਦੀ ਸੀਟ ਬਹੁਤ ਅਹਿਮ ਮੰਨੀ ਜਾਂਦੀ ਹੈ ਕਿਉਂਕਿ ਇੱਥੇ ਆਪ ਦਾ ਦਬਦਬਾ ਕਿਉਂਕਿ ਭਗਵੰਤ ਮਾਨ ਇੱਥੋਂ ਵੱਡੀ ਲੀਡ ਨਾਲ ਜਿੱਤ ਕੇ ਗਏ ਸੀ ਹੁਣ ਦੇਖਣਾ ਕਾਫੀ ਰੋਚਕ ਰਹੇਗਾ ਕਿ ਭਗਵੰਤ ਮਾਨ ਨੂੰ ਦੁਬਾਰਾ ਸੰਗਰੂਰ ਦੇ ਲੋਕ ਵੋਟਾਂ
23 ਮਈ ਨੂੰ ਸਭ ਕੁਝ ਸਾਫ ਹੋ ਜਾਵੇਗਾ। ਸੋ ਅਸੀਂ ਇੰਤਜ਼ਾਰ ਕਰਾਂਗੇ 23 ਮਈ ਦਾ। ਸਿਆਸਤ ਦੇ ਲਈ ਕੁਝ ਗੱਲਾਂ ਬਹੁਤ ਕਹੀਆਂ ਜਾਂਦੀਆਂ ਨੇ ਕਿ ਸਿਆਸਤ ਇਨਸਾਨ ਨੂੰ ਅਤੇ ਵੱਡੇ ਵੱਡੇ ਨੇਤਾ ਨੂੰ ਇਸ ਕਦਰ ਝੁਕਾ ਦਿੰਦੀ ਹੈ ਕਿ ਜਨਤਾ ਦੇ ਪੈਰਾਂ ਦੇ ਵਿੱਚ ਉਹ ਵੋਟਾਂ ਮੰਗਦੇ ਨੇ, ਵੋਟਾਂ ਦੇ ਪਹੁੰਚ ਲਈ ਲੋਕਾਂ ਦੇ ਪੈਰਾਂ ਵਿੱਚ ਡਿੱਗਦੇ ਨੇ। ਪਰ ਅਸਲ ਗੱਲ ਇਹ ਹੈ ਕਿ ਜਦੋਂ ਕੋਈ ਵੀ ਲੀਡਰ ਸੱਤਾ ਦੇ ਵਿੱਚ ਆਉਂਦਾ, ਉਹਦੇ ਕੋਲ ਕੁਰਸੀ ਦੀ ਪਾਵਰ ਹੁੰਦੀ ਹੈ, ਤਾਂ ਉਹ ਕਿਸ ਹੱਦ ਤੱਕ ਲੋਕਾਂ ਦੀਆਂ ਆਸਾਂ 'ਤੇ ਖਰਾ ਉਤਰਦਾ। ਅਤੇ ਹੁਣ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਭਗਵੰਤ ਮਾਨ ਨੂੰ ਸੰਗਰੂਰ ਦੇ ਲੋਕਾਂ ਨੇ ਵੱਡੀ ਜਿੱਤ ਦਵਾਈ ਸੀ, ਜਾਂ ਦੁਬਾਰਾ ਭਗਵੰਤ ਮਾਨ ਇੱਥੇ ਆਉਂਦੇ ਨੇ ਤਾਂ ਕੀ ਵਿਕਾਸ ਕਰਨਗੇ, ਜਾਂ ਕਿਸੇ ਹੋਰ ਲੀਡਰ ਦੀ ਇੱਥੇ ਚੜ੍ਹਤ ਹੋਵੇਗੀ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਅਸੀਂ ਇੰਤਜ਼ਾਰ ਕਰਾਂਗੇ 23 ਮਈ ਦਾ ਕਿ ਸੰਗਰੂਰ ਦੇ ਲੋਕ, ਸੰਗਰੂਰ ਦੇ ਵਾਸੀ, ਸੰਗਰੂਰ ਦੇ ਜਨਤਾ ਕੀ ਚਾਹੁੰਦੀ ਹੈ ਅਤੇ ਕਿਹੜਾ ਉਮੀਦਵਾਰ ਇੱਥੇ ਬਾਜ਼ੀ ਮਾਰੇਗਾ। ਸੋ ਇੰਤਜ਼ਾਰ ਕਰਦੇ ਹਾਂ 23 ਮਈ ਦਾ। ਸਾਡੀ ਇਸ ਖਾਸ ਪੇਸ਼ਕਸ਼ ਦੇ ਵਿੱਚ ਜਿਸ ਪ੍ਰੋਗਰਾਮ ਦਾ ਨਾਮ ਸੀ 13 ਸਿੱਟਾਂ ਦਾ ਸੂਰਤ ਹਾਲ, ਅਸੀਂ ਸੰਗਰੂਰ ਦਾ ਸੂਰਤ ਹਾਲ ਜਾਣਿਆ। ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਧੰਨਵਾਦ।